ਲੈ ਦੇਖ ਲਾ ਆ ਰਾਤ ਦੇ ਭਾਂਡੇ ਛੱਡੇ ਪਿਆ, ਦੁੱਧ ਵਾਲੇ ਗਲਾਸ ਐ ਨੀ ਹੈਗਾ, ਇਹਨਾਂ ਚ ਪਾਣੀ ਪਾ ਦਾ, ਉਵੇਂ ਸੁੱਕੇ ਪਏ ਨੇ ਗੇ ਦੇਖ, ਨਾ ਰੋਟੀ ਨਾ ਸਬਜ਼ੀ, ਕਾਸੇ ਦੀ ਕੋਈ ਤਿਆਰੀ ਨੀ ਹੈਗੀ। ਰਾਤ ਆਖਿਆ ਸੀਗਾ ਵੀ ਭਾਈ ਆ ਜਿਹੜੀ ਬਚੀ ਹੋਈ ਚਟਣੀ ਹੈ ਨਾ ਵਿੱਚ ਰੱਖਦੀ, ਖਲਿਆਰਾ ਕਿਵੇਂ ਪਾਇਆ ਆ ਦੇਖ ਲਾ, ਭਿਉਂ ਕੇ ਛੋਲੂਆ ਜਿਹਾ ਇੱਥੇ ਰੱਖਿਆ ਪਿਆ, ਐ ਨੀ ਹੈਗਾ ਇਹਦੀ ਦਾਲ ਸਬਜ਼ੀ ਕੋਈ ਬਣਾ ਦਾ, ਦਹੀਂ ਤਾਂ ਬਾਹਰ ਰੱਖਤੀ, ਇਹਨੂੰ ਸ਼ਰਮ ਨੀ ਆਉਂਦੀ ਹੈਗੀ। ਕਰਦੀ ਆ ਮੈਂ ਮੁੰਡੇ ਨਾਲ ਗੱਲ, ਐ ਨੀ ਇਹ ਲੋਟ ਆਉਂਦੀ ਹੈਗੀ। ਤਿਆਰ ਹੋ ਜਾਈਏ ਪਹਿਲਾਂ ਤਾਂ, ਹੁਣ ਬਸ ਹੀ ਕਰੂੰ, ਰੋਟੀ ਰਾਟੀ ਤਾਂ ਬਣਾ ਆਈ ਮੈਂ, ਬੇਬੇ ਤੂੰ ਤੜਫਦੀ ਰਹਿੰਦੀ ਹੈ ਜੀ, ਕਿ ਤੂੰ ਬੋਲ ਵੀ ਨਾ ਮਾਰਨ ਦਾ। ਹਾਏ ਹਾਏ ਹਾਏ, ਕਿਉਂ ਤਿਆਰ ਹੋ ਜੰਨੀ ਹੈ? ਹੋਰ ਚੱਲ ਹੋ ਜਾ ਤਿਆਰ, ਸੋਹਣੀ ਬਣ ਕੇ ਰਹਿਆ ਕਰ। ਸੋਹਣੀ ਬਣ ਕੇ ਤਾਂ ਰਹਿੰਦੀ ਹੈ, ਬੇਬੇ ਰਹਿਣ ਦਿੰਦੀ ਹੈ? ਉਹ ਬੇਬੇ ਦਾ ਕੀ ਹੈ, ਬੇਬੇ ਤਾਂ ਬੋਲਦੀ ਰਹਿੰਦੀ ਹੈ, ਆ ਮੇਕਅਪ ਕਰਕੇ ਰੱਖਿਆ। ਉਹ ਬੋਲ ਜੇ ਮਾਰੀ ਜਾਂਦੀ ਰਹਿੰਦੀ ਹੈ, ਸਿਰ ਵੀ ਨਿਵਾਉਣ ਦਿੰਦੀ ਹੈਗੀ। ਚੱਲ ਹੋ ਜਾ ਤਿਆਰ ਛੇਤੀ, ਬਸ ਮੈਂ ਤਾਂ ਹੋ ਗਈ ਤਿਆਰ, ਰੋਟੀ ਬਣੀ ਪਈ ਹੈ, ਬਸ ਲਿਆਈ ਆ ਗਈ। ਹੋ ਗਿਆ ਪੁੱਤ ਤਿਆਰ? ਹਾਂ ਬੇਬੇ ਤਿਆਰ ਹੋ ਗਿਆ। ਆ ਮਹਾਰਾਣੀ ਨੂੰ ਰੋਟੀ ਰਾਟੀ ਕਹਿ ਦੇ, ਡੱਬੇ ਖਾਲੀ ਪਏ ਆ, ਤੇ ਗੱਲ ਸੁਣ ਲਾ, ਰਾਤ ਦੇ ਭਾਂਡੇ ਆ ਦੁੱਧ ਵਾਲੇ, ਨਾ ਉਹਨਾਂ ਚ ਪਾਣੀ ਪਾਉਂਦੀ ਹੈਗੀ, ਹੈ ਮਾੜੇ ਹੁੰਦੇ ਉਹੀ ਭਾਂਡੇ ਰੱਖੇ ਰਾਤ ਦੇ ਜੂਠੇ, ਤੇ ਦੇਖ ਲਾ ਚਟਣੀ ਕਹੀ ਸੀਗੀ ਮੈਂ ਵੀ ਭਾਈ ਇਹ ਵੀ ਫਰਿੱਜ ਚ ਰੱਖਦੀ, ਥਾਂ ਇਹ ਦਹੀਂ ਪਈ ਆ ਬਾਹਰ, ਮਾੜਾ ਮੋਟਾ ਟੋਕ ਦਿਆ ਕਰ ਤੂੰ। ਉਹ ਬੇਬੇ ਟੋਕਦਾ ਨਾ, ਸਾਰਾ ਕੰਮ ਤੇ ਕਰ ਲਿਆ, ਰੋਟੀ ਪਕਾ ਤੇ ਲਈ ਉਹਨੇ। ਕਿੱਥੋਂ ਪਕਾਤੀ, ਨਾ ਤਾਂ ਤੈਨੂੰ ਫੜਾਈ ਆ ਹੁਣ ਤੱਕ, ਤੇ ਨਾ ਮੈਨੂੰ ਕਿਹਾ ਵੀ ਬੇਬੇ ਰੋਟੀ ਖਾ ਲਾ। ਉਹ ਤਿਆਰ ਹੋਈ ਜਾਂਦੀ ਆ ਉਹ, ਲੈ ਦੱਸ ਕਹਿੰਦਾ ਤਿਆਰ ਹੋਈ ਜਾਂਦੀ ਆ, ਤਿਆਰ ਹੋਏ ਹੁਣ ਨੂੰ ਦੱਸ ਮੈਨੂੰ, ਆਇਆ ਦੱਸ ਮਹਾਰਾਣੀ ਨੇ ਕਿਤੇ ਜਾਣਾ ਗਾ, ਜੋਬ ਕਰਦੀ ਹੈਗੀ, ਘਰੇ ਤਾਂ ਰਹਿਣਾ ਹੈਗਾ। ਉਹ ਘਰੇ ਰਹਿਣਾ ਤਾਂ ਹੀ ਮੈਂ ਆਖਿਆ, ਜਿੰਨੇ ਸਾਫ਼ ਸੁਥਰੀ ਰਹਿੰਦੀ ਹੈ ਬੰਦੀ ਨਾ, ਘਰ ਦੀ ਲਕਸ਼ਮੀ ਹੁੰਦੀ ਹੈ। ਅੱਛਾ ਹਾਂ, ਤੇਰੀ ਗੱਲ ਮੈਂ ਸੁਣ ਲਈ, ਆ ਜਿਹੜਾ ਸਾਫ਼ ਸਫਾਈ ਕਰਦੇ ਉੱਤੇ ਫੇਰ ਕਰਦਾ ਪਊਗਾ, ਸਾਰੇ ਕੰਮ ਕਾਰ ਕਰਕੇ ਬੁੜੀਆਂ ਬਾਅਦ ਚ ਤਿਆਰ ਹੁੰਦੀਆਂ ਸੋਹਣੀਆਂ ਲੱਗਦੀਆਂ ਨੇ। ਉਹ ਬੇਬੇ ਸਾਰਾ ਕੰਮ ਕਰ ਲਿਆ ਬੇ, ਮੈਨੂੰ ਤਾਂ ਦੀਂਦਾ ਨੀ ਕਿ ਮੈਨੂੰ ਘੱਟ ਦਿਸਣ ਲੱਗ ਗਿਆ। ਉਹ ਬੇਬੇ ਉਹ ਤਾਂ ਮੈਂ ਦੇਖ ਲਵਾਂ, ਡਾਕਟਰ ਕੋਲ ਜਾਣਾ ਪਊਗਾ, ਫਿਰ ਪਤਾ ਲੱਗੂਗਾ ਵੀ ਘੱਟ ਦਿਸਦਾ ਵੱਧ ਦਿਸਦਾ। ਗੱਲ ਸੁਣੋ ਇੱਕ, ਉਨੀ ਤਾਂ ਕਹਿੰਦੇ ਹੁੰਦੇ ਦਾਲ ਨੀ ਥੱਲੇ ਲੱਗਦੀ ਜਿੰਨਾ ਤੂੰ ਆਪਦੀ ਤੀਵੀ ਦੇ ਥੱਲੇ ਲੱਗਿਆ ਹੋਇਆ ਗਾ। ਉਹ ਬੇਬੇ ਤੈਨੂੰ ਉਹੀ ਲੱਗਦਾ, ਮੈਂ ਉਹਦਾ ਪੱਖ ਲੈ ਲੈਣਾ। ਉਹ ਬੇਬੇ ਤੇਰਾ ਪੱਖ ਲੈ, ਤੂੰ ਰੋਟੀਆਂ ਖਾਣੀ ਹੁੰਦੀ ਨਾ ਖਾ ਲਿਆ ਕਰ, ਸਾਰਾ ਕੰਮ ਕਰਤਾ ਉਹਨੇ, ਰੋਟੀਆਂ ਪਕਾ ਦੀਆਂ, ਸਾਰਾ ਕੁਝ ਕਰਤਾ, ਹੁਣ ਮੈਨੂੰ ਲਿਆਈ ਜਾਂਦੀ ਰੋਟੀ। ਮੇਰਾ ਪੱਖ ਤਾਂ ਕਦੋਂ ਲਿਆ ਤੂੰ, ਸਾਰੀਆਂ ਗੱਲਾਂ ਚ ਉਹਦਾ ਪੱਖ ਲਈ ਜਾਂਦਾ, ਹਾਲ ਤੱਕ ਐ ਨੀ ਕਿਹਾ ਹਾਂ ਮਾਂ ਮੈਂ ਕਹਿ ਦੂੰਗਾ। ਲੈ ਉਹ ਮਾਂ ਮਾਂ ਨੂੰ ਸਮਝਾਇਆ ਹੋਇਆ, ਪਹਿਲੇ ਦਿਨ ਤੋਂ ਸਮਝਾਇਆ ਹੈ। ਆ ਦੇਖ ਲਾ ਤੂੰ ਭਾਵੇਂ ਖੇਤ ਬੰਨੇ ਜਾਂਦਾ, ਤੂੰ ਤਾਂ ਉਹਦੀ ਤੜਕੇ ਟੌਰ ਕੱਢਦੀ ਫਿਰਦੀ ਹੈ, ਤੇਰੇ ਕੱਪੜਾ ਚ ਬਲ ਦੇਖ ਲਾ। ਉਹ ਬੇਬੇ ਪ੍ਰੈਸ ਕੀਤੇ ਦੇ ਗਏ, ਤੈਨੂੰ ਨੀ ਦਿਸਦੇ ਪਏ, ਪ੍ਰੈਸ ਕਰਕੇ ਦਿੰਦੀ ਹੈ ਕੱਪੜੇ ਮੈਨੂੰ ਪੂਰੇ। ਠੀਕ ਹੈ ਫਿਰ ਐਂ ਕਰ ਭਾਈ, ਤੂੰ ਮੇਰੀ ਨਿਗਾਹ ਚੈੱਕ ਕਰਾ ਲਿਆ, ਹੋਰ ਤਾਂ ਕੋਈ ਬਾਹ ਨਹੀਂ, ਹਨਾ ਇਹੀ ਗੱਲ ਹੈਗੀ। ਉਹ ਬੇਬੇ ਉਹੀ 700-800 ਰੁਪਇਆ ਲਵਾ ਦੇਂਗੀ, ਤੂੰ ਰਹਿਣ ਦੇ, ਨਿਗਾਹ ਨੂੰ ਤੂੰ ਕਹਾ ਤੂੰ। ਪਤਾ ਲੱਗ ਗਿਆ ਹੁਣ, ਨਾ ਚੰਨੀ ਬੋਲ ਅੱਗੇ ਤੂੰ, ਹੁਣ ਮੈਨੂੰ ਪਤਾ ਲੱਗ ਗਿਆ, ਬਸ ਤੂੰ ਤਾਂ ਤੀਵੀਂ ਦੀ ਸੁਣਨੀ ਆ, ਮਾਂ ਦੀ ਤਾਂ ਸੁਣਨੀ ਨਹੀਂ। ਉਹ ਬੇਬੇ ਉਹ ਤੈਨੂੰ ਜਵਾਬ ਕੀ ਦੇਤਾ, ਤੂੰ ਤੂੰ ਉਹੀ ਵਰਤਣ ਲੱਗ ਜਾਂਦੀ ਆ। ਉਹ ਐਤਵਾਰ ਵਾਲੇ ਦਿਨ ਅਸੀਂ ਕੈਂਪ ਲਾਉਣੇ ਹੁੰਦੇ ਹਾਂ ਰਾਮਪੁਰੇ, ਉੱਥੇ ਲੈ ਚਲਾਂਗੇ, ਨਾਲ ਤੇਰਾ ਫ੍ਰੀ ਆ, ਜੇ ਨਿਗਾਹ ਘੱਟ ਹੋਈ ਆਪਰੇਸ਼ਨ ਕਰਵਾ ਦੂੰਗਾ। ਆਹੋ ਆਹੋ, ਮੇਰੀਆਂ ਅੱਖਾਂ ਦਾ ਆਪਰੇਸ਼ਨ ਕਰਾ ਪਹਿਲਾਂ, ਉਹਦੇ ਦਿਮਾਗ ਦਾ ਆਪਰੇਸ਼ਨ ਨਾ ਕਰੀ, ਵੀ ਮਾਂ ਕੀ ਕਹਿੰਦੀ ਹੈਗੀ। ਬੇਬੇ ਬੇਬੇ ਉਹ ਤੂੰ ਅੱਜ 24 ਘੰਟੇ ਪਤਾ ਨਹੀਂ ਸੂਈਆਂ ਹੀ ਰੱਖਦੀਆਂ ਲਾਲ। ਬਈ ਮੈਂ ਤਾਂ ਜਿੰਨਾ ਚਿਰ ਜਾਊਂਗੀ ਨਾ ਐਂ ਸੂਈ ਹੀ ਰਹੂਗੀ, ਮੇਰੇ ਤਾਂ ਘਰ ਬਹੁਤ ਔਖਾ ਨਾਲ ਬੰਨਿਆ, ਮੈਨੂੰ ਪਤਾ ਸੀਗਾ ਸਵੇਰੇ ਸੁਨੇਹਾ ਉੱਠ ਕੇ ਕਿਵੇਂ ਸਫਾਈਆਂ ਕਰਦੀ ਸੀ, ਦੁਪਹਿਰ ਤੱਕ ਤਿਆਰ ਹੁੰਦੀ ਸੀ। ਆ ਤੇਰਾ ਪਿਓ ਤਾਂ ਉਹੀ ਨਹੀਂ ਸੀ ਤਿਆਰ ਹੋਣ ਦਿੰਦਾ, ਲਾ ਲੈਂਦੀ ਮਨ ਮਨ ਪਾਊਡਰ ਸੁਰਖੀ ਜਾਪਦਾ। ਉਹ ਬੇਬੇ ਉਹ ਲਿਆਉਣਾ ਕਹਿੰਦੇ ਵਾਸਤੇ, ਉਹਨੂੰ ਕਿਹੜਾ ਸ਼ੋਰੂਮ ਚ ਰੱਖਣਾ ਹੁੰਦਾ, ਜੇ ਸੁਰਖੀ ਪਾਊਡਰ ਲਾਵਾਂਗੇ ਉਹ ਫੇਰ ਹੀ ਆ, ਸੁਰਖੀ ਪਾਊਡਰ ਲਾਉਣੇ ਖਤਮ ਹੋਣਗੇ,
ਫਿਰ ਅਸੀਂ ਦੁਕਾਨ ਤੇ ਜਾਵਾਂਗੇ, ਦੁਕਾਨ ਵਾਲੇ ਦਾ ਕੰਮ ਚੱਲੂਗਾ ਨਾ, ਫਿਰ ਫਿਰ ਦੁਕਾਨ ਅਸੀਂ ਗਰੀਬ ਮਾਰ ਨੀ ਕਰਦੇ। ਤੈਂ ਖਰਚਾ ਕਰੀ ਜਾਣਾ ਜੇਬ ਚੋਂ, ਤੈਂ ਕਿਹੜਾ ਕਿਰਸ ਕਰਨੀ ਹੈ, ਬਸ ਤੀਵੀਂ ਨਾ ਕਿਸੇ ਰੋਡ ਰੁੱਸ ਜੇ ਮੇਰੀ, ਮਾਂ ਰੁੱਸਦੀ ਰੁੱਸ ਜਾਣ ਦੇ। ਬੇਬੇ ਗੱਲ ਐ ਆ, ਉਹ ਕਮਾਈ ਕਰਦੇ ਕਾਹਦੇ ਵਾਸਤੇ ਆ, ਉਹ ਘਰ ਦੀ ਲਕਸ਼ਮੀ ਆ, ਹਾਂ ਤੂੰ ਦੱਸਦਾ ਸਾਫ ਸੁਥਰੀ ਰਹਿੰਦੀ, ਵੱਧ ਹੁੰਦੀ ਹੁੰਦੀ ਲਕਸ਼ਮੀ, ਹੁਣ ਆਪਣਾ ਦੇ ਕੰਮ ਸਾਰਿਆਂ ਨਾਲ ਫਸਲ ਪਾਣੀ ਸਾਰਿਆਂ ਨਾਲ ਵੱਧ ਨਿਕਲਦੀ ਹੈ। ਹੈ ਤੇਰਾ ਫਿਰ ਦੋਸਤ ਕਹਿੰਦੇ ਜੀ ਪਹਿਲਾਂ ਛੋਟੀ ਬੁੜੀ ਤੇ ਕਹਿੰਦੇ ਉਹ ਬੁੜੇ ਬੁੜਾ ਬੁੜੇ ਉਹ ਕਹਿੰਦੇ ਤਿਆਰ ਨਹੀਂ ਹੋਣ ਦਿੰਦੀ, ਵੀ ਤੇਰੇ ਘਰ ਵਾਲੇ ਜੁੰਡੇ ਖਿਲਾਰੀ ਰਹਿੰਦੀ, ਸਰਦਨਾ ਹੀ ਫਿਰਦੀ ਰਹਿੰਦੀ ਹੈ, ਉਹਨੂੰ ਬਾਜ ਮਾਰਦਾ ਰੋਟੀ ਰੋਟੀ ਫੂਕਦੇ ਮੈਨੂੰ। ਓਏ ਆਇਆ ਓਏ, ਤੇ ਤੂੰ ਕਰੀਮ ਨਹੀਂ ਲੱਗੀ ਤੇ ਤਿਆਰ ਹੀ ਨਹੀਂ ਹੋਇਆ ਗਿਆ। ਉਹ ਬੇਬੇ ਆਜੂ, ਉਹਦਾ ਕੋਈ ਗੱਲ ਨੀ, ਮੈਂ ਕਿਹੜਾ ਖੇਤ ਜਾ ਕੇ। ਓਹੋ ਨਹੀਂ ਮੈਂ ਮਰ ਜਾ, ਨਹੀਂ ਸੋਹਣੀ ਤਾਂ ਲੱਗਦੀ ਆ, ਆ ਮੁਸਕ ਜੀ ਕਿੱਥੋਂ ਲਾਏ ਆਈ ਤੂੰ, ਮੇਰਾ ਤਾਂ ਦਮ ਹੀ ਘੁੱਟ ਗਿਆ ਜਾਏ ਖਾਣੇ ਦਾ। ਉਹ ਬੇਬੇ ਤੂੰ ਸੈਂਟਾਂ ਦੀ ਉਹ ਵੀ ਬੇਇੱਜ਼ਤੀ ਕਰ ਦਿੰਨੀ ਆ, 700 ਰੁਪਇਆ ਸੈਂਟਰ ਲਿਆਂਦਾ ਸੀ ਉਹ, ਇੰਨੀ ਘੱਟ ਸਮੈਲ ਆਉਂਦੀ ਆ ਉਹਦੇ, ਆਉਂਦੀ ਆ ਘੈਂਟ। ਨਹੀਂ ਗੱਲ ਸੁਣ, ਸਮੈਲਾਂ ਦੇਣ ਨੂੰ ਫਿਰਦੀ ਆ ਜੀ, ਤੇ ਕਦੇ ਦੇਖ ਲੈ ਕਿਵੇਂ ਲਾਇਆ ਪਾਊਡਰ ਪੂਡਰ, ਤੈਨੂੰ ਐ ਨਹੀਂ ਆਉਂਦਾ ਵੀ ਮਾਂ ਨੂੰ ਰੋਟੀ ਫੜਾਣਾ, ਚੁੱਲ੍ਹੇ ਚੌਂਕੇ ਵੱਲ ਹੋ ਜਾ। ਬੇਬੇ ਰੋਟੀ ਬਣਾ ਕੇ ਰੱਖ ਤੇ ਦਿੱਤੀ ਮੈਂ ਰਸੋਈ ਚ, ਕਿਹੜੇ ਡੱਬੇ ਚ ਪਾਤੀ, ਗਰਮ ਡੱਬੇ ਚ ਨਾ ਦੇਖ ਲਾ, ਕਹਿੰਦੀ ਗਰਮ ਤੇ ਮੈਨੂੰ ਕਹਿ ਸਕਦੀ ਸੀ ਤਿਆਰ ਹੋਣ ਨੂੰ, ਤੂੰ ਦੱਸ ਕਿੱਥੇ ਜਾਣਾ, ਤੜਕੀ ਦਫ਼ਤਰ ਜਾਣਾ ਹੈਗਾ। ਦਫ਼ਤਰ ਨਹੀਂ ਜਾਣਾ ਬੇਬੇ, ਫੇਰ ਤੈਨੂੰ ਪਤਾ ਕੰਮਾਂ ਕਾਰਾਂ ਚ ਟਾਈਮ ਨਹੀਂ ਲੱਗਦਾ ਹੁੰਦਾ, ਵਿੱਚ ਦੀ ਤਿਆਰ ਹੋ ਜਾਣੀ ਸੀ, ਸੇ ਮੂਰੇ ਖੜ ਜਾਂਦੀ ਐ ਸਦੇ ਹੀ। ਫੇਰ ਕਹਿੰਦੇ ਬੇਬੇ ਤੇਰੀ ਨੂੰ ਸੋਹਣੀ ਲੱਗਣੀ ਚਾਹੀਦੀ ਐ, ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ। ਉਹ ਕਿਹੜਾ ਤੂੰ ਮਾੜੀ ਐ ਵੀ ਜਾਦੇ, ਫੇਰ ਹੋਣੀ ਐ ਪਾਊਡਰ ਸ਼ਾਊਡਰ ਲਾ ਕੇ, ਦੱਸ ਕਿਹਨੂੰ ਦਿਖਾਉਣਾ ਇੱਥੇ। ਓ ਬੇਬੇ ਮੈਨੂੰ ਦਿਖਾਉਣਾ, ਮੈਂ ਆਪ ਕਹਿਣਾ ਹੁੰਦਾ, ਤੂੰ ਨਹੀਂ ਪੁੰਜੇ ਗੱਲ ਡਿੱਗਣ ਦਿੰਦਾ ਬਹੁਤ ਜ਼ਿਆਦਾ ਤੂੰ ਵੀ, ਮੈਂ ਤੁਹਾਨੂੰ ਨਾ ਕੁਝ ਗਲਤ ਬੋਲਿਆ ਜਾਊ ਫਿਰ। ਬੇਬੇ ਮੈਂ ਭੱਜ ਜਾਣੀ ਉੱਠ ਕੇ, ਤੂੰ ਜਾ, ਤੂੰ ਰੋਟੀ ਰੋਟੀ ਫੜਾਵੇਂਗੀ ਕਿ ਗੱਲਾਂ ਹੀ ਕਰੀ ਜਾਵੇਂਗੀ, ਲਿਆਉਣੀ ਬੇਬੇ ਗੁੱਸਾ ਨਾ। ਹਾਂ ਗੁੱਸਾ ਸਿਰ ਤੇ ਵੀ ਲੈ ਜਾ ਕਰ, ਇਹ ਪੇਕਾ ਘਰ ਨਹੀਂ ਤੇਰਾ, ਸਹੁਰਾ ਘਰ ਹੈ। ਆਹੋ ਜਮੀ ਨਹੀਂ ਤੋਕਦਾ ਬੇ ਮੁੰਡਿਆ ਤੂੰ ਤਾਂ। ਉਹ ਬੇਬੇ ਮੈਂ ਤੈਨੂੰ ਗੱਲ ਸਮਝਾਵਾਂ ਨਾ, ਜਦੋਂ ਆ ਤੀਵ ਨੂੰ ਟੋਕੀ ਜਾਵੇਂ ਗੱਲ ਗੱਲ ਟੋਕੀ ਜਾ, ਤੇਰੇ ਸਰ ਚ ਗਲੀਆਂ ਕਰੂਗੀ ਇਹ ਮੁੜ ਕੇ, ਫੇਰ ਨਾ ਕਹੀ ਮੈਂ ਮੂਹਰੇ ਬੋਲਦੀ ਆ ਉਹ। ਨਾ ਐ ਕਿਵੇਂ ਕਰੂਗੀ ਗਲੀਆਂ, ਘੋਟਣਾ ਲਾਇਆ ਹੈ ਖੁੰਜੇ, ਲਾ ਦੂ ਮੈਂ ਦੋ ਦੋ ਲਾ, ਬਸ ਕਲੇਸ਼ ਹੀ ਪਾਉਣਾ ਹੋਇਆ ਨਾ, ਕਿਤੇ ਪਿਆਰ ਨਾਲ ਵੀ ਕਹਿ ਜਾਂਦੇ ਪੁੱਤ ਆ ਰੋਟੀ ਬਣ ਗਈ, ਜੇ ਬਣ ਗਈ ਨਾ ਮੈਨੂੰ ਲਿਆ ਦੇ, ਜੇ ਨਹੀਂ ਬਣਾਈ ਬਣੀ ਨਾ ਤੂੰ ਬਣਾ ਲੈ ਤੇ ਮੈਨੂੰ ਖਵਾ ਦੇ, ਪਿਆਰ ਨਾਲ ਵੀ ਕਹਿ ਸਕਦੀ ਆ ਨਾ, ਪਿਆਰ ਨਾਲ ਨਹੀਂ ਕਹਿਣਾ, ਲੜਾਈ ਕਰਨੀ ਆ। ਤੈਨੂੰ ਤਾਂ ਮੈਂ ਬੁਰੀ ਲੱਗਦੀ ਆ ਮੈਨੂੰ ਲੱਗਦਾ। ਉਹ ਬੇ ਬੁਰੀ ਨਹੀਂ ਲੱਗਦੀ ਮੈਨੂੰ, ਚੰਗੀ ਲੱਗਦੀ ਆ, ਤੂੰ ਮੇਰੀ ਮਾਂ ਆ, ਤਾਂ ਹੀ ਉਹਨੂੰ ਛੇਤੀ ਕਹਿ ਦਿੰਦਾ ਵੀ ਜਿਵੇਂ ਮਾਂ ਕਹਿੰਦੀ ਆ ਨਾ ਉਵੇਂ ਚੱਲਿਆ ਕਰ, ਕਦੇ ਤਾਂ ਕਹਿ ਕੇ ਦਿਖਾ ਦੇ, ਕਦੇ ਤਾਂ ਉਹਨੂੰ ਤਾੜ ਦੇ ਮੇਰੇ ਸਾਹਮਣੇ, ਮੇਰਾ ਢਿੱਡ ਠਰ ਜੂਗਾ ਚੰਨੀ ਉਹਦੇ ਜਿਹਦੇ ਤੂੰ ਮੇਰੇ ਸਾਹਮਣੇ ਤਾੜਤੀ ਮਾੜੀ ਜੀ। ਉਹ ਬੇਬੇ ਇੱਕ ਦੂਜੇ ਸਾਹਮਣੇ ਬੇਇੱਜ਼ਤੀ ਨਹੀਂ ਕਰਨੀ ਚਾਹੀਦੀ ਹੁੰਦੀ ਬੰਦੇ ਦੀ, ਊਂ ਕਹੇ ਨਾ ਮੈਂ ਸਾਈਡ ਤੇ ਜਾ ਕੇ ਕਹਿ ਦੇ, ਹੁਣ ਤੇਰੇ ਸਾਹਮਣੇ ਬੇਇੱਜ਼ਤੀ ਕਰਤੀ ਉਹ ਫੇਰ ਮੇਰੇ ਨਾਲ ਕਲੇਸ਼ ਕਰੂਗੀ, ਕਿਉਂਕਿ ਮੇਰੇ ਤੂੰ ਮਾਂ ਦੇ ਸਾਹਮਣੇ ਤੂੰ ਉਧਰ ਪੱਖ ਲੈਂਦਾ ਸੀ, ਫਿਰ ਉਹ ਐ ਲੜੀ ਜਾਊ, 24 ਘੰਟੇ ਕੰਮ ਐ ਹੀ ਹੋ ਜਾਂਦਾ। ਮੈਨੂੰ ਤਾਂ ਐ ਲੱਗਦਾ ਵੀ ਰਾਤ ਨੂੰ ਤੇਰੀ ਜੁੱਤੀਆਂ ਲਾਉਂਦੀ ਹੁੰਦੀ ਐ, ਤੂੰ ਤਾਂ ਐ ਡਰਦਾ ਹੈਗਾ। ਉਹ ਜੁੱਤੀਆਂ ਐ ਕਿਵੇਂ ਲਾਉਗੀ, ਪਤਾ ਮੇਰਾ ਪਤਾ ਆਹੋ ਪਤਾ ਐ ਵੀ ਥੱਲੇ ਲੱਗਿਆ ਹੋਇਆ, ਬਸ ਮੇਰੇ ਤੋਂ ਡਰਦਾ ਹੈ ਬੰਦਾ। ਓ ਬੇਬੇ ਤੂੰ ਤਾਂ ਇਹੀ ਗੱਲਾਂ ਕਰੀ ਜਾਏ, ਮੈਂ ਤਾਂ ਐ ਕਰੂੰ ਥੱਲੇ ਲੱਗਿਆ, ਉਹ ਜਦੋਂ ਪੱਕ ਲੈ ਰਿਹਾ ਫੇਰ ਕਿਉਂ ਮੇਰੇ ਘਰ ਵਾਲੀ ਆ ਯਾਰ। ਜਾ ਜਾ ਚੰਗਾ, ਮੈਂ ਤਾਂ ਬੁਰੀ ਲੱਗਦੀ ਐ, ਦੇ ਕਿਵੇਂ ਪੌਂਦਾ ਜੋੜੇ ਅੱਗ ਲੱਗੀ ਵਾਲਾ। ਬੇਬੇ ਤੂੰ ਐਂ ਕਰਦੀ ਰਹੇਂਗੀ, ਮੈਂ ਤਾਂ ਐਂ ਕਰੂੰ, ਮੈਂ ਤਾਂ ਆਪਦੀ ਚੌਧਰ ਚਲਾਉਂ। ਬੇਬੇ ਤੂੰ ਐਂ ਕਰਦੀ ਰਹਿਣੀ ਹੈਗੀ, ਉਹਨੂੰ ਨਹੀਂ ਟੋਕਦਾ ਦੇਖ ਲਾ। ਹਾਏ ਹਾਏ ਕਿੰਨਾ ਪਾਣੀ ਖੜ ਗਿਆ ਦਰ ਮੂਹਰੇ ਤਾਂ, ਆ ਕੇ ਦੇਖਦੀਆਂ ਕੋਈ ਟੁੱਟ ਫਸੀ ਹੋਈ ਲੱਗਦੀ ਹੈ। ਕਹਿੰਦੇ ਚਾਹ ਪੱਤੀ ਲੈ ਕੇ ਆਵਾਂ ਅਮਨ, ਕਿਉਂ ਚਾਹ ਦੀ ਘੁੱਟ ਬਣਾਵਾਂ ਨਾਲੇ, ਉਹਨੂੰ ਫੇਰ ਆ ਕੇ ਦੇਖਦੀ ਹਾਂ।
ਕੁੱਤਿਆਂ ਨੇ ਬਾਹਲਾ ਗੰਦ ਜਿਹਾ ਕਰਿਆ ਪਿਆ, ਗਲੀ ਚ ਵੀ ਇਹਨਾਂ ਦੀ ਚ ਸਾਫ ਵੀ ਨਹੀਂ ਕਰਦੇ। ਬੇਬੇ ਹਾਂ, ਮੈਂ ਤਾਂ ਤੈਨੂੰ ਪੁੱਛਦੀ ਸੀ, ਮੈਂ ਹਾਂ ਦਹੀਂ ਚ ਉਹ ਚਟਨੀ ਪਾ ਦਾਂ? ਆਹੋ ਗਾਲ ਦੇ ਚੰਗੀ ਮਿਰਚਾਂ ਵੀ, ਜਿਹੜਾ ਮੱਚੀ ਜਾਵੇ ਮੇਰਾ ਹੜਕ। ਫਿਰ ਮੈਂ ਕਿਉਂ ਤਾਣੀ ਪਾਉਂਦੀ, ਥੋੜਾ ਬੀਪੀ ਵਧਣ ਲੱਗ ਜਾਂਦਾ। ਤੂੰ ਦਹੀਂ ਤਾਂ ਛੱਡ ਪਰਾਂ, ਤੇ ਚਟਣੀ ਚ ਕਿਉਂ ਪਾ ਦੀ ਮੱਖਣੀ ਪਈ ਹੋ ਨਾਲੇ ਸਬਜ਼ੀ ਚ, ਸਮਝ ਗਈ ਨਾ? ਬੀਬੀ ਫਿਰ ਤੁਸੀਂ ਔਖੇ ਹੁੰਦੇ ਹੋ, ਥੋੜਾ ਬੀਪੀ ਤਾਂ ਪਹਿਲਾਂ ਹੀ ਵੱਧਦਾ ਹੈਗਾ। ਕੋਈ ਨਾ ਵੱਧ ਜਾਂਦੇ, ਤੈਨੂੰ ਕੀ ਆ, ਨਾਲੇ ਮੈਂ ਤੈਨੂੰ ਆਖਿਆ ਸੀ ਸਿਰ ਤੇ ਲੈ ਕੇ ਰੱਖਿਆ ਕਰ ਚੁੰਨੀ। ਹੈ ਬੀਬੀ ਘਰੇ ਕੀ ਹੁੰਦਾ, ਤੁਸੀਂ ਤਾਂ ਸੱਚੇ ਸਾਰਾ ਦਿਨ ਸਿਰ ਸਿਰ ਲਾਈ ਰੱਖ ਦਿਓਗੇ। ਲੈ ਮੂਰੇ ਬੋਲਦੀ ਆ ਮੇਰੇ, ਕੀ ਹੋ ਜੂ, ਲੈ ਕੀ ਹੋ ਗਿਆ ਹੁਣ, ਹੋ ਗਿਆ ਕੁਛ? ਹੋ ਗਿਆ ਕੁਛ, ਨਾਲੇ ਮੇਰੀ ਗੱਲ ਸੁਣਨੀ, ਆ ਮੁੰਡੇ ਨੂੰ ਇਹਨਾਂ ਤੂੰ ਕੀ ਉਹ ਕੀਤਾ, ਕੀ ਡਰਾਬੇ ਦਿੰਨੀ ਆ? ਮੁੰਡਾ ਤੇਰੇ ਜ਼ਹਿਰ ਚ ਬੋਲਦਾ ਜਦੋਂ ਬੋਲਦਾ। ਮੈਂ ਕੀ ਡਰਾਬੇ ਦੇਣੇ ਨੇ ਬੀਬੀ, ਮੈਂ ਕੁਛ ਨਹੀਂ ਕਹਿੰਦੀ। ਮੈਨੂੰ ਪਤਾ ਹੀ ਆ ਆ ਤੇਰੇ ਪੇਕਿਆਂ ਤੋਂ ਲਿਆ ਕੇ ਕੁਛ ਖਵਾਇਆ ਪਿਆ ਹੈਗਾ, ਅੱਗੇ ਮੇਰਾ ਪੁੱਤ ਮੇਰੇ ਮੂਹਰੇ ਜਮਾ ਨਹੀਂ ਸੀ ਬੋਲਦਾ। ਬੇਬੇ ਪੇਕਿਆਂ ਤੱਕ ਤਾਂ ਜਾਣਾ, ਮੇਰੇ ਮਾਂ ਬਾਪ ਇਹੋ ਜਿਹਾ ਨੀ ਹੈਗਾ ਵੀ ਧੀ ਦਾ ਘਰ ਪੱਟਣਗੇ। ਉਹ ਦਿਸ ਹੀ ਆਂਦਾ ਗਾ ਜੋ ਤੂੰ ਨੀ ਮੇਰੇ ਕਹਿਣੇ ਚ, ਉਹ ਤਾਂ ਤੇਰੇ ਪੇਕੇ ਨੇ। ਪਰ ਪੇਕਿਆਂ ਥੋੜੀ ਹੈ ਵੀ ਕੋਈ ਤਾਕਤ ਵੀ ਤੇ ਕਰਾ ਦੇ ਜਾਣਗੇ ਵੀ ਲਪਾ ਦੇ ਉਹਨਾਂ ਨੂੰ। ਨਾ ਪਹਿਲਾਂ ਤਾਂ ਸੁੱਖ ਨਾਲ ਮੇਰੀ ਸਾਰੀ ਗੱਲ ਮੰਨਦਾ ਸੀ, ਹੁਣ ਕੀ ਹੋ ਗਿਆ ਜਿੱਦੇ ਤੂੰ ਆਈ ਹੈ ਨਾ ਉਦੇ ਦਾ ਹੋਇਆ ਇਹ ਕੰਮ। ਪਰ ਬੇਬੇ ਤੂੰ ਨਾ ਵਿਆਹੁੰਦੀ ਤੇ ਨਾ ਮੇਰੇ ਵੱਲ ਦਾ ਹੁੰਦਾ ਉਹ। ਹਾਂ ਫਿਰ ਤੂੰ ਇਹੋ ਜਿਹੇ ਲੱਛਣ ਕਰ ਹੀ ਨਾ ਉਹਨੂੰ, ਕਹ ਜਿਵੇਂ ਤੇਰੀ ਮਾਂ ਕਹਿੰਦੀ ਆ ਉਵੇਂ ਮੈਂ ਚੱਲੂ, ਉਵੇਂ ਤੂੰ ਚੱਲ, ਤੂੰ ਐਂ ਕਿਉਂ ਨਹੀਂ ਕਹਿੰਦੀ ਉਹਨੂੰ? ਬੇਬੇ ਮੈਂ ਤਾਂ ਬਥੇਰਾ ਸਮਝਾਉਣੀ ਆ, ਜੇ ਤੂੰ ਸਮਝਾ ਕੇ ਦੇਖ ਲੈ ਜੇ ਤੇਰੇ ਆਖੇ ਲੱਗਦਾ। ਨਾਲੇ ਆ ਲਿਪ ਪੋਚਣ ਜੇ ਦਾ ਕੰਮ ਛੱਡ ਦੇ, ਦੁਪਹਿਰ ਤੋਂ ਬਾਅਦ ਆਪਦਾ ਲੀੜਾ ਕੱਪੜਾ ਧੋ, ਪੋਚੇ ਲਾ, ਫਿਰ ਤਿਆਰ ਹੋਇਆ ਕਰ, ਤੜਕੀ ਚਮਕ ਕੇ ਬਹਿ ਜਾਣੀ ਹੈਗੀ। ਬੇਬੇ ਇਹਦਾ ਕੀ ਦੁੱਖ ਹੈ ਤੈਨੂੰ, ਕੰਮ ਕਰਿਆ ਕਰਾਇਆ ਮਿਲਦਾ ਨਾ ਤੈਨੂੰ? ਨਾ ਤੂੰ ਰਾਤ ਦੇ ਭਾਂਡੇ ਕਿਉਂ ਛੱਡਦੀ ਹੁੰਦੀ ਆ? ਕੰਮ ਕਰਿਆ ਕਰਾਇਆ ਰਾਤ ਦੇ ਦੁੱਧ ਵਾਲੇ ਗਲਾਸ, ਤੂੰ ਪਾਣੀ ਕਿਉਂ ਨਹੀਂ ਪਾ ਕੇ ਰੱਖਦੀ? ਇੱਕ ਟੋਪੀ ਐਸੀ ਬੇਬੇ, ਇੱਕ ਗਲਾਸ ਸੀ ਆ ਦੁੱਧ ਗਰਮ ਕਰਕੇ ਦਿੱਤਾ ਸੀ ਇਹਨਾਂ ਨੂੰ, ਛੇਤੀ ਪੈਣ ਦੀ ਹੋ ਜਾਂਦੀ ਆ ਵੀ ਪੈ ਜਾ ਪਰਾਂ। 11 ਵਜ ਜਾਂਦੇ ਨੇ ਬੇਬੇ, ਉਦੋਂ ਪਹਿਲਾਂ ਮੈਂ ਰੱਡੀ ਨਹੀਂ ਲੱਗਦੀ ਹੈਗੀ। ਆਹ 11 ਵਜ ਦਾ ਫਿਰ ਮੋਬਾਈਲ ਤੇ ਲੱਗੀ ਰਹਿਨੀ ਆ, ਪਤਾ ਹੀ ਆ ਮੈਨੂੰ ਤਾਂ ਨਾ ਬਲਾਈ ਚ ਘੱਟ। ਆਹੋ ਪਰਾਂ ਡਾ ਦੇ ਤੂੜੀ ਵਾਲੇ ਪਾਸੇ ਮੇਰਾ ਮੰਜਾ, ਬਲਾਈ ਚ ਘੱਟ ਆ ਜੇ ਤੈਨੂੰ ਬੁਰੀ ਲੱਗਦੀ ਆ ਮੈਂ। ਤੂੜੀ ਵਾਲੇ ਚ ਡਾ ਤਾਂ ਫਿਰ ਤਾਂ ਜ਼ਮੀਨ ਹੀ ਮੈਨੂੰ ਰਹਿਣ ਦੇਣਾ, ਫਿਰ ਤਾਂ ਮੁੰਡੇ ਨੂੰ ਲਾ ਲਾ ਉਂਗਲਾਂ ਵਾਲੇ ਨੂੰ ਜਮਾ ਕਰੋਂ ਕਢਵਾ ਦੇਂਗੀ ਮੈਨੂੰ। ਚੱਲ ਚੰਗਾ, ਬਥੇਰਾ ਗੱਲਾਂ ਚ ਮਸਾਲਾ ਫੂਕ ਦੇਣੀ ਆ, ਫੂਕ ਦੇ ਰੋਟੀ, ਬਥੇਰਾ ਐਡਾ ਦਿਨ ਚੜਿਆ ਆ, ਭੁੱਖ ਲੱਗੀ ਪਈ ਆ ਮੈਨੂੰ ਤਾਂ। ਫਿਰ ਲਿਆ ਦੇਣੇ ਬੇਬੇ, ਪਿਆਰ ਨਾਲ ਵੀ ਕਹਿ ਸਕਦੀ ਆ। ਪਿਆਰ ਨਾਲ ਕਹਿ ਸਕਦੀ ਆ, ਪਿਆਰ ਨਾਲ ਬੋਲੀ ਤੂੰ ਸਮਝਦੀ ਨਹੀਂ, ਪਿਆਰ ਵਾਲੀ ਬੋਲੀ ਤੇਰੇ ਦਿਮਾਗ ਚ ਪੈਂਦੀ ਨਹੀਂ। ਮੇਰੇ ਅਗਲੇ ਪਿਛਲਿਆਂ ਤੱਕ ਜਾਵੜੀ ਜਾਵੜੀ, ਉਹ ਤਾਂ ਦੀਂਦਾ ਹੀ ਆ ਮੇਰਾ ਪੁੱਤ ਬੱਸ ਚ ਕੀਤਾ ਹੋਇਆ ਤੂੰ। ਬੇਬੇ ਮੈਂ ਬੱਸ ਚ ਨਹੀਂ ਕੀਤਾ, ਜੇ ਤੇਰਾ ਪੁੱਤ ਤੇਰੇ ਕੰਨੀ ਹੁੰਦਾ ਨਾ ਕਰ ਲਾ, ਕੋਈ ਨਹੀਂ ਵਿਆਹੁੰਦੀ ਨਾ। ਉਹ ਵੀ ਮੈਂ ਦੇਖ ਲੂੰਗੀ, ਉਹ ਵੀ ਮੈਂ ਦੇਖ ਲੂੰ। ਹੁਣ ਤੂੰ ਰੋਟੀ ਲਿਆ ਦੇ, ਗਾਹਾਂ ਨਾ ਪੌੜੀਆਂ ਚੜ। ਲਿਆ ਦਨੀ ਹੈਗੀ, ਗੱਲੀ ਨਹੀਂ ਥੱਲੇ ਡਿੱਗਣ ਦਿੰਦੀ, ਦੇਖ ਲਾ ਨੀ ਕਿੱਡੀ ਛਿਆਰ ਹੈ, ਜ਼ਰੂਰ ਪੇਕਿਆਂ ਦੀ ਚੱਕ ਹੋਣੀ ਹੈ ਇਹਨੂੰ, ਐਵੇਂ ਕਾਹਨੂੰ ਬੋਲਦੀਆਂ ਹੁੰਦੀਆਂ, ਨਹੀਂ ਤਾਂ ਸਿਆਣੇ ਘਰ ਦਾ ਨੂੰ ਪੁੱਤ ਆਪਦੀ ਸੱਸ ਮੂਹਰੇ ਨਹੀਂ ਬੋਲਦਾ, ਇਹ ਬੋਲਦੀ ਆ ਮੇਰੇ ਮੂਹਰੇ, ਕਰ ਦੂੰ ਲੋਟ ਤੈਨੂੰ ਮੈਂ ਸਮਾਰ ਕੇ। ਅਮਨ ਅਮਨ ਪੁੱਤ। ਹਾਂਜੀ ਚਾਚੀ, ਮੱਥਾ ਟੇਕਦੀ ਆ। ਜਿਉਂਦੀ ਰਹਤੀ ਆ, ਪਰ ਕਿਵੇਂ ਆਉਣੇ ਹੋ ਗਏ? ਅਮਨ ਪੁੱਤ ਮੈਂ ਤਾਂ ਚਾਹ ਪੱਤੀ ਲੈਣ ਆਈ ਸੀ, ਤੇਰਾ ਤਾਇਆ ਕਹਿੰਦਾ ਚਾਹ ਬਣਾ ਲਾ, ਜਦ ਦੇਖਿਆ ਚਾਹ ਪੱਤੀ ਨੇ ਲਿਆ ਲਿਆ। ਚਾਚੀ ਲੈ ਚਾਹ ਪੱਤੀ ਨੂੰ ਕੀ ਹੈ, ਤੇਰਾ ਆਪਦਾ ਹੀ ਘਰ ਹੈ, ਜਦੋਂ ਮਰਜ਼ੀ ਆ ਚੀਜ਼ ਲੈਣ ਲੈ। ਮੈਂ ਹੁਣੇ ਲਿਆਈ ਚਾਹ ਪੱਤੀ। ਠੀਕ ਆ ਪੁੱਤ, ਥੋੜੀ ਜਿਹੀ ਲਿਆ ਕੇ ਦੇਈ ਜੇ। ਕੋਈ ਨਾ ਕੋਈ ਨਾ ਚਾਚੀ, ਲਿਆਈ ਬਸ। ਹੋਰ ਸੁਖਪਾਲ ਭੈਣ ਸਤਿ ਸ੍ਰੀ ਅਕਾਲ, ਠੀਕ ਹੈ? ਥੋੜੀ ਹੋ ਲਿਆਈ ਪੁੱਤ, ਆ ਲੈ ਚਾਚੀ, ਆ ਦੇਖ ਲੈ ਪੁੱਤ ਤੇਰੀ ਸੱਸ ਕੀ ਕਹਿੰਦੀ ਆ ਲੋਕਾਂ ਕੋਲ, ਕਹਿੰਦੀ ਮੇਰੀ ਨੂੰਹ ਕੰਮ ਨਹੀਂ ਕਰਦੀ ਹੈਗੀ, ਵਿਹਲੀ ਬੈਠੀ ਰਹਿੰਦੀ ਆ। ਕੁਝ ਕੁ ਬੁੜੀਆਂ ਦਾ ਸੁਭਾਅ ਹੀ ਇਹੋ ਜਿਹਾ ਚਾਚੀ, ਖਾਂਦੀਆਂ ਪੀਂਦੀਆਂ ਪਾੜਦੀਆਂ ਨੇਗੀਆਂ, ਵਿਹਲੀਆਂ ਮੰਜਾ ਤੋੜਨ ਨੂੰ। ਚੱਲ ਪੁੱਤ ਦੇਖਾਂ
ਤੇਰਾ ਤਾਇਆ ਚਾਹ ਨੂੰ ਉਡੀਕਦਾ ਹੁਣ। ਮੈਂ ਕਿਹਾ ਚਾਹ ਬਣਾ ਲਵਾਂ, ਨਾਲੇ ਆਪਣਾ ਗੇਟ ਮੂਹਰੇ ਕਿੰਨਾ ਪਾਣੀ ਖੜ ਗਿਆ ਨਾਲੀ ਚ। ਪੁੱਛ ਨਾ ਚਾਚੀ, ਆਈ ਬਸ ਮੱਝਾਂ ਮੁੱਝਾਂ ਨਵਾ ਕੇ ਗੋਹਾ ਗਾਹਾ ਨਾਲੀਆਂ ਚ ਤੇਰ ਦਾਦੀਆਂ ਨੇਗੀਆਂ ਬੁੜੀਆਂ, ਉਹ ਕਿਹੜਾ ਧਿਆਨ ਰੱਖਦੀਆਂ ਨੇ। ਫਿਰ ਦੇਖਦੀ ਆ ਮੈਂ ਬਾਅਦ ਚ ਸਾਫ਼ ਕਰਦੀ ਆ। ਕੋਈ ਨਾ ਚਾਚੀ, ਜਦੋਂ ਦਿਨ ਚੀਜ਼ ਲੈਣੇ ਹੁੰਦੇ ਨਾ ਦਿਨ ਰਾਤ ਆਇਆ ਕਰ, ਸੰਗਿਆ ਨਾ ਕਰ। ਨੀ ਸੁਖਪਾਲ ਭੈਣੇ, ਤੇਰੀ ਨੂੰਹ ਦਾ ਤਾਂ ਸੁਭਾਅ ਬਾਲਾ ਹੀ ਚੰਗਾ। ਆਹੋ ਆਹੋ, ਚੰਗੀ ਤਾਂ ਆਪੀ ਲੱਗਣੀ ਆ, ਚੱਕ ਚੱਕ ਕੇ ਚੀਜ਼ਾਂ ਘਰਾਂ ਤੋਂ ਲਟਾਈ ਜਾਂਦੀ ਆ। ਜੇ ਤੂੰ ਤੁਰ ਜਾ ਤੁਰ ਜਾ। ਚੱਲ ਭੈਣੇ, ਮੈਂ ਤਾਂ ਤੈਨੂੰ ਕਿਹਾ ਸੀਗਾ। ਬੇਬੇ, ਆਂਢ ਗਵਾਂਢ ਹੀ ਕੰਮ ਆਉਂਦਾ ਹੁੰਦਾ ਹੈਗਾ, ਕੋਈ ਹੋਰ ਭੈਣ ਪਾਈ ਨੀ, ਤੁਸੀਂ ਹਰਕਣੇ ਬੁਰੇ ਪੈ ਜਾਣੇ ਹੋ ਨਾ। ਹੁਣ ਤੂੰ ਸਿੱਖਿਆ ਦੇਵੇਂਗੀ ਮੈਨੂੰ? ਕੋਈ ਨੀ, ਆ ਜਾਂਦੇ ਮੁੰਡੇ ਨੂੰ ਦੱਸੂ ਤੇਰੀਆਂ ਗੱਲਾਂ। ਆਹ ਜਿਹੜੀਆਂ ਚੀਜ਼ਾਂ ਚਕਾਉਣੀਆਂ ਲੋਕਾਂ ਨੂੰ, ਕਦੇ ਕੁਛ ਫੜਾਉਂਦੀ ਆ ਕਦੇ ਕੁਛ ਨਾ। ਤੂੰ ਮੈਨੂੰ ਨਾ ਪੁੱਛਿਆ। ਲੈ ਪੁੱਛਣ ਵਾਲੀ ਗੱਲ ਕਿਹੜੀ ਸੀ ਬੇਬੇ ਇਹਦੇ ਚ? ਬਸ ਚਾਚੀ ਚਾਹ ਲੈਗੀ, ਬੋਲਣ ਦੀ ਲੋੜ ਨੀ। ਅੱਜ ਮੈਂ ਕਰਾਉਣੀ ਆ ਤੈਨੂੰ ਲੋਟ, ਤੂੰ ਐ ਨੀ ਲਾਉਂਦੀ, ਸਿੱਧੀ ਨੀ ਹੁੰਦੀ ਤੂੰ ਮੇਰੇ ਮੂਹਰੇ। ਬੇਬੇ, ਤੂੰ ਹਰ ਇੱਕ ਨੂੰ ਕਹਿ ਦਿੰਦੀ ਆ ਕਿ ਕੌਲੀ ਭਰ ਕੇ ਚੀਜ਼ ਫੜਾ ਦਿੰਦੀ ਆ, ਜੇ ਬਾਈ ਚਾਂਸ ਆਪਾਂ ਨੂੰ ਲੋੜ ਪੈ ਜੇ ਆਪਾਂ ਨੂੰ ਕੌਣ ਚੀਜ਼ ਦਊਗਾ? ਇਹ ਲੋੜ ਤਾਂ ਵੱਡੇ ਰਾਜਾ ਰਾਣੇ ਨੂੰ ਪੈ ਜਾਂਦੀਆਂ ਨੇ। ਆ ਮੈਨੂੰ ਨਾ ਸਿਖਾ, ਠੀਕ ਆ, ਮੱਤਾਂ ਦਿੰਨੀ ਆ, ਹੁਣ ਤੂੰ ਮੈਨੂੰ ਸਿਖਾਵੇਂਗੀ ਵੀ ਕਿਵੇਂ ਵਰਤਣਾ ਕਿਸੇ ਨਾਲ ਕਿਵੇਂ ਨਾ? ਬੇਬੇ, ਤੈਨੂੰ ਤਾਂ ਨਾ ਮੱਥਾ ਮਾਰੇ ਚ ਘੱਟ ਹੈ, ਜਿੰਨਾ ਚਿਰ ਮੈਂ ਤੇਰੇ ਨਾਲ ਬੋਲਦੀ ਮੈਂ ਤਾਂ ਕੰਮੇ ਨਿਬੇੜ ਲਾ। ਜਾ ਨਿਬੇੜ ਲਾ, ਤੈਥੋਂ ਤਾਂ ਕੰਮ ਵੀ ਨੀ ਨਿਬੜਦਾ ਗਾ। ਨਿਬੜਦਾ ਨੀ ਕੰਮ? ਹਾਂ, ਸਾਰਾ ਦਿਨ ਬੋਲੀ ਜਾਣਾ ਫਾਲਤੂ। ਆਹੋ, ਬੁਰੀ ਲੱਗਦੀ ਆ ਤੈਨੂੰ, ਬੈਠੀ ਬੁਰੀ ਲੱਗਦੀ ਆ। ਮੈਂ ਤਾਂ ਬੜਾ ਲਹੂ ਪੀਤਾ ਯਾਰ, ਮਨ ਦੁਖੀ ਹੋ ਜਾਂਦਾ। ਪਹਿਲਾਂ 2 ਮਹੀਨੇ ਦਾ ਨਜ਼ਾਰੇ ਸੀ, ਉਹ ਸੱਤਾ ਲਾਉਣਾ ਸੀ ਜੱਗਰਾ, ਪੁੱਠੇ ਕੰਮ ਕਰਦਾ ਯਾਰ ਤੂੰ, ਚਕਾਤੀਆਂ ਨਾ ਸਾਰੀਆਂ। ਫਿਰ ਕਹਿੰਦੇ ਨਾ ਪੱਤੇ ਦੱਸਦਾ ਗਾ, ਤੂੰ ਜਾ ਉਹ ਭਰਾਵਾ ਚੰਨੀ ਆਉਂਦਾ, ਖੇਡਦੀ ਨੀ ਮੈਂ ਤਾਂ ਨੀ ਨਾਲ ਕਰਨ ਦੇ ਗੱਲ ਯਾਰ। ਉਹ ਮੈਂ ਲੜਨਾ ਪੂਜਾ, ਕਹਿੰਦਾ ਪੱਤੇ ਦੱਸਦਾ ਗਾ, ਪੱਤੇ ਕਿਉਂ? ਮੈਂ ਤਾਂ ਊਂ ਨੀ ਚੁਗਲੀ ਕਰਦਾ, ਪੱਤੇ ਮੈਂ ਕਾਹਦੇ ਵਾਸਤੇ ਦੱਸਦਾ। ਉਹ ਚੰਨੀ, ਹਾਂ ਕਿਵੇਂ, 2.5 ਡੱਬੇ ਮੰਗੂ ਜਾਂਦਾ? ਉਹ ਯਾਰ ਪੁੱਛ ਨਾ, ਬਹਿ ਜਾ ਕੇ, ਧੁੱਪ ਵਾਹੀ ਕੈੜੀ ਆ ਮਿੱਤਰਾ। ਧੁੱਪ ਤਾਂ ਠੀਕ ਆ, ਕਿਉਂ ਰੰਗ ਕਾਲਾ ਹੋ ਜੂ ਮੇਰਾ? ਮੈਂ ਖੇਤ ਜਾ ਕੇ ਆਉਣਾ। ਕੀ ਕਰਨਾ ਖੇਤ? ਮਾੜਾ ਗੇੜਾ ਮਾਰੀਏ। ਕਿਆ? ਹਾਂ ਗੇੜਾ ਕਿਵੇਂ? ਉਹ ਗੇੜਾ ਦੇਖ ਕੇ ਨਾ, ਪਾਣੀ ਦੀ ਵਾਰੀ ਆ, ਉਹ ਬੰਨ ਬੁੰਨ ਲਾਏ। ਅੱਛਾ, ਚੱਲਾਂ ਨਾ ਮੈਂ? ਨਾ ਨਾ, ਲਾਇਆ ਹੂੰ ਕੱਲਾ ਹੀ। ਤੇਰੇ ਨਾਲ ਗੱਲ ਕਰਨੀ ਆ ਯਾਰ ਇੱਕ। ਮੇਰੇ ਨਾਲ ਗੱਲ ਕਰ ਲੈ ਫਿਰ। ਇੱਥੇ ਯਾਰ ਟੋਬੇ ਦੀ ਮੁਸ਼ਕ ਜੀ ਮਾਰੀ, ਤੈਨੂੰ ਪਤਾ ਮੈਂ ਕੈਨੇਡਾ ਤੋਂ ਆਇਆ, ਮੈਨੂੰ ਮੁਸ਼ਕ ਜੀ ਚੜਦੀ ਆ। ਉਹ ਪੈ ਨਾ, ਉਹ ਭਕਾਈ ਮਾਰੀ ਜਾ। ਉਹ ਮੰਨੀ ਵੀ ਕਰਿਆ ਕਰ, ਇੱਥੇ ਕੈਨੇਡਾ ਤੋਂ ਆ ਰਹਾ ਸੁਪਨੇ ਚੋਂ। ਉਹ ਚੱਲ ਠੀਕ ਆ, ਹਾਂ ਦੱਸ। ਆ ਜਾ ਉਧਰ, ਚੱਲ ਆਪਾਂ ਕਰਦੇ ਗੱਲ। ਚਲ ਆ ਜਾ। ਨਹੀਂ ਪਾਊਗਾ ਕਿ ਪਾਉਂਦਾ ਨਹੀਂ? ਪਾਊਗਾ, ਆ ਜੇ ਵਧੀਆ ਯਾਰ। ਮੈਨੂੰ ਮੈਂ ਜੱਗਰ ਨਾਲ ਲੜਨਾ ਪੈਂਦਾ ਯਾਰ। ਕੀ ਗੱਲ ਹੋ ਗਈ? ਤਾਂ ਤੂੰ ਪੱਤੇ ਦੱਸਦਾ, ਤੂੰ ਇੰਨਾ ਮੈਂ ਤੇਰੇ ਨਾਲ ਰਿਹਾ, ਮੈਂ ਚੁਗਲਖੋਰ ਹੈਗਾ? ਮੈਂ ਕਿਸੇ ਲੜਾਈ ਪਵਾਈ ਆ? ਨਾ ਨਾ, ਚੁਗਲਖੋਰ ਵਾਲਿਆ ਤੇ ਕੋਈ ਕੰਮ ਨਹੀਂ, ਗੱਲ ਹੀ ਦੱਸ ਦੇਣਾ, ਪੱਤੇ ਦੱਸ ਦਾ ਫਿਰ ਚੁਗਲਖੋਰ ਵਾਲੀ। ਇਸ ਚ ਕੀ ਗਲਤ ਗੱਲ ਆ? ਉਹਦੇ ਪੱਤੇ ਦੇਖ ਲੈ, ਦੂਜੇ ਨੂੰ ਦੱਸ ਦੇ, ਦੂਜੇ ਦੇਖ ਲੈ ਤੀਜੇ ਨੂੰ ਦੱਸ ਦੇ, ਕੀ ਜੇ ਲੜਾਈ ਵਾਲੀ ਕੀ ਗੱਲ ਆ? ਲੜਾਈ ਵਾਲੀ ਤੇ ਕੋਈ ਗੱਲ ਹੀ ਨਹੀਂ। ਆ ਕੁੜਤਾ ਪੜਤਾ ਮੇਰਾ, ਉਹ ਮੈਂ ਊਂ ਨਹੀਂ ਬੋਲਦਾ। ਉਹ ਯਾਰ ਤੂੰ ਭਕਾਈ ਨਾ ਮਾਰ ਬਾਲੀ, ਤੂੰ ਦੱਸ ਕੰਮ ਦੀ ਗੱਲ ਹੈਗੀ ਆ ਦੱਸ, ਮੈਂ ਅੱਗੇ ਬੜਾ ਪਰੇਸ਼ਾਨ ਆ। ਕੰਮ ਦੀ ਗੱਲ ਦੱਸ, ਮੇਰੀ ਗੱਲ ਤਾਂ ਤੂੰ ਸੁਣਦਾ ਨਹੀਂ, ਤੂੰ ਤਾਂ ਆਪਦੀਆਂ ਚ ਹੋ ਜਾਂਦਾ ਪਹਿਲਾਂ। ਹੋਰ ਮੈਂ ਤਾਂ ਦੁਖੀਆਂ ਕਰਦਾ ਸੀਗਾ। ਹਾਂ 10 ਰੁਪਏ ਹੈਗੇ? ਉਹ 10 ਰੁਪਏ ਨਾ ਯਾਰ, ਦੋਨੇ ਮਾਂ ਲੜੀ ਗਈਆਂ, ਪਰ ਮੈਂ ਚੁੱਪ ਕਰਕੇ ਉਧਰ ਆ ਗਿਆ, ਮੇਰਾ ਯਾਦ ਹੀ ਨੀ ਰਿਹਾ ਬਟੂਆ ਚੱਕਣਾ, ਭੁੱਲ ਗਿਆ ਮੈਂ। ਤੁਸੀਂ ਸ਼ਾਹੂਕਾਰ ਬਣ ਸਕਦੇ ਸਾਡੇ ਵਾਂਗੂ? ਲੈ ਉਹ 10 ਰੁਪਏ ਦੀ ਗੱਲ 100 ਲੈ ਲੈਂਦਾ ਯਾਰ, ਸ਼ਾਮ ਨੂੰ ਪੜ ਲੈ ਬਸ। ਆਹੀ ਗੱਲ ਕਰਨੀ ਸੀ, ਕਰਨੀ ਇੱਕ ਗੱਲ ਹੋਰ ਵੀ ਕਰਨੀ ਆ। ਉਹ ਯਾਰ ਗੱਲ ਦੇਖ, ਮੇਰਾ ਬੜਾ ਦੁਖੀ ਹੋਇਆ ਪਿਆ ਯਾਰ, ਕੋਈ ਹੱਲ ਹੈਗਾ ਕੋਈ ਦੱਸ ਦੇ ਯਾਰ।
ਮੇਰੇ ਘਰ ਵਾਲੇ ਤੇ ਘਰ ਵਾਲੇ ਮਾਂ ਲੜਦੀ ਰਹਿੰਦੀ ਆ 24 ਘੰਟੇ ਯਾਰ। ਲੜਦੀ ਆ ਹੋਰ ਯਾਰ, ਬੜਾ ਕਲੇਸ਼ ਆ, ਮੈਂ ਦੁਖੀ ਹੋ ਚੁੱਕਿਆ। ਜੇ ਮਾਂ ਦੀ ਪੱਖ ਕਰਾਉਣਾ ਫਿਰ ਮੇਰੇ ਘਰ ਵਾਲੀ ਕਹਿੰਦੀ ਤੂੰ ਮਾਂ ਦਾ ਪੱਖ ਕਰਾਉਣਾ, ਜੇ ਇੱਧਰ ਮਾਂ ਦੀ ਘਰ ਵਾਲੀ ਦੇ ਪੱਖ ਕਰਾਉਣਾ ਮਾਂ ਕਹਿੰਦੀ ਤੂੰ ਥੱਲੇ ਲੱਗਿਆ, ਇੰਨੀ ਦਾਲ ਨੀ ਥੱਲੇ ਲੱਗੀ ਜਿੰਨਾ ਤੂੰ ਥੱਲੇ ਲੱਗਿਆ। ਮੈਂ ਨੀ ਆਉਂਦਾ। ਉਹ ਯਾਰ ਮੇਰੀ ਗੱਲ ਸੁਣ ਲੈ, ਮੈਂ ਤੈਨੂੰ ਗੱਲ ਦੱਸੀ ਜਾਂਦਾ, ਮੈਂ ਆਪਦਾ ਘਰ ਦਾ ਮਸਲਾ ਦੱਸੀ ਜਾਂਦਾ, ਤੂੰ ਹੋਰ ਉਹ ਯਾਰ ਬੋਲ ਮਾਰ ਦਿਆ ਮੈਨੂੰ, ਲੁੱਟ ਨੀ ਆਉਂਦਾ। ਮੇਰੀ ਗੱਲ ਸੁਣ ਭਰਾਵਾ, ਸੋਡੀ ਬੁੜੀ ਤਾਂ ਉਈ ਵਾਲੀ ਪਿੰਡਾ ਖਾਣੀ ਆ ਉਹ, ਮੈਨੂੰ ਤਾਂ ਪਤਾ ਸੀ ਉਹ ਕੱਟ ਹੀ ਨੀ ਸਕਦੀ ਯਾਰ। ਇਸੇ ਗੱਲ ਦੇ ਮੇਰੇ ਨੇ ਆਪਾਂ ਨੇ ਵਿਆਹ ਹੀ ਨਹੀਂ ਕਰਾਇਆ, ਆਪਾਂ ਨੂੰ ਕਿਹੜਾ ਸਾਗ ਹੁੰਦਾ ਵੀ, ਆਪਾਂ ਨੂੰ ਕਿਹੜਾ ਸਾਗ ਦਾ ਤੋੜਾ ਗਾ, ਤੈਨੂੰ ਪਤਾ ਨਾਲੇ। ਉਹ ਤੂੰ ਵਧੀਆ ਚੱਲ ਨਜ਼ਾਰਾ ਯਾਰ, ਵਿਆਹ ਪੂਰੀ ਕਰਾ, ਮੈਂ ਫਸ ਗਿਆ ਯਾਰ, ਪੁੱਛ ਨਾ। ਤੈਨੂੰ ਕੀ ਕਿ ਮੈਂ ਤੈਨੂੰ ਪਹਿਲਾਂ ਕਹਿੰਦਾ ਰਿਹਾ, ਆਪਾਂ ਤੋਬੇ ਤੇ ਮਹਿੰਦੇ ਰਹੇ ਸੀ, ਕਿਹਾ ਨੀ ਮੈਂ ਵਿਆਹ ਨਾ ਕਰਾ। ਉਹ ਬਥੇਰਾ ਬੇਬੇ ਨੂੰ ਕਿਹਾ ਸੀ, ਬੇਬੇ ਨੇ ਪੰਪੀ ਇਹ ਤੇ ਮੈਂ ਬੇਬੇ ਨੂੰ ਗੱਲ ਕੀਤੀ ਸੀ। ਉਹ ਵਟਸਐਪ ਤੇ ਵੀ ਕੀ ਕਹਿੰਦੇ ਨੇ ਸਟੇਟਮੈਂਟ, ਕਿ ਕੀ ਕਹਿੰਦੇ ਹੁੰਦੇ ਆ, ਉਹ ਪਾਉਂਦਾ ਰਿਹਾ ਉਹਦੇ ਨਾਲ ਖਿੱਚ ਖਿੱਚ ਵਿਆਹ ਤੋਂ ਪਹਿਲਾਂ। ਉਹ ਪਰ ਪਾਉਣੇ ਉਹਦੇ ਪਾਉਣੇ ਸੀ, ਬੇਬੇ ਕਹਿੰਦੀ ਮੈਂ ਤੇਰੇ ਨਾਲ ਵਾਅਦਾ ਕਰਦੀ ਆ, ਹੈ ਜੇ ਮੈਂ ਤੇਰੇ ਨਹੀਂ ਲੜਦੀ, ਜੇ ਮੋਦੀ 15 ਲੱਖ ਮੁੱਕਰ ਗਿਆ ਐਂ ਮੇਰੀ ਬੇਬੇ ਮੁੱਕਰ ਗਈ, ਹੁਣ ਕੀ ਕੀਤਾ ਜਾਵੇ। ਕਹਿੰਦਾ ਵਾਅਦਾ ਹੁੰਦਾ ਹੀ ਤੋੜਨ ਵਾਸਤੇ, ਮਤਲਬ ਮੋਦੀ ਵਾਲੇ ਪੈਸੇ ਵੀ ਹਟ ਗਏ। ਗੱਲ ਤੇਰੀ ਸਹੀ ਆ ਭਰਾਵਾ, ਸਰਕਾਰਾਂ ਲਾ ਰਹੇ ਆ ਹਨਾ। ਉਹੀ ਗੱਲ ਆ, ਬੇਬੇ ਮੈਨੂੰ ਕੀ ਕਹਿੰਦੀ ਤੇ ਵਾਅਦਾ ਕਰ, ਮੋਦੀ ਏਡਾ ਵੱਡਾ ਪ੍ਰਧਾਨ ਮੰਤਰੀ ਤੋੜ ਸਕਦਾ ਤੇ ਮੈਂ ਕੀਦੀ ਵਿਚਾਰੀ, ਮੈਂ ਵੀ ਨਹੀਂ ਤੋੜ ਸਕਦੀ। ਲੈ ਉਹ ਗੱਲ ਕਰਕੇ ਨਮੇੜਤਾ ਤੇ ਗੱਲ, ਇਹ ਕੰਮ ਕਰਤਾ ਲੈ, ਹੁਣ ਮੈਂ ਕੀ ਕਰਾਂ ਯਾਰ। ਹੁਣ ਸੁਣੇਗਾ ਕੀਦੀ ਫਿਰ ਆ, ਉਹ ਸੋਨਾ ਕੀ ਆ ਯਾਰ, ਉਹ ਮੇਰੇ ਘਰ ਵਾਲੀ ਆ, ਸਾਰਾ ਆਪਦਾ ਪਰਿਵਾਰ ਛੱਡ ਕੇ ਆਈ ਆ, ਹੈ ਪੜ੍ਹ ਲਿਖ ਕੇ ਆਈ ਆ, ਮੈਂ ਉਹਨੂੰ ਵੀ ਨਹੀਂ ਕੁਛ ਕਹਿ ਸਕਦਾ, ਉਹ ਵੀ ਮੇਰੇ ਘਰ ਦੀ ਲਕਸ਼ਮੀ ਆ, ਉਹਦੇ ਬਾਰੇ ਵੀ ਨਹੀਂ ਮਾੜਾ ਸੁਣ ਸਕਦਾ। ਮੇਰੀ ਮਾਂ ਮੈਨੂੰ ਪਾਲਿਆ ਪੋਸ ਲਿਆ, ਏਡਾ ਵੱਡਾ ਕੀਤਾ, ਸਾਰਾ ਕੁਝ ਕਰਾਇਆ, ਮੈਂ ਆਪਦੀ ਮਾਂ ਬਾਰੇ ਵੀ ਨਹੀਂ। ਤੇਰੀ ਘਰ ਨੇ ਕੀ ਨੌਵੀਂ ਵੱਡੀ ਪੜ੍ਹਾਈ ਕਰੀ ਹੈ, ਦਸਵੀਂ ਪਤਾ ਨਹੀਂ ਕਿਹੜੀ, ਉਹ 10.5 ਕੀਤੀ ਆ ਉਹਨੇ। 10.5 ਓਏ ਹਾਂ, ਉਹ ਜੇ ਉਹਨੂੰ ਕਹਿ ਦੇ 9 ਕਹਿ ਦਿੰਦੇ ਆ ਵੀ 9 ਪੜ੍ਹੀ ਆ, ਉਹ ਗੁੱਸਾ ਮੰਨ ਜਾਂਦੀ ਆ। ਤੇ ਪੌਣੇ ਉਹ ਪੇਪਰ 10ਵੀਂ ਦੇ 8 ਪੇਪਰ ਹੁੰਦੇ ਆ, 6 ਚੋਂ ਪਾਸ ਆ, 2 ਚੋਂ ਫੇਲ ਆ ਉਹ। ਅੱਛਾ, ਉਹ ਰੀਪੇਅਰ ਕਹਿੰਦੇ ਆ, 10.5 ਕਹਿ ਦਿੰਦੇ ਬਸ। ਹਾਂ, ਉਹ 2.5 ਪੜ੍ਹੀ ਹੋਈ ਆ। ਇਹਦਾ ਫਿਰ ਬੇਇੱਜ਼ਤੀ ਆ, ਚਾਹੇ ਮੂੰਹ ਤੇ ਕਾਲਾ ਚਾਹੇ ਪਿੱਠੇ ਪਿੱਛੇ ਕਾਲਾ, ਗੱਲ ਤਾਂ ਉੱਥੇ ਆਉਣੀ ਆ ਯਾਰ। ਉਹ ਫਿਰ ਬੁੜੀਆਂ ਫਿਰ ਮੰਨਦੀਆਂ ਨਹੀਂ, ਉਹ ਐ ਕਹਿੰਦੀਆਂ ਨਾ ਵੀ ਤੂੰ ਘੱਟ ਪੜ੍ਹੀ ਲਿਖੀ ਨਾ ਹੋਏ, 10 ਪੜ੍ਹੀ ਤੇ ਹੈਗੀ ਆ ਮੈਂ। ਹਾਂ, ਤੇ ਸੱਚ ਵਿਆਹ ਵੀ ਨਹੀਂ ਆਇਆ ਕਿਸੇ ਦਾ ਰਿਸ਼ਤੇਦਾਰੀ ਚੋਂ, ਉਹ ਵਿਆਹ ਤੇ ਨਹੀਂ ਆਏ, ਬਹਿ ਕੇ ਗੱਲਾਂ ਕਰ ਯਾਰ। ਕੱਲ ਯਾਰ ਬੜਾ ਟਾਈਮ ਖੜਿਆ ਵੀ ਨਹੀਂ ਜਾਂਦਾ, ਸਹੀ ਗੱਲ ਆ, ਧੁੱਪ ਮੈਨੂੰ ਚੰਗੀ ਨਹੀਂ ਲੱਗਦੀ। ਹਨੇਰੀ ਚੱਲ ਪਈ ਉਹ। ਹੋਰ ਗੱਲ ਐ ਆ ਯਾਰ, ਹੁਣ ਤੂੰ ਹੱਲ ਹੁੱਲ ਦੱਸੇਂਗਾ ਕਿ ਨਹੀਂ, ਹੱਲ ਦੱਸ ਦੇ ਕੋਈ। ਤੇ ਦਰਦ ਹੋਣ ਲੱਗ ਗਿਆ ਕਿਤੇ, ਮੈਂ ਉਹ ਤਾਂ ਨਹੀਂ ਹੋਣ ਵਾਲਾ ਕੀ ਜਵਾਕ, ਆਪਾਂ ਹੋਰ ਹੀ ਮਰੀ ਜਾਂਦਾ। ਬਸ ਉਹ ਭਰਾਵਾ ਜਾਵਾਂ ਮੈਂ ਕਿੱਥੇ, ਇਹ ਜਿਹਾ ਗੱਲਾਂ ਕਰਨ ਲੱਗਾ ਮੇਰੇ ਨਾਲ, ਲੁੱਚਾ ਨੂੰ ਤਾਂ ਇੱਥੇ ਬਹਿ ਕੇ ਰਹਿ, ਗਿੱਠ ਦਾ ਫਰਕ ਰੱਖ ਮੇਰੇ ਨਾਲ। ਚੱਲ ਉਹ ਗੱਲ ਸੁਣ ਤੂੰ ਯਾਰ, ਅਮਲਿਆ ਤੂੰ ਨਜ਼ਾਰੇ ਲੈਣਾ ਯਾਰ। ਹਾਂ, ਇਹ ਗੱਲ ਤੇਰੀ ਸਹੀ ਆ। ਉਹ ਇੱਕ ਗੱਲ ਹੈਗੀ ਆ, ਸਿਲੰਡਰ ਵੇਚ ਕੇ ਕੱਪੜੇ ਤਾਂ ਆ ਗਏ, ਸਿਲੰਡਰ ਕਿਸੇ ਦਿਨ ਫੇਰ ਆ ਜਾਊਗਾ, ਨਾਲੇ ਮੈਂ ਸਿਲੰਡਰ ਕਰਾਉਣਾ ਵੀ ਕੀ ਆ ਜਦੋਂ ਮੈਂ ਚਲੀ ਬੰਬੇ ਜਾਣਾ। ਅਸਲ ਇੱਕ ਬੰਬੇ ਜਾਣ ਜੋ ਕਰਾਇਆ ਜੇ, ਫਿਰ ਮੈਂ ਨਜ਼ਾਰਾ ਲੈ ਲੂੰਗਾ। ਕੋਈ ਗੱਲ ਨਹੀਂ, ਬੰਬੇ ਟਿਕਟ ਮੈਂ ਕਰਾ ਦੂੰਗਾ। ਹੈਂ, ਮੈਂ ਕਰਾ ਦੂੰਗਾ, ਕਰਵਾ ਦੇਗਾ। ਹਾਂ, ਪੱਕਾ ਪੱਕਾ, ਪੱਕੀ ਗੱਲ ਆ। ਤੇ ਆ ਗੱਲ ਨਾ ਭਰਾ ਮੁੜ ਕੇ ਕਹੀ, ਮੈਂ ਤਾਂ ਦਰਜਾ ਲੱਗਣ ਲੱਗ ਗਿਆ ਤੁਹਾਡੀ ਦੀ ਰੀਤ ਤੋਂ, ਮੈਂ ਤੋਂ ਬਸ ਪੈਸੇ ਲੈ ਜੀ ਬਸ। ਭਾਜੀ ਧੱਕਾ, ਭਾਜੀ ਦੀ ਤਕਰੀਰ। ਹਾਂ, ਜ਼ਮਾਨ ਤੇ ਰਹੀ ਫਿਰ, ਪੱਕਾ ਜ਼ਮਾਨ ਤੇ, ਪੱਕੀ ਗੱਲ ਆ। ਕਿੰਨੇ ਦੇਗਾ, ਕਿੰਨੇ ਮਰਜ਼ੀ ਮੰਗ ਲਈ ਉਹਨੇ ਦੇ ਦੂੰ, ਲਿਖਤ ਲਿਖਿਆ ਕਰੂ ਮੈਂ। ਹਾਂ, ਕਰਾ ਲਈ 31 ਤਰੀਕ ਨੂੰ ਲੈ ਜੀ ਬਸ, ਠੀਕ ਹੈ। ਭਾਨੇ ਵਰਗੇ ਨੂੰ ਅਮਲੀ ਨੂੰ ਲਿਆਊ ਮੈਂ, ਵਿੱਚ ਬਿਠਾ ਕੇ ਲਿਖਾਊਂਗਾ ਉਹਨਾਂ ਤੋਂ। ਉਹ ਯਾਰ ਕਿਹਨੂੰ ਮਰਜ਼ੀ ਬੁਲਾ ਲੈ, ਯਾਰ ਤੂੰ ਕੋਈ ਹੱਲ ਤਾਂ ਦੱਸਦਾ ਨੀ ਪਿਆ, ਤੂੰ ਤਾਂ ਆਪਦੀਆਂ ਗੱਲਾਂ ਛੱਡੀ ਜਾਂਦਾ। ਚੰਗਾ, ਮੈਂ ਜਾਣਾ ਯਾਰ। ਨਾ, ਜਾਣਾ ਕਿਉਂ ਭਰਾਵਾ, ਤੈਨੂੰ ਦੱਸਦਾ, ਹੱਲ ਵੀ ਦੱਸਦਾ ਮੈਂ। ਹੱਲ ਕੀ ਹੈ, ਆਪਾਂ ਜਦੋਂ ਗੁਰਦੁਆਰੇ 'ਚ ਚੱਕੀ ਗਈ ਛੋਟਾ ਨੰਬਰ ਆ ਗਿਆ, ਆਹ ਛੋਟਾ ਨੰਬਰ ਆ ਗਿਆ ਯਾਰ, ਪਤਾ ਨੀ ਕੀ ਗੱਲ ਆ। ਹੈ, ਛੋਟਾ ਫਿਰ ਵੱਡਾ ਲੈ ਲੈਂਦਾ, ਉਹ ਪੈਸੇ ਕਿਹੜਾ ਜੇਬ 'ਚੋਂ ਲਾਏ ਸੀ ਚੱਕੀ ਨੇ, ਉਹ ਉੱਥੇ ਮਿਲੀ ਨਹੀਂ ਹੋਰ। ਚੱਲ ਠੀਕ ਹੈ ਯਾਰ, ਯਾਰ ਗੱਲ ਆਏ ਆ ਯਾਰ, ਹੁਣ ਗੱਲ ਸੁਣ। ਉਹ ਯਾਰ ਕੋਈ ਰਾਇ ਦੇਣੀ ਦੱਸ, ਨਹੀਂ ਮੈਂ ਜਾਵਾਂ ਖੇਤ ਯਾਰ।
ਯਾਰ ਤੂੰ ਤਾਂ ਉਹੀ ਗੱਲ ਕਰਦਾ, ਤੂੰ ਤਾਂ ਹੁਣ ਝੋਟਿਆਂ ਵਾਲੇ ਘਰੋਂ ਲੱਸੀ ਮੰਗਣ ਆ ਗਿਆ, ਜਦੋਂ ਮੈਂ ਮੇਰੇ ਕਿਹੜਾ ਹੁਣ ਇੱਥੇ ਸੁਨੀਤਾ ਬੈਠੀ ਆ ਘਰੇ, ਮੈਂ ਤਾਂ ਛੜਾਂ ਛਾਣਡਾ ਯਾਰ, ਮੈਂ ਤੈਨੂੰ ਕੀ ਰਹਿ ਦੂੰ, ਮੈਂ ਤਾਂ ਨਸ਼ੇ ਬਾਰੇ ਪੁੱਛ ਲਾ ਵੀ ਭੁੱਕੀ ਚਾਹ 'ਚ ਪਹਿਲਾਂ ਪਾਵਾਂ ਕਿ ਬਾਅਦ 'ਚ ਪਾਵਾਂ, ਡੋਡੇ ਕੁੱਟ ਕੇ ਪਾਈਏ ਕਿ ਰੋਖੇ ਖਾਈਏ, ਭੁੱਕੀ ਜੇਬ 'ਚ ਰੱਖੀਏ ਠੀਕ ਹੈ, ਫਿਰ ਨੂੰ ਡੱਬੀ 'ਚ ਰੱਖੀਏ ਕਿ ਕਾਜ ਨਾ ਲਾ ਕੇ ਰੱਖੀਏ, ਮਾੜੀ ਜਦ ਪਾਥੇ ਨੇ ਗਾ ਤੇਰੀ ਗੱਲ ਤੇ ਉਹ ਆ ਉਹ ਨਾ ਨਾ ਪਾਥੀਆਂ ਪੁੱਥੇ ਦੀ ਕਾਣ, ਉਹ ਮੇਰੀ ਤਾਂ ਵੀ ਆ ਗਏ ਨਾਲ ਯਾਰ, ਮੈਂ ਜਾਣਾ ਕਿੱਥੇ, ਉਹ ਭਾਵੇਂ ਦਰੋ ਮੇਰੀ ਤਾਂ ਗੱਡੀ ਵੀ ਬਾਹਰ ਖੜੀ ਆ, ਉਹ ਤੇਰੀ ਗੱਡੀ ਕਿਹੜੀ ਆ ਗਈ, ਉਹ ਗਵਾਂਡ ਗਵਾਂਡੀਆਂ ਦੀ ਬਲਦ ਗੱਡੀ, ਚੰਗਾ ਯਾਰ ਤੂੰ ਪਕਾਈ ਮਰੀ ਜਾਏਗਾ, ਕੋਈ ਕੰਮ ਦੀ ਗੱਲ ਤੇ ਮੇਰੀ ਗੱਲ ਸੁਣ ਲਾ, ਮੈਂ ਤੇਲੂ ਦੇ ਖਾਤੇ 'ਚ ਲਿਖਿਆ ਕੇ ਆਊਂਗਾ ਇੱਕ ਕੁੜੀ ਜਰਦੇ ਦੀ, ਲਿਖਾ ਦੀ ਲਿਖਾ ਦੀ, ਚੰਗਾ ਚੰਗਾ, ਨਾਲੇ ਸੌਦਾ ਪੱਤਾ ਵੀ ਥੋੜਾ ਘਣਾ 400-500 ਦਾ, ਓਏ ਇਹੋ ਜਿਹਾ ਕੰਮ ਨਹੀਂ, ਜਰਦੇ ਦੀ ਪੂਰੀ ਲਾਲੀ ਕੱਲੀ, ਚੰਗਾ ਮੈਂ ਇੱਥੋਂ ਰਹਿ ਭਾਲਦਾ, ਮੈਂ ਤਾਂ ਨਸ਼ੇ ਦੀ ਰਿਆ ਲੈ ਲਾ ਜਿੰਨੀ ਮਰਜ਼ੀ, ਊਂ ਇੱਕ ਗੱਲ ਹੈਗੀ ਆ, ਮੈਂ ਜਿੰਨਾ ਪਿੰਡ 'ਚ ਨੰਗ ਹੁੰਦਾ ਬੰਦਾ ਨਾ ਉਨੀ ਢੰਗ ਕਰਦਾ ਹੁੰਦਾ ਜਿਵੇਂ ਮੈਂ ਕਰਦਾ, ਤਾਂ ਹੁਣ ਦੁਬਾਰੇ ਚੱਲੀਏ ਉਹਨਾਂ ਤੋਂ ਕੁੱਟ ਖਾਈ, ਆ ਉਹਨਾਂ ਨਾਲ ਲੁੱਤੀਆਂ ਲਾਈਏ ਲੜਾਈਏ, ਓਏ ਆ ਗਿਆ ਜੱਕਾ ਲਾਈ ਹੁਣ, ਰੁਕੀ ਰੁਕੀ ਵੀਰੇ, ਉਹ ਡੱਬੀਆਂ ਜੀਆਂ ਦਿਖਾਇਓ ਪਲਾਸਟਿਕ ਵਾਲੀਆਂ, ਹੋਰ ਕਲਰ ਦਿਖਾ ਵੀਰੇ, ਨਾ ਤਾਂ ਤੂੰ ਬਿਨਾ ਪੁੱਛੇ ਹੁਣ ਸਾਈਕਲ ਵਾਲਿਆਂ ਨੂੰ ਵੀ ਖੜਾਉਣ ਲੱਗ ਗਈ, ਹੈ ਕਿਹਨੂੰ ਪੁੱਛਿਆਗਾ ਤੂੰ, ਬੇਬੇ ਤੁਸੀਂ ਉਧਰ ਬੈਠੇ ਸੀਗੇ ਤੇ ਨਾਲੇ ਤੇਰੇ ਪੁੱਤੀ ਕਹਿ ਕੇ ਗਿਆ ਸੀ, ਕਹਿੰਦਾ ਡੱਬੀਆਂ ਟੁੱਟੀਆਂ ਪਈਆਂ ਨੇ ਨਵੀਆਂ ਲੈ ਲਈ, ਉਹ ਮੈਨੂੰ ਕਹਿੰਦਾ ਹੁੰਦਾ ਜਿਹੜੀ ਚੀਜ਼ ਲਿਆਉਣੀ ਹੁੰਦੀ ਆ, ਠੀਕ ਆ ਨਾ, ਆਪ ਮਹਾਰੀ ਹੋਈ ਪਈ ਹੈਗੀ, ਬੇਬੇ ਤੁਸੀਂ ਹੋਊਂਗੇ ਨੀ ਉਦੋਂ ਕੋਲੇ, ਲੈ ਹੋਊਂਗੇ ਨੇ ਹੁਣੀ ਤੂੰ ਚੱਲ ਪਈ, ਕੋਈ ਨਾ ਆ ਜਾਂਦੇ, ਮੈਂ ਪੁੱਛੂ ਉਹਨੂੰ ਵੀ ਤਾਂ ਕਿਹਾ ਸੀ, ਬੇਬੇ ਫਿਰ ਆਪਣੇ ਬਾਹਰ 'ਚ ਹੀ ਆ, ਮੈਂ ਕਿਹੜਾ ਕਿ ਦੂਰ ਗਈ ਆ ਕਿਸੇ ਦੀ ਚੀਜ਼ ਨਾਲ, ਮੈਨੂੰ ਨਹੀਂ ਇਹ ਚੀਜ਼ਾਂ ਪਸੰਦ ਹੈਗੀਆਂ, ਵੀ ਬਾਹਰ 'ਚ ਸਾਡੀ ਨੂੰਹ ਧੀ ਖੜੇ, ਸਮਝ ਗਈ ਨਾ, ਕੋਈ ਨਾ ਬੇਬੇ ਅੱਜ ਆ ਗਈ, ਅੱਗੇ ਤੋਂ ਆਉਂਦੀ ਨਹੀਂ, ਬਸ ਆ ਗਈ, ਅੱਜ ਡੱਬੀਆਂ ਲੈ ਲਾਂਦੇ, ਲੈ ਲਾ ਕੀ ਲੈਣਾ ਮੇਰੇ ਹੁੰਦੇ ਖੜ, ਕਿਹੜੀ ਪਸੰਦ ਆ ਲੈ ਲੈ ਇੱਕ ਵਾਰੀ, ਆ ਤਾਂ ਪੀਲੀ ਜੋ ਲਾਲ ਜੀ ਆ, ਹੋਰ ਦਿਖਾ ਦੇ ਵੀਰੇ, ਹਾਂ ਦੋ ਕਲਰ ਹੈ, ਕਿੰਨੇ ਦਾ ਇਹ ਪੀਸ ਭਾਈ, 40 ਦਾ, ਮਹਿੰਗਾ ਹੈਗਾ ਇਹ ਤਾਂ, ਆਪੇ ਮੰਗਾ ਲਾਂਗੇ ਸ਼ਹਿਰ ਚੋਂ, ਫੜਾ ਨੂੰ ਬੇਬੇ, ਫੇਰ ਕਿ ਹੁੰਦਾ 40 ਰੁਪਏ ਦਾ, ਨਾ ਨਾ ਇੰਨੀ ਮਹਿੰਗੀ ਚੀਜ਼ ਕੀ ਕਰਨੀ ਹੈਗੀ, ਨਾਲੇ ਕੀ ਹੈ ਚ ਜਿੰਦਰੀ ਜਾਨ ਨਹੀਂ, ਫੜਾ ਨੂੰ ਭਾਈ, ਠੀਕ ਠੀਕ ਲਾ ਲਾ, ਸਾਡੀ ਬੁੜੀ ਦਾ ਸੁਭਾਅ ਨਹੀਂ ਹੈਗਾ, ਕੋਈ ਨਾ 30 ਰੁਪਏ ਲਾ, 30 ਰੁਪਏ ਦੀ ਕਹਿੰਦਾ ਬੇਬੇ, 30 ਰੁਪਏ, 50 ਰੁਪਏ ਦੇ ਦੇ, ਦੋ ਲੈ ਲਾ, 60 ਨਾ ਬਸ ਹੈ, ਦੇਖ ਤੈਨੂੰ ਕਿਹਾ ਨਾ ਭਾਈ, ਲੈ ਲਾ 50 ਰੁਪਏ, 60 ਫੜਾ ਫੜਾ ਬਸ, ਤੂੰ ਚੱਲ ਪੇ ਮੰਗਾਉਂਗੀ ਮੁੰਡੇ ਤੋਂ ਚੀਜ਼, ਬਾਈ ਬਣ ਕੇ 50 ਲੈ ਲਾ, 60 ਐਵੇਂ ਕਿਤੇ ਬਣਦੇ ਆ ਪੈਸੇ, 10 ਰੁਪਏ ਬਾਅਦ ਚ ਦੇ ਦੂੰਗੀ, ਨਾ ਕੀ ਕਹੀ ਜਾਂਦੀ ਆ, ਹੌਲੀ ਹੌਲੀ ਜੇ, ਕੁਛ ਨੀ ਬੇਬੇ, ਕਹਿੰਦਾ ਚੱਲ 50 ਹੀ ਦੇ ਦੋ, ਤੁਹਾਡੀ ਬੁੜੀ ਦਾ ਸੁਭਾਅ ਭੈੜਾ ਕਹਿੰਦਾ, ਹਾਂ ਮੇਰੇ ਤਾਂ ਕੰਡੇ ਲੱਗਿਆ ਸੁਭਾਅ ਭੈੜਾ, ਫੜਾ ਇੱਧਰ ਚੱਲ ਅੰਦਰ, ਬੇਬੇ ਆ ਵੀ ਦਵਾ ਦੇ, ਨਾ ਤੂੰ ਨਿਆਣੀ ਐ, ਜੀ ਜਾ ਕਰੀ ਜਾਂਦਾ, ਦੇਖੀਂ ਕਦੋਂ ਕਰਦੀ, ਲੈ ਲੈ ਮੱਥਾ ਡੰਮ ਦਿੰਨੀ ਆ ਤੇਰਾ, ਹੋਰ 10 ਰੁਪਏ ਲਵਾਉਗੀ, ਆਹ ਜੋ ਮੈਂ ਘਟਾਏ ਆ ਤੇ ਆਹ 10 ਰੁਪਏ ਮੇਰੇ ਹੋਰ ਲਵਾਉਣੀ ਆ ਤੂੰ, ਚੱਲ ਫਿਰ ਬੇਬੇ ਲੈਂਦੀ ਨਹੀਂ, ਚੱਲ ਅੰਦਰ, ਕਾਹਨੂੰ ਖਾਣ ਚੀਜ਼ਾਂ ਆਉਂਦੀਆਂ ਘਰੇ ਤੈਨੂੰ, ਚੱਲ ਆ ਜੇ ਬੇਬੇ, ਪੈਸੇ ਦੇ ਦੇ ਬੇਬੇ, ਮੇਰੇ ਬਿਨਾ ਪੁੱਛੇ ਕੋਈ ਚੀਜ਼ ਨਹੀਂ ਦਿੱਤੀ ਦੇਣੀ, ਠੀਕ ਹੈ, ਅੱਜ ਤਾਂ ਤੂੰ ਖੜ ਗਿਆ, ਤੂੰ ਕਹਦੇ ਕਰ ਤੇਰੀ ਮਾਂ ਆਵੇ ਭਾਈ ਬਾਹਰ, ਠੀਕ ਹੈ, ਆਹੋ ਨਾਟਕ ਜਣਾ ਕਿੰਨਾ ਸੋਹਣਾ ਲੱਗਦਾ, ਇੱਕ ਆ ਬੇਬੇ ਬਾਲੀਆਂ ਸੋਹਣੀਆਂ ਬਣਾਉਂਦੀ ਆ ਵੀਡੀਓ, ਆ ਤਾਂ ਮੇਰਾ ਜੀ ਕਰਦਾ ਦੇਖੀ ਦੇਖੀ ਜਾ, ਮੈਂ ਦੇਖ ਲਾ, ਦੇਖ ਲਾ ਕਿਵੇਂ ਲੱਤਾਂ ਪਸਾਰੀਆਂ ਨੇ, ਬਹਿ ਜਾ ਬੇਬੇ, ਵੇਲੜ ਨੇ ਲੱਗੀ ਪਈ ਆ ਮੋਬਾਈਲ ਤੇ ਮੌਜਾਂ ਨਾਲ, ਨਾ ਤੇਰੇ ਆਹ ਬੈਠਣ ਵਾਸਤੇ ਆਏ ਆ ਹੈ ਵੀ ਤੂੰ ਤੋੜੀ ਜਾਵੇਂ ਆ ਦੇਖੀ ਜਾਵੇਂ ਮੋਬਾਈਲ, ਕੁੜੇ ਪਰਛਾਵਾਂ ਦੇਖ ਲਾ ਕਿੱਡਾ ਢਲ ਗਿਆ, ਚਾਹ ਦੀ ਘੁੱਟ ਗਾਲ ਲਾ, ਕੋਈ ਨੀ 1:30 ਵਜੇ ਬਣਾਉਂਗੀ।
ਗੱਲਾਂ ਫਿਰ ਬੇਬੇ ਤੁਸੀਂ ਨਾ ਕਹਿੰਦੇ ਵੀ ਸਾਡੇ ਤਾਂ ਸਾਰਾ ਸਮਾਨ ਘਰੇ ਆ, ਸਾਨੂੰ ਤਾਂ ਬਸ ਕੁੜੀ ਤਿੰਨੇ ਕੱਪੜਿਆਂ ਚ ਚਾਹੀਦੀ ਆ, ਸਾਨੂੰ ਤਾਂ ਉਹੀ ਪੈਸੇ ਦੇ ਦੋ। ਉਹ ਤਾਂ ਐਂ ਝੋਲੀ ਕਰ ਲਈ ਸੀ ਬੇਬੇ, ਫਿਰ ਉਹਨਾਂ ਨੇ ਝੋਲੀ ਚ ਪਾ ਤੇ ਤੁਹਾਡੇ। ਨਾ ਤੈਨੂੰ ਹੋਰ ਕੋਈ ਕੰਮ ਹੈ ਨੀ, 100 ਹੁੰਦੇ ਆ ਕੰਮ, ਮੋਬਾਈਲ ਜਾ ਲੈ ਕੇ ਬਹਿ ਜਾਂਦੀ ਆ ਤੂੰ। ਹੁਣ ਨਾ ਬੇਬੇ ਕੰਮ ਨੂੰ ਮੇੜ ਕੇ ਬੈਠੀ ਸੀਗੀ, 10 ਮਿੰਟ ਚੱਕਿਆ ਸੀ ਫੋਨ, ਉਹਦੀ ਤੁਸੀਂ ਕਿਚਕਿਚ ਲਾ ਕੇ ਕਰਨ। ਮੇਰੀਆਂ ਗੱਲਾਂ ਤਾਂ ਤੈਨੂੰ ਵੀਰ ਕਿਚਕਿਚ ਹੀ ਲੱਗਣਗੀਆਂ, ਕਿਉਂਕਿ ਮੇਰੀ ਤਾਂ ਜਵਾਨ ਰਹਿੰਦੀ ਨੀ ਟੋਕੇ ਬਿਨਾਂ। ਪਰ ਬੇਬੇ ਤੁਸੀਂ ਆਪ ਕਰ ਲਿਆ ਕਰੋ ਜਿੰਨਾ ਚਿਰ ਮੈਨੂੰ ਕਹਿੰਦੇ ਹੋ ਕੰਮ ਨੂੰ। ਕਿਆ ਮੈਂ ਕਿਉਂ ਕਰਾਂ, ਤੂੰ ਕਾਹਦੇ ਵਾਸਤੇ ਹੈਗੀ ਇੱਥੇ? ਫਿਰ ਮੈਂ ਵੀ ਦਮ ਲੈਣਾ ਹੁੰਦਾ ਬੇਬੇ, 10-15 ਮਿੰਟ ਤਾਂ ਮੈਨੂੰ ਦਿਆ ਕਰੋ ਦਿਨੇ, ਮੈਂ ਕਿਹੜਾ ਨੌਕਰਾਣੀ ਆ ਕੋਈ। ਮੈਂ ਤੈਨੂੰ ਨੌਕਰਾਣੀ ਕਿਹਾ? ਜਿੱਦਾਂ ਦੀ ਜਿੱਦਾਂ ਵਿਆਹ ਕੇ ਲਿਆਂਦੀ ਆ ਨਾ, ਇਹੋ ਜਿਹੀ ਸੀਗੀ ਡੱਕੇ ਵਰਗੀ, ਤੇ ਰੰਗ ਦੇਖ ਲਾ ਸੀ ਉਹ ਪੁੱਠੇ ਤਵੇ ਵਰਗਾ, ਇੱਥੇ ਆ ਕੇ ਰੰਗ ਕੱਟ ਗਈ, ਨਾਲੇ ਬਣ ਗਈ ਗੁੱਜਰਾਂ ਦੀ ਕੱਟੀ ਵਰਗੀ, ਖਾ ਖਾ ਕੇ ਹੋਈ ਪਈ ਆ। ਹਾਂ ਗੁੱਜਰਾਂ ਦੀ ਕੱਟੀ ਪਤਾ ਬੇਬੇ ਕਿੰਨੀ ਮੋਟੀ ਹੁੰਦੀ ਆ, ਮੈਂ ਤਾਂ ਉਦੋਂ ਬਹੁਤ ਪਤਲੀ ਹੈਗੀ। ਹਾਂ ਆਹੋ ਕਹਿਣ ਨੀ ਦਿੰਦੀ ਆਪ ਜਾਣੇ ਵੀ ਮੈਨੂੰ ਗੁੱਜਰਾਂ ਦੀ ਕੱਟੀ ਨਾ ਕਹਿ, ਮੈਨੂੰ ਪਤਾ ਲੱਗਾ ਤੇਰੀਆਂ ਗੱਲਾਂ ਦਾ। ਨਾਲੇ ਮੇਰੀ ਚਾਹ ਚ ਨਾ ਦੁੱਧ ਵਧੀਆ ਗਾਲ ਦਿਆ ਕਰ, ਐ ਨਾ ਬਹੁ ਕਰਿਆ ਕਰ, ਕਜੂਸੀ ਨਾਲ ਪਾਇਆ ਕਰ, ਅੰਦਰੇ ਆਪ ਹੀ ਪੀ ਜਾਂਦੀ ਆ, ਮੈਨੂੰ ਤਾਂ ਲੱਗਦਾ ਤੂੰ ਦੁੱਧ ਆਪ ਨੀ ਪੀਂਦੀ ਬੇਬੇ। ਜਿੰਨਾ ਕੁ ਚਾਹ ਨੂੰ ਰੱਖਦੇ ਓਨਾ ਕੀ ਪੌਣੀਆਂ ਵਰਤਦੀ ਆ ਸਾਰੇ ਦਿਨ ਚ ਮੈਂ, ਬਾਕੀ ਦਾ ਸਾਰਾ ਚੁੰਡੀ ਚੁੰਡੀ ਤੁਸੀਂ ਨਿਚੋੜ ਨਿਚੋੜ ਕੇ ਡੈਰੀ ਚ ਪਾਏ ਆਉਣੇ ਹੋਗੇ। ਕਿਉਂ ਕਬੀਲਦਾਰੀ ਨੀ ਚਲਾਉਣੀ? ਗੁਰਸ਼ਰਦੇ ਉਹ ਡਾਲ ਗਏ ਫਿਰ ਤੇਰੇ ਮਗਰ ਲੱਗ ਗਏ ਅਸੀਂ। ਸਾਰਾ ਕਿਲੋ ਦੁੱਧ ਘਰੇ ਹੁੰਦਾ ਮੈਨੂੰ ਪਤਾ, ਮੈਂ ਹੱਥਾਂ ਤੱਕ ਕਿਵੇਂ ਸਾਰਦੀ ਹੈਗੀ। ਸਾਰਦੀਆਂ ਨਾਲੇ ਹੋਰ ਤਿੰਨ ਤਾਂ ਜੀ ਆਗੇ, ਹੋਰ ਕੀ ਇੱਥੇ 5-7 ਜਾਣੇ ਆ, ਕਿਲੋ ਦੁੱਧ ਥੋੜਾ ਹਜੇ। ਤੇ ਹੋਰ ਬੇਬੇ ਤੂੰ ਐਂ ਲਾ ਲੈ, ਇੱਕ ਟਾਈਮ ਦੀ ਚਾਹ ਚ 1/2 ਕਿਲੋ ਦੁੱਧ ਪੈ ਜਾਂਦਾ, ਪਿੱਛੇ ਅੱਗੇ 1/2 ਕਿਲੋ ਬਚਿਆ। ਨਾ ਜਿਹੜੀ ਰਾਤ ਨੂੰ ਉਹ ਦਹੀਂ ਜਮਾ ਦਿੰਦੇ ਕਿਲੋ, ਉਹ ਵੀ ਤਾਂ ਤੁਸੀਂ ਖਾਂਦੇ ਹੋ, ਉਹ ਕਿਹੜਾ ਮੈਂ ਖਾਂਦੀ ਹੈਗੀ। ਬੇਬੇ ਤੂੰ ਤਾਂ ਨਾ ਮਾੜੀ ਮਾੜੀ ਗੱਲ ਤੇ ਸੁਣਾਉਣ ਬੈਠ ਜਾਂਦੀ ਆ, ਤੂੰ ਦਹੀਂ ਨਾ ਜਮਾਇਆ ਕਰ, ਤਾਂ ਖਾਂਦੇ ਹੀ ਨਹੀਂ, ਆ ਜਾਂਦੇ ਉਹਨੂੰ ਵੀ ਕਹਿੰਦੀ ਹਾਂ ਮੈਂ। ਤੂੰ ਕੀ ਕਹੇਗੀ? ਮੈਂ ਕਹੂੰਗੀ ਵਿਆਹ ਦੇਖ ਲਾ, ਲਿਆ ਕੇ ਦੇ ਤਾ ਇਹਨੂੰ ਬੱਟਾ ਜਾ, ਵਿਹਲੀ ਬੈਠੀ ਆਹ ਲੱਗੀ ਰਹਿੰਦੀ ਹੈਗੀ, ਤੇ ਇਹਨੂੰ ਐਂ ਨੀ ਹੈਗਾ ਵੀ ਮਾਂ ਨੂੰ ਚਾਹ ਦੀ ਘੁੱਟ ਪਿਆਦਾ ਤੇ ਰਹਿੰਦਾ ਖੁੰਦਾ ਜੇ ਖਾਂਦੇ, ਤੜਕੇ ਰੋਟੀ ਪੁੱਛ ਕੇ ਐਂ ਵੀ ਨੀ ਪੁੱਛਦੀ ਮਾਂ ਤੈਨੂੰ ਕੁਛ ਚਾਹੀਦਾ ਕਿ ਨਹੀਂ। ਬੇਬੇ ਸਵੇਰੇ ਰੋਟੀ ਖਾ ਲਈ, ਹੁਣ ਦਿਨ ਵੀ ਕਿੱਡੇ ਕਿੱਡੇ ਕਨੇ, ਦੁਪਹਿਰੇ ਕਿੱਥੇ ਭੁੱਖ ਲੱਗਦੀ ਹੈ। ਕੁੜੇ ਵੀਰ ਹੁਣ ਤਾਂ ਦਿਨ ਵੱਡੇ ਹੋ ਗਏ ਤੇ ਰਾਤਾਂ ਹੋ ਗਈਆਂ ਛੋਟੀਆਂ, ਹੁਣ ਤਾਂ ਦਿਨੇ ਭੁੱਖ ਮੱਲੋ ਮੱਲੀ ਲੱਗਦੀ ਹੈ ਜੀ। ਪਤਾ ਨੀ ਬੇਬੇ ਮੈਂ ਹੀ ਨੀ ਖਾਂਦੀ ਦਿਨੇ, ਤਾਂ ਮੈਨੂੰ ਐ ਰਹਿੰਦਾ ਵੀ ਸਾਨੂੰ ਭੁੱਖ ਨੀ ਲੱਗਦੀ ਹੈਗੀ, ਮੈਂ ਤਾਂ ਨੀ ਪੁੱਛਦੀ। ਤੂੰ ਤਾਂ ਕੁਛ ਖਾਂਦੀ ਨੀ, ਤੂੰ ਤਾਂ ਉਹੀ ਫਟੀ ਜਾਂਦੀ ਐ ਗਵਾਰੇ ਵਾਂਗੂ। ਬੇਬੇ ਦੇਖ ਕਿੱਥੇ ਖਾਂਦੀ ਐ ਮੈਂ, ਦੀਦਾ ਹੀ ਆ ਤੇਰਾ ਮੂੰਹ, ਮੈਨੂੰ ਐਡਾ ਚਾਪੜ ਵਰਗਾ ਕਰੀ ਬੈਠੀ ਹੈਗੀ। ਪਤਾ ਨੀ ਮੁੰਡਾ ਕਿਉਂ ਨੀ ਝਿੜਕਦਾ ਹੈਗਾ ਇਹਨੂੰ, ਕਹਿੰਦਾ ਹੈਗਾ ਐ ਨੀ ਕਹਿੰਦਾ ਹੈਗਾ ਵੀ ਜਿਵੇਂ ਮਾਂ ਕਹਿੰਦੀ ਐ ਮਗਰ ਲੱਗ ਜਾ ਕਰ, ਉਹ ਤਾਂ ਆਪ ਇਹਦੇ ਮਗਰ ਲੱਗਿਆ ਹੋਇਆ ਗਾ। ਬੇਬੇ ਆਪਦੇ ਮਗਰ ਹੀ ਰੱਖ ਆਪਦੇ ਪੁੱਤ ਨੂੰ, ਮੈਂ ਤਾਂ ਨਾ ਬਾਹਲਾ ਕਿਚ ਕਿਚ ਕਰਦੀ ਪੇਕੇ ਜਾ ਵੜਦੀ ਆ ਫਿਰ। ਆਹੋ ਕੰਮ ਤੋਂ ਖਹਿੜਾ ਛਟਾਉਣ ਦੀ ਮਾਰੀ, ਹੁਣ ਤੈਨੂੰ ਨਵਾਂ ਬਹਾਨਾ ਲੱਭਦਾ ਹੈਗਾ, ਪੇਕੇ ਜਾ ਵੜਦੀ ਆ। ਇੱਕ ਦਿਨ ਨਹੀਂ ਤੋਰਦੀ ਤੈਨੂੰ, ਇੱਕ ਦਿਨ ਤੂੰ ਪੇਕੇ ਜਾਣ ਦੀ ਗੱਲ ਕਰਦੀ ਹੈਗੀ, ਕਿਸੇ ਪਾਸੇ ਤਾਂ ਮਾਣ ਹੋ ਜਾਓ। ਹੁਣ ਤੂੰ ਗੱਲਾਂ ਜੀਆਂ ਨਾ ਕਰ, ਜਾਂ ਧਰ ਲਾ ਚਾਹ, ਚੰਨੀ ਵੀ ਆ ਜੂਗਾ ਇਤਨੀ ਬਣਦੀ ਬਣਦੀ ਤੇ। ਨਾ ਤੈਨੂੰ ਪਤਾ ਬੇਬੇ ਉਹ ਬੇਹੀ ਚਾਹ ਪੀਂਦਾ ਨੀਗਾ। ਬੜੇ ਬਹਾਨੇ ਆ ਤੇਰੇ ਕੋਲੇ, ਬਾਹਲੀ ਚਾਹ ਤਾਂ ਰਹਿਗੀ ਤੂੰ, ਨਾਟਕ ਦੇਖੀ ਲੈ। 2 ਵੱਜ ਗਏ, ਚਾਹ ਬਣਾਵਾਂ ਮੈਂ। ਆ ਗਏ ਤੁਸੀਂ ਜੀ? ਆ ਗਏ। ਬਣਾ ਲਈ ਚਾਹ? ਚਾਹ ਤਾਂ ਮੈਂ ਬਣਾ ਲਾਨੀ ਆ, ਪਹਿਲਾਂ ਨਾ ਆਪਦੀ ਮਾਂ ਨੂੰ ਟਕਿਆ ਲਾ,
ਸਾਰਾ ਦਿਨ ਬੁੜਬੁੜ ਕਰਦੀ ਰਹਿੰਦੀ ਹੈਗੀ। ਹੋਇਆ ਕਿਸੇ ਟਾਈਮ ਕਹਿਤਾ ਉਹ ਬੰਦਾ ਬਾਹਰੋਂ ਆਉਂਦਾ, ਪਹਿਲਾਂ ਚਾਹ ਪਾਣੀ ਪੁੱਛੇ, ਰੋਟੀ ਪੁੱਛੇ ਵੀ ਖਾਣਾ ਕੀ ਹੈ, ਆਉਣ ਸਾਰ ਨਾ ਘਰ ਦਾ ਕਲੇਸ਼ ਸ਼ੁਰੂ ਕਰ ਲੈਂਦੀ ਹੈ ਘਰ ਦਾ। ਆਹੋ ਮੈਂ ਹੀ ਕਲੇਸ਼ ਕਰਦੀ ਹਾਂ, ਤੇਰੀ ਮਾਂ ਤਾਂ ਜਮਾ ਨਹੀਂ ਬੋਲਦੀ। ਉਹ ਮੈਂ ਤੈਨੂੰ ਕਦੋਂ ਕਿਹਾ ਤੂੰ ਕਲੇਸ਼ ਕਰਦੀ ਹੈ? ਉੱਧਰੋਂ ਤੇਰੀ ਮਾਂ ਕਹਿਦੀ ਹੈ ਮੇਰਾ ਪੁੱਤ ਤੈਂ ਬੱਸ 'ਚ ਕਰ ਰੱਖਿਆ, ਉੱਧਰੋਂ ਪੁੱਤ ਕਹਿਦਾ ਕਿ ਮੇਰੀ ਮਾਂ ਤਾਂ ਬੋਲਦੀ ਹੋਈ ਨਹੀਂ। ਯਾਰ ਤੁਹਾਡੇ ਘਰ ਦੇ ਕਲੇਸ਼ ਕਰਕੇ ਨਾ ਮੈਂ ਇੱਕ ਦਿਨ ਮਰ ਜਾਣਾ, ਬਾਅਦ 'ਚ ਆਕੋਗੇ ਕੰਧਾਂ 'ਚ ਟੱਕਰ ਮਾਰੋਗੇ ਤੁਸੀਂ। ਨਾਲ ਬੇਬੇ ਨੂੰ ਕਿੰਨੇ ਵਾਰੀ ਸਮਝਾਇਆ ਵੀ ਨਾ ਬੋਲਿਆ ਕਰ, ਤੈਨੂੰ ਵੀ ਕਿੰਨੇ ਵਾਰੀ ਸਮਝਾਇਆ ਵੀ ਨਾ ਬੋਲਿਆ ਕਰ। ਮੈਂ ਤਾਂ ਕੁਛ ਕਹਿੰਦੀ ਹੋਈ ਨਹੀਂ ਬੇਬੇ ਨੂੰ, ਮੈਂ ਤਾਂ ਉਰੇ ਬੈਠੀ ਸੀ। ਤਾਂ ਫਿਰ ਅੱਗੇ ਤੇਰੇ ਕਿਹੜੇ ਮਾਪਿਆਂ ਨੇ ਦਿੱਤੇ ਨੇ ਇਹ ਸੋਫੇ? ਜੇ ਮੇਰੇ ਮਾਪਿਆਂ ਨੇ ਦਿੱਤਾ ਨਹੀਂ ਸਮਾਨ ਤਾਂ ਪੈਸੇ ਤਾਂ ਝੋਲੀ ਪਾਏ ਸੀ। ਯਾਰ ਬੇਬੇ ਨੂੰ ਕਿੰਨੇ ਵਾਰੀ ਸਮਝਾਇਆ ਯਾਰ, ਦਿਮਾਗ ਖਰਾਬ ਕਰੀ ਜਾਂਦੀ ਰਹਿੰਦੀ ਆ ਵੀ ਤੂੰ ਦੋ ਰੋਟੀਆਂ ਖਾਣੀਆਂ ਖਾ ਲਿਆ ਕਰ ਚੁੱਪ ਕਰਕੇ। ਅੱਜ ਬਥੇਰਾ ਜਲੂਸ ਕੱਢਿਆ ਮੇਰਾ ਬਾਹਰ 'ਚ, ਉਹ ਸਮਾਨ ਵਾਲਾ ਭਾਈ ਆ ਰਿਹਾ ਸੀ, ਮੈਂ ਡੱਬੀਆਂ ਜਾਣ ਲੱਗ ਗਈ, ਟੁੱਟੀਆਂ ਪਈਆਂ ਸੀ। ਹਾਂ ਉਹ ਤਾਂ ਮੈਂ ਹੀ ਕਿਹਾ ਸੀ ਤੈਨੂੰ ਲੈ ਆਈ। ਕਹਿੰਦੀ ਕਿਹਨੂੰ ਪੁੱਛ ਕੇ ਆਈ ਆ? ਮੈਂ ਤੇਰਾ ਪੁੱਤ ਕਹਿ ਕੇ ਗਿਆ ਸੀਗਾ, ਤਾਂ ਉਹ 60 ਰੁਪਇਆ ਮੰਗਦਾ ਸੀ, 10 ਰੁਪਇਆ ਵਿੱਚ ਛੱਡ ਕੇ ਖੜ ਗਈ ਉੱਥੇ। ਉਹ ਲੈ ਲਈਆਂ ਡੱਬੀਆਂ ਲੈਤੀਆਂ ਨੀ ਹਨਾ? ਲੈ ਲਈਆਂ 5 ਕਲੇਸ਼ ਨਾਲ, ਹੋਰ ਬਥੇਰਾ 100-100 ਰੁਪਇਆ ਡਾਇ ਆਊਗੀ। ਉਹ ਦੁਕਾਨਾਂ ਤੇ ਕਿਤੇ ਕੁਛ ਲਈ ਕਿਤੇ ਕੁਛ ਲਈ, ਉਹਨੂੰ 10 ਰੁਪਇਆ ਵੱਧ ਨਹੀਂ ਦੇਣ ਦਿੱਤੇ। ਉਹ ਬੇਬੇ ਨੂੰ ਕਿੰਨੇ ਵਾਰੀ ਕਿਹਾ ਮੈਂ ਗਲੀ 'ਚ ਜਲੂਸ ਨਾ ਕੱਢਿਆ ਕਰੋ, ਨਾ ਕੱਢਿਆ ਕਰੋ। ਨਜ਼ਾਰਾ ਹੀ ਨਹੀਂ ਆਉਂਦਾ ਜਲੂਸ ਕੱਢੇ ਤੇ ਬਗੈਰ, ਕਿੱਥੇ ਨਜ਼ਾਰਾ, ਰੋਟੀ ਨੀ ਹਾਜ਼ਮੀ ਆਉਂਦੀ ਉਹਦੀ ਜਿੰਨਾ ਚਿਰ ਬੋਲੇ ਨਾ ਉਹ ਗਲੀ 'ਚ ਆ ਕੇ। ਉਹ ਪਹਿਲਾਂ ਵਾਲੀ ਬੇਬੇ ਨੀ, ਪਹਿਲਾਂ ਤਾਂ ਬਾਹਲੀਆਂ ਗੱਲਾਂ ਕਰਦੀ ਸੀ, ਪੁੱਤ ਤੂੰ ਵਿਆਹ ਕਰਾ ਲਾ, ਮੈਂ ਤੇਰੇ ਐਂ ਰਹਿ ਕਰੂੰ ਐਂ ਰਹਿ ਕਰੂੰ। ਉਹ ਬੇਬੇ ਮੈਂ ਵਿਆਹ ਕਰਾ ਕੇ ਫਸਾ ਦੇਂਗੀ ਤੂੰ ਮੈਨੂੰ, ਉਹੀ ਗੱਲ ਕਿਹੜੇ ਕੰਜਕਲੇ ਤੋਂ ਡਰਦਾ ਸੀ, ਲੋਕਾਂ ਦਾ ਕੰਜਕਲੇ ਦੇਖਦਾ ਸੀ, ਉਹੀ ਅੱਜ ਸਾਡੇ ਘਰੇ ਹੋਈ ਜਾਂਦਾ। ਆਹੋ ਉਹ ਤਾਂ ਕਹਿੰਦੀਆਂ ਹੀ ਹੁੰਦੀਆਂ ਨੇ ਮੇਰੇ ਪੁੱਤ ਦਾ ਘਰ ਵੱਸ ਜੇ, ਹੈਂ ਫਿਰ ਉਦੋਂ ਬਾਅਦ ਕੱਚ ਨੀ ਕੋਈ ਸੜਦੀਆਂ ਜਾੜਨ ਲੱਗੀਆਂ। ਚੱਲ ਹੁਣ ਤੂੰ ਮੈਨੂੰ ਚਾਹ ਦੇ ਪਿਆ ਦੇ, ਮੈਂ ਤੇ ਨਹੀਂ ਤੇਰੇ ਨਾਲ ਲੜਦਾ, ਮੈਂ ਤੇਰੇ ਨਾਲ ਹੀ ਹਾਂ। ਜੇ ਨਾਲ ਹੈ ਤਾਂ ਹੀ ਮੈਂ ਦੱਸਿਆ ਤੈਨੂੰ, ਤੇ ਸਮਝਾ ਲਾ ਆਪਦੀ ਮਾਂ ਨੂੰ ਹੁਣ, ਤੇ ਨਹੀਂ ਫਿਰ ਗੋਡਿਆਂ ਥੱਲੇ ਦੇ ਲੂੰ ਮੈਂ ਤਾਂ। ਪਰ ਤੂੰ ਵੀ ਨਾ ਬੋਲਿਆ ਕਰ, ਤੂੰ ਚੁੱਪ ਕਰ ਜਾਇਆ ਕਰ। ਆਹੋ ਕਸੂਰ ਤਾਂ ਸਾਰਾ ਮੇਰਾ ਹੀ ਹੈ, ਤੁਹਾਨੂੰ ਕੌਣ ਸਮਝਾਵੇ ਮਾਂ ਪੁੱਤਾਂ ਨੂੰ। ਕੋਈ ਨਹੀਂ ਮੰਨਦੀ, 12 ਉਹ 13 ਇੱਕੋ ਹੀ ਘਰ ਨੰਬਰ ਤੋਂ ਕੋਈ ਘੱਟ ਹੀ ਨਹੀਂ ਨਾ। ਉਹ ਕਹਿੰਦੀ ਮੈਂ ਵੱਧ ਤਕੜੀ ਹਾਂ, ਇਹ ਕਹਿੰਦੀ ਮੈਂ ਤਕੜੀ ਹਾਂ। ਉਹ ਕੀਤਾ ਵੀ ਕੀ ਜਾਵੇ ਯਾਰ, ਕੋਈ ਲਾਉਣਾ ਸਕੀਮ ਅਮਲੀ ਨੂੰ ਪੁੱਛਦੇ ਹਾਂ, ਸਕੀਮ ਲਾਵੇ ਦੱਸੇ ਕੋਈ। ਚੱਲ ਚਾਹ ਪੀ ਕੇ ਜਾਵਾਂਗੇ ਯਾਰ, ਨਾਲੇ ਕੱਖ ਜਿਹਾ ਵੱਢ ਲਿਆਵਾਂਗੇ। ਮੈਂ ਵੀ ਗਲਤੀ ਕੀਤੀ ਯਾਰ, ਉਹ ਰੇੜੀ ਜੀ ਪਾ ਕੇ ਨਾਲ ਹੀ ਲੈ ਜਾਂਦਾ। ਲੈ ਮੈਂ ਬੇਬੇ ਨੂੰ ਸਮਝਾ ਕੇ ਆਵਾਂ, ਜੇ ਸਮਝ ਜੇ। ਬੇਬੇ ਸੁੱਤੀ ਪਈ ਆ? ਆ ਗਿਆ ਤੂੰ? ਬੇਬੇ ਮੈਂ ਤੇ ਆ ਗਿਆ, ਤੁਸੀਂ ਦੋਨਾਂ ਨੇ ਬਹੁਤ ਪਾ ਰੱਖਿਆ, ਗੱਲ ਸੁਣ ਲੈ ਮੇਰੀ। ਕਿਉਂ ਲੜਦੀ ਹੁੰਦੀ ਉਹਦੇ ਨਾਲ ਤੂੰ? ਮੈਂ ਲੜਦੀ ਹਾਂ? ਮੇਰੇ ਸਿੰਗਲ ਲੱਗੇ ਨੇ ਵੀ ਮੈਂ ਲੜਦੀ ਹਾਂ ਉਹਦੇ ਨਾਲ? ਮੈਨੂੰ ਐਂ ਦੱਸ, ਚਾਹ ਦੀ ਘੁੱਟ ਮੰਗੀ ਮੈਂ ਉਹਦੇ ਕੋਲ, ਮੌਜਾਂ ਨਾਲ ਲੱਤਾਂ ਪਸਾਰੀ ਪਈ ਸੋਫੇ ਤੇ, ਤੇ ਦੇਖ ਲਾ ਉਹ ਨਾਟਕਾਂ ਦੀਆਂ ਜਾਂਦਾ ਖਰੜਾ ਨਹੀਂ ਛੱਡਦੀ, ਇਹੋ ਜਿਹਾ ਲਿਆ ਕੇ ਦਿੱਤਾ, ਤੂੰ ਠੀਕ ਕਰਾ ਜਾ ਉਹਨੂੰ। ਉਹ ਬੇਬੇ ਉਹ ਸਵੇਰੇ ਬੋਰ ਹੋ ਜਾਂਦੀ ਸੀ, ਉਹ ਕਹਿੰਦਾ ਮੈਂ 10 ਮਿੰਟ ਚੱਲ ਦੇਖ ਲੈਂਦੀ ਹਾਂ। ਮੈਂ ਲਿਆ ਤਾ, ਫਿਰ ਕੀ ਹੋ ਗਿਆ? ਉਹ ਸਹੀ ਤਾਂ ਕੰਮ ਕਰਦੇ, ਸਾਰਾ ਕੰਮ ਕਰਦੀ ਆ ਘਰ ਦਾ, ਤੇ ਨਾਲੇ ਮੈਂ ਹੀ ਕਿਹਾ ਹੋਇਆ ਵੀ 2 ਚਾਹ ਬਣਾਇਆ ਕਰ। ਅੱਛਾ ਵੀ ਕੰਜਰਾ ਉਹ ਠੀਕ ਕਰਾ ਜਾ ਲਿਆ ਤਾਂ ਦਿੱਤਾ, ਇੱਦਾਂ ਤਾਂ ਕੋਈ ਮੱਝ ਬੰਨ ਦਿੰਦਾ ਕਿਸੇ ਕਿੱਥੇ ਤਾਂ ਲੱਗਦੀ, ਦੁੱਧ ਪੀਂਦੇ ਤੇ ਦੁੱਧ ਵੇਚਦੇ, ਹੁਣ ਤੜਕੀ ਕਰਕੇ ਮੇਕਅਪ ਉਹਨੂੰ ਟਕ 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 ਜੀ ਕਰੀ ਜਾਂਦੀ ਰਹਿੰਦੀ ਆ, ਕਦੇ ਫਿਲਮਾਂ ਲਾ ਲਈਆਂ ਕਦੇ ਕੁਛ ਲਾ ਲਿਆ। ਉਹ 5-7 ਹਜ਼ਾਰ ਤਾਂ ਕਿਹੜੀ ਮੱਝ ਆਉਂਦੀ ਆ, ਕੱਟਾ ਵੀ ਨਹੀਂ ਆਉਂਦਾ। ਮੱਝ ਜਿੰਨਾ ਖਰਚਾ ਤਾਂ ਹੈਗਾ ਉਹਦਾ, ਚੜੇ ਮਹੀਨੇ ਪਵਾਉਣਾ ਹੋਏਗਾ ਨੈੱਟ ਨੁੱਟ ਜਾ। ਉਹ ਬੇਬੇ ਫੇਰ ਕੀ ਹੋ ਗਿਆ, ਪੈਸਾ ਕਮਾਉਣੇ ਕਾਹਦੇ ਖਾਤਰ ਆ, ਮਾੜਾ ਮੋਟਾ ਲਾਉਣਾ ਪੈਂਦਾ,
ਉਹ ਸਮਝ ਆ ਬੇਬੇ, ਤੂੰ ਉਹ ਬੇਬੇ ਨਹੀਂ ਰਹੀ ਜਦੋਂ ਤੂੰ ਮੈਨੂੰ ਕਹਿੰਦੀ ਹੁੰਦੀ ਮੈਂ ਗੱਲ ਯਾਦ ਕਰ ਲਾ। ਬੇਬੇ ਬਣ ਗਈ ਰੋਟੀ? ਬਸ ਪੁੱਤ ਆ ਸਬਜ਼ੀ ਵੀ ਬਣ ਗਈ, ਰੋਟੀ ਵੀ ਲਾ ਦਿੰਦੀ ਆ। ਲਿਆ ਫਿਰ ਮੈਂ ਅੰਦਰ ਜਾਵਾਂ ਰੋਟੀ ਖਾਣ। ਦੇਖ ਗੱਲ ਸੁਣ ਮੇਰੀ, ਸਬਜ਼ੀ ਰੋਟੀ ਬਣਾਉਂਦੀ ਬਣਾਉਂਦੀ ਮੈਂ ਤਾਂ ਆਪ ਬੁੜੀ ਹੋਈ ਪਈ। ਹੁਣ ਤਾਂ ਪੁੱਤ ਤੂੰ ਵਿਆਹ ਕਰਾ ਲੈ, ਮੈਨੂੰ ਵੀ ਕੋਈ ਸੁੱਖ ਲੈ ਲੈਂਦੇ। ਬੇਬੇ ਵਿਆਹ ਵਾਲਾ ਤਾਂ ਵਰਕਾ ਪਾਟਿਆ ਹੋਇਆ, ਮੈਂ ਨਹੀਂ ਕਰਾਉਂਦਾ ਵਿਆਹ। ਆ ਕੀ ਗੱਲਾਂ ਕਰਤੀਆਂ ਤੂੰ ਹੈਂ? ਬੇਬੇ ਲੋਕਾਂ ਦਾ ਹਾਲ ਦੇਖਦਾ, ਰੋਜ਼ ਜੁੰਡਮ ਜੁੰਡੀ ਹੋ ਜਾਂਦਾ। ਗੁਆਂਢੀਆਂ ਦੇਖ ਲਾ, ਰੋਜ਼ ਦੇਖਦਾ ਕਲੇਸ਼ ਕਿਵੇਂ ਬੁੜੀ ਲੜਦੀ ਆ ਦੋਨੇ ਆਪਸ ਚ, ਮੈਨੂੰ ਡਰ ਲੱਗਦਾ ਫਿਰ ਤੁਸੀਂ ਵੀ ਐਂ ਰੋਜ਼ ਲੜਿਆ ਕਰੋਗੇ। ਤੂੰ ਤਾਂ ਐਵੇਂ ਦਿਮਾਗ ਚ ਵਹਿਮ ਪਾਲੀ ਬੈਠਾਂਗਾ ਦੇ ਵਿਆਹ ਕਰਾ ਸਹੀ, ਮੈਂ ਤਾਂ ਆਪਦੀ ਨੂੰਹ ਨੂੰ ਫੁੱਲਾਂ ਵਾਂਗੂ ਰੱਖੂ, ਦੇਖਦਾ ਜਾਇਆ ਤੂੰ। ਬੇਬੇ ਫੁੱਲ ਨਾ ਵਾਲੇ ਟਾਈਮ ਤਾਜ਼ਾ ਨਹੀਂ ਰਹਿੰਦੇ, ਜਦੋਂ ਉਹ ਟੁੱਟ ਜਾਂਦੇ ਨਾ, ਡਾਣੀ ਤੋਂ ਟੁੱਟ ਜਾਂਦਾ ਉਹਦੇ ਮੁਰਝਾ ਜਾਂਦੇ ਆ, ਮੁੜ ਕੇ ਉਹ ਸੁੱਕ ਗਏ ਨਾ ਫਿਰ ਕਿਸੇ ਕੰਮ ਨਹੀਂ ਆਉਂਦਾ। ਬੇ ਤੂੰ ਐਵੇਂ ਨਾ ਫੁੱਲਾਂ ਵਾਂਗੂ ਰੱਖੇਂਗੀ ਤੂੰ, ਮੈਨੂੰ ਪਤਾ ਤੂੰ ਫੁੱਲਾਂ ਵਾਲੀ। ਕਿਉਂ ਕੀ ਗੱਲ, ਤੈਨੂੰ ਮੇਰਾ ਸੁਭਾਅ ਕੋਈ ਇਹੋ ਜਿਹਾ ਲੱਗਦਾ ਵੀ ਮੈਂ ਮਾੜੀ ਹੈਗੀ ਜਾਂ ਮੈਂ ਉਹੀ ਬੋਲੀ ਜਾਂਦੀ ਆ ਹੈਂ? ਬੇਬੇ ਮਾੜੀ ਨਹੀਂ, ਪਤਾ ਨੂੰ ਜਦੋਂ ਘਰ ਚ ਪੈਰ ਪਾ ਲੈਂਦੇ ਸਵਾ ਕੁ ਮਹੀਨਿਆਂ ਦਾ ਵਧੀਆ ਰਹਿੰਦੇ, ਉਦੋਂ ਬਾਅਦ ਫਿਰ ਲੜਾਈ ਕੰਚਕਲੇ ਸੀ ਰਹਿੰਦਾ। ਜਾਂ ਮੈਂ ਨਾ ਵਾਅਦਾ ਕਰ ਤੂੰ ਲੜੇਂਗੀ ਨਹੀਂ ਉਹਦੇ ਨਾਲ। ਜਮਾਂ ਨਹੀਂ ਲੜਦੀ, ਪੱਕਾ ਵਾਅਦਾ ਤੇਰੇ ਨਾਲ। ਬੇਬੇ ਵਾਅਦਾ ਨਾ, ਅੱਛਾ ਉਹ ਪ੍ਰਧਾਨ ਮੰਤਰੀ ਵਾਲਾ ਨਾ ਕਰ ਲਈ ਜਿਹੜਾ ਤੋੜ ਦਿੰਦਾ। ਬੇ ਉਹ ਗੱਲਾਂ ਹੋਰ ਨੇ, ਇਹ ਤਾਂ ਆਪਣੇ ਘਰ ਦੀ ਗੱਲ ਹੈ ਕਮਲਿਆ, ਮੈਨੂੰ ਸੁੱਖ ਹੋ ਜੂ ਪੁੱਤ, ਫਿਰ ਇਦੂ ਬਾਅਦ ਵਿਆਹ ਕਰਾਏਗਾ, ਬੁੜਾ ਹੋ ਜਾਏਗਾ ਜਦੋਂ, ਹੁਣ ਸੁੱਖ ਨਾਲ ਤੇਰੀ ਉਮਰ ਹੈਗੀ। ਬਸ ਤੂੰ ਵਾਅਦਾ ਕੀਤਾ ਫਿਰ ਤੈਨੂੰ ਵਿਆਹ ਕਰਾ ਲੂੰਗਾ, ਫਿਰ ਦੇਖ ਲਈ ਰਿਸ਼ਤਾ। ਚੱਲ ਮੈਨੂੰ ਕਹਿ ਦੀ ਚੱਲ ਰਹੀ ਤੂੰ। ਹਾਂ ਚੱਲ ਰੋਟੀ ਲਿਆਉਣੀ ਆ ਮੈਂ, ਅੰਦਰ ਵਗ ਜਾ। ਆ ਜਾ ਹਾਂ। ਹੁਣ ਦੱਸ ਬਈ ਮੈਨੂੰ ਕੀ ਪਤਾ ਸੀ ਇਹੋ ਜਿਹੀ ਨਖੱਟੂ ਆ ਜੂ ਮੇਰੇ ਘਰੇ। ਬੇਬੇ ਜਦੋਂ ਨੂੰ ਆਈ ਸੀ ਤੇਰੀ, ਮਹੀਨਾ ਸਵਾ ਮਹੀਨਾ ਪੂਰਾ ਵਧੀਆ ਰਹੇ ਸੀ, ਕੋਈ ਕੰਮ ਵੀ ਨਹੀਂ ਕਰਨ ਦਿੰਦੀ ਸੀ ਉਹਨੂੰ, ਹੈ ਹੁਣ ਕੀ ਸੱਪ ਲੜ ਗਿਆ ਤੇਰੇ? ਹਾਂ ਮੇਰੇ ਸੱਪ ਲੜ ਗਿਆ, ਪਹਿਲਾਂ ਮੈਂ ਤਾਂ ਵਧੀਆ ਲੱਗਦੀ ਸੀ, ਮੂਹਰੇ ਮੂਹਰੇ ਕੰਮ ਸਿਖਾਉਂਦੀ ਸੀ ਐਂ ਕਰ ਲਾ, ਹੁਣ ਉਹਨੂੰ ਐਂ ਬੁਰੀ ਲੱਗਦੀ ਆ, ਮੈਂ ਉਹਨੂੰ ਟੋਕਦੀ ਆ ਕੰਮ ਪਿੱਛੇ, ਹਨਾ? ਪਰ ਟੋਕਦੀ ਕਿਉਂ ਆ, ਕਰ ਲਿਆ ਗੁਰੂ। ਫਿਰ ਕਿਹਨੂੰ ਟੋਕਾਂ ਜਾ ਕੇ ਭਾਈ, ਇਸੇ ਨੂੰ ਟੋਕੂ ਮੈਂ ਤਾਂ, ਘਰ ਬਾਰ ਵੀ ਤਾਂ ਇਸੇ ਦਾ ਹੀ ਆ ਸਾਰਾ ਕੁਛ। ਓਏ ਹਾਂ ਫਿਰ ਤਾਂ ਹੀ ਤਾਂ ਕਹੀ ਨਾ ਘਰ ਬਾਰ ਉਹਦਾ, ਤੂੰ ਕੀ ਲੈਣਾ, ਤੂੰ ਚੁੱਪ ਕਰਕੇ ਸੌਂ ਜਾ ਕਰ, ਰੋਟੀ ਮਿਲ ਜਾ ਗੁਰੂ ਤੈਨੂੰ, ਜੇ ਰੋਟੀ ਟਾਈਮ ਤੇ ਨਹੀਂ ਦਿੰਦੀ ਚਾਹ ਟਾਈਮ ਤੇ ਨਹੀਂ ਦੱਸ, ਮੈਂ ਉਹਦੀ ਗੁੱਤਰੀ ਪੱਟਾਂ। ਗੱਲ ਸੁਣ ਲਾ, ਆ ਹੁਣ ਚਾਹ ਟਾਈਮ ਤੇ ਆ ਗਈ, ਮੈਨੂੰ ਨਾ ਮੈਨੂੰ ਲੱਗਦਾ 1:45 ਡੇਢ ਕੁ ਵੱਜਿਆ ਸੀ, ਮੈਂ ਉਦੋਂ ਕਹਿਤਾ ਸੀ ਵੀ ਭਾਈ ਚਾਹ ਨੂੰ ਜੀ ਕਰਦਾ ਹੈਗਾ, ਹਾਨੀ ਸਾਹਿਬ ਨੂੰ ਪੈ ਗਈ, 20 ਜਵਾਬ ਸੁਣਾਏ ਮੈਨੂੰ। ਉਹ ਬੇਬੇ ਮੈਂ ਆਪ ਹੀ ਕਿਹਾ ਹੋਇਆ, ਤੂੰ ਐਂ ਕਹਿੰਦੀ ਵੀ ਇੱਕ ਕੱਪ ਮੈਨੂੰ ਬਣਾ ਦੇ ਇਕੱਲੀ ਨੂੰ, ਵੀ ਉਹ ਪੁੱਤ ਦੀ ਬਾਅਦ ਚ ਬਣਾਉਂਦੀ, ਐਂ ਕਹਿੰਦੀ। ਨਾ ਉਹ ਕਿਹੜਾ ਉਹਨੂੰ ਕਿਹੜਾ ਦੀਂਦਾ ਨਹੀਂ ਹੈਗਾ, ਇੰਨੀ ਅਕਲ ਨਹੀਂ ਉਹਨੂੰ ਆਉਂਦੀ ਵੀ ਮਾਂ ਨੂੰ ਚਾਹ ਦੀ ਲੋੜ ਆ, ਚਾਹ ਪੀਣੀ ਹੈ ਨਾ, ਚਾਹ ਥੋੜੀ ਘੁੱਟ ਬਣਾ ਦੇ ਮੇਰੇ ਜੋਗਰੀ ਬਣਾਉਣ ਦੀ। ਉਹ ਬੇਬੇ 10-15 ਮਿੰਟ ਨਾ ਹੋ ਕੀ ਜਾਂਦਾ, ਐਂ ਦੱਸ ਮੈਨੂੰ। ਬੇ ਚੰਨੀ ਤੂੰ ਵੀ ਨਹੀਂ ਗੱਲ ਸੁਣਦਾ ਹੈਗਾ। ਬੇਬੇ ਮੇਰੇ ਗੱਲਾਂ ਤੈਨੂੰ ਚੰਗੀਆਂ ਨਹੀਂ ਲੱਗਦੀਆਂ, ਬੁਰੀਆਂ ਲੱਗਦੀਆਂ, ਪਤਾ ਨਹੀਂ ਉਹਦੇ ਪੱਖ ਦੀਆਂ ਗੱਲਾਂ ਕਰਦਾ ਮੈਂ। ਹਾਂ ਉਹ ਤਾਂ ਤੈਨੂੰ ਵੀ ਪਤਾ ਉਹਦੇ ਪੱਖ ਦੀਆਂ ਗੱਲਾਂ ਹੋ ਰਹੀਆਂ ਨੇ, ਮੇਰੀ ਤਾਂ ਇੱਕ ਗੱਲ ਵੀ ਨਹੀਂ ਮੰਨਦਾ ਤੂੰ, ਅੱਗੇ ਸੀਗਾ ਮੰਨਦਾ, ਇਹ ਹੋਇਆ ਤੂੰ ਸਾਰਾ ਕੰਮ ਵਿਆਹ ਤੋਂ ਬਾਅਦ ਹੈ। ਚੱਲ ਠੀਕ ਆ ਬੇਬੇ, ਦੇਖ ਉਹਦੇ ਬਾਰੇ ਵੀ ਮੈਂ ਕੁਛ ਗਲਤ ਨਹੀਂ ਸੁਣ ਸਕਦਾ, ਤੇਰੇ ਬਾਰੇ ਵੀ ਨਹੀਂ ਗਲਤ ਸੁਣਦਾ, ਤੂੰ ਮੇਰੀ ਮਾਂ, ਉਹ ਮੇਰੇ ਘਰ ਜਾਈ ਹੈ। ਅੱਛਾ ਉਹ ਲਕਸ਼ਮੀ ਆ। ਹਾਂ ਤੇ ਮੈਂ ਕੀ ਆ, ਮੈਂ ਦੂਤ ਆ? ਉਹ ਮਾਂ ਤੂੰ ਹੀ ਗੱਲ ਕਹੀ ਨਾ, ਤੂੰ ਵੀ ਮੇਰੀ ਮਾਂ, ਤੇਰੇ ਬਾਰੇ ਵੀ ਨਹੀਂ ਗਲਤ ਸੁਣ ਸਕਦਾ ਮੈਂ, ਤਾਂ ਕਰਕੇ ਕਲੇਸ਼ ਖਤਮ ਕਰ ਦਿਓ। ਫਿਰ ਇਹ ਤਾਂ ਆਈ ਗੱਲ ਸੁਣ ਕੇ ਜਾ ਮੇਰੀ, ਉੱਠ ਖੜਿਆ ਕੌੜੀਆਂ ਲੱਗਦੀਆਂ ਮੇਰੀਆਂ ਗੱਲਾਂ ਤੈਨੂੰ, ਫਿਰ ਇਹ ਤਾਂ ਐਂ ਕਰ ਮੈਨੂੰ ਪਾਸੇ ਕੱਢ ਦੇ ਕਿਸੇ ਪਾਸੇ, ਕਹਿ ਜਿਹੜੀ ਟੋਕਦੀ ਆ ਨਾ ਉਹਨੂੰ ਸਾਰਾ ਦਿਨ ਰੋਕਦੀ ਆ, ਬੁਰੀ ਲੱਗਦੀ ਆ, ਉਹਦਾ ਸਿਆਪਾ ਜੂੜ ਵੜਦੇ ਸੋਡੇ ਮੱਥੇ ਨਾਲ ਲੱਗੂਗੀ। ਉਹ ਦੇਖੂਗਾ ਇੱਕ ਪੁੱਤ ਸੀ, ਉਹ ਕੱਲੇ ਮਾਂ ਨੂੰ ਵੀ ਅੱਡ ਕਰਤਾ, ਲੋਕਾਂ ਜੁੱਤੀਆਂ ਡਰ ਲੱਗਦਾ ਮੈਨੂੰ। ਨਾ ਮੇਰੀਆਂ ਜੁੱਤੀਆਂ ਤੋਂ ਨਹੀਂ ਤੈਨੂੰ ਡਰ ਲੱਗਦਾ, ਸ਼ਰਮ ਕਰ, ਤੀਵੀਂ ਦੇ ਹੇਠਾਂ ਲੱਗਿਆ ਪਿਆ, ਉਹਦੀਆਂ ਤੋਂ ਉਹਦੇ ਤੋਂ ਜੁੱਤੀਆਂ ਹੀ ਖਾਣਾ ਹੈ ਮੈਨੂੰ ਤਾਂ ਲੱਗਦਾ ਤੂੰ।
ਉਹ ਨਹੀਂ ਬੇਬੇ ਨਹੀਂ ਖਾਂਦਾ, ਉਹਨੂੰ ਵੀ ਸਮਝਾਉਣਾ, ਡਰਦੀ ਆ ਮੇਰੇ ਤੋਂ, ਤੂੰ ਮੇਰੇ ਮੂਹਰੇ ਬੋਲਣ ਲਾ ਦੇਗੀ। ਡਰਦੀ ਹੈ ਉਹ ਤੇ ਤੂੰ ਤੇ ਹੋਰ ਬੇਬੇ ਡਰਦੀ ਆ, ਤੂੰ ਬੋਲ ਐਂ ਮੇਰੇ ਕਦਨ, ਤੂੰ ਘਰ ਪੱਟ ਦੇਂਗੀ, ਰਹਿਣ ਦੇ, ਚੁੱਪ ਕਰ ਜਿਆ ਕਰ। ਹੈਂ ਉਹ ਤੂੰ ਕਿਵੇਂ ਬੋਲਣ ਲੱਗ ਗਈ, ਉਵੇਂ ਬੋਲਣ ਲੱਗ ਜੂ ਮੇਰੇ ਮੂਹਰੇ, ਉਹ ਮੇਰੇ ਮੂਹਰੇ ਬੋਲਣ ਲੱਗ ਗਈ, ਫਿਰ ਉਹ ਰੋਜ਼ ਇਕੱਲੇ ਸਾਡਾ ਰਿਹਾ ਕਰ ਜੁੰਡਾ ਜੁੰਡ ਦੋਨਾਂ ਦਾ। ਅੱਛਾ ਮੈਂ ਤੇਰਾ ਘਰ ਪੱਟ ਦੂੰ ਫਿਰ ਤਾਂ ਚੰਨੀ, ਮੈਨੂੰ ਕਿਸੇ ਪਾਸੇ ਬਾਗੀ ਜਾਣਾ ਚਾਹੀਦਾ ਹਨਾ, ਮੈਂ ਤੇਰਾ ਘਰ ਪੱਟੂੰ ਵੀ ਕੰਜਰਾ, ਤੇਰਾ ਘਰ ਬੰਨਿਆਗਾ, ਤੈਨੂੰ ਵਿਆਹ ਹੈ, ਪਾਲਿਆ ਪੜੋਸਿਆ ਹੈਗਾ, ਮੈਨੂੰ ਕੀ ਪਤਾ ਸੀ ਕਿ ਤੂੰ ਵੀ ਇਹੋ ਜਿਹਾ ਨਿਕਲੇਗਾ। ਲੈ ਬੇਬੇ ਯਾਰ ਮੈਂ ਅੱਕ ਚੁੱਕਿਆ ਬੇਬੇ, ਮੈਂ ਇੱਥੋਂ ਨਹੀਂ ਇਹੋ ਜਿਹੇ ਤੁਹਾਡੀਆਂ ਦੋਨਾਂ ਗੱਲਾਂ ਸੁਣਦੇ ਜਾਂਦੀ ਮੈਥੋਂ। ਦਫਾ ਹੋ, ਮੇਰੀ ਕਿਹੜਾ ਗੱਲ ਸੁਣਨੀ ਆ ਤੂੰ, ਮੈਂ ਕੀ ਫਿਰ ਤੇਰੇ ਨਾਲ ਮੱਥਾ ਮਾਰਨਾ, ਮੈਥੋਂ ਵੀ ਨਹੀਂ ਮੱਥਾ ਵੱਜਦਾ ਤੇਰੇ ਨਾਲ, ਲੱਛਣ ਦੇਖ ਕਰਦਾ ਕੀ ਆ ਇਹ। ਚੰਨੀ ਬੇ ਆ ਜਾ ਮੁੰਡਿਆ। ਹੋਰ ਅੰਬੋ ਠੀਕ ਆ? ਵਧੀਆ ਜਾਂਦਾ ਬਸਦਾ ਰਹਿ। ਆ ਐਡਾ ਛੋਟਾ ਚੱਕਿਆ ਮੇਰੇ ਸਿਰ ਚ ਮਾਰਨਾ ਵੇ। ਓਏ ਸਿਰ ਚ ਕਾਹਨੂੰ ਮਾਰਨਾ ਅੰਬੋ, ਹਾਂ ਉੱਪਰ ਬਹਿ ਜਾ, ਬਹਿ ਜਾ, ਪੈਰ ਨਾਲ ਲਿਬੜੇ ਹੋਣ ਤੇਰੇ। ਉਹ ਪੈਰ ਕੀ ਤੇ ਉਹ ਗੋਹੇ ਨਾਲ ਲਿਬੜਿਆ, ਹੋਰ ਦੱਸ ਕਾਹਦੇ ਨਾਲ ਲਿਬੜੇ ਨੇ ਬੇ? ਹਜੇ ਗੋਹੇ ਨਾਲ ਲਿਬੜੇ ਪੈਰ ਬਹੁਤ ਔਖੇ ਧੋਣੇ, ਸਾਬਣ ਲੱਗਦੀ ਹੈ ਨਾਲੇ, ਮੈਂ ਤੈਨੂੰ ਦੱਸਾਂ। ਕੋਈ ਗੱਲ ਨਹੀਂ, ਉਹ ਤਾਂ ਟੁੱਬ ਜੇ ਧੋ ਲੈ ਕਰ, ਮੈਂ ਉੱਥੇ ਧੋਣਾ ਆਪਦੇ, ਕੀ ਸਾਬਣਾਂ ਦੀ ਲੋੜ ਆ ਦੀਂਦਿਆ ਸ਼ਕਲ ਤੇਰੀ। ਨਹੀਂ ਇੱਥੇ ਤਲਾਉਣ ਗਿਆ ਸੀ ਉਹਦੇ। ਉਹ ਮੈਂ ਤਾਂ ਚੱਪਲਾਂ ਦੇਖਦਾ, ਇੱਥੇ ਸੋਨੂੰ ਆਦਤ ਆ ਚੋਰੀ ਦੀ, ਚੱਪਲਾਂ ਨਾ ਚੱਕ ਲਿਓ, ਅੱਜ ਚੱਪਲਾਂ ਨਾ ਚੱਕ ਲਿਆ, ਝੁਲਸਲਾ ਕੀ ਹੁੰਦਾ ਤੈਨੂੰ ਅੱਗ ਵਰਗੀ ਨੂੰ। ਇਹਨੂੰ ਭਾਈ ਦੁਬਾਰੇ ਤੱਤੀ ਕਰਕੇ ਲਿਆ ਅੱਜ, ਦੋ ਵਾਧੀ ਖਾਧੀਆਂ ਲੱਗਦੀਆਂ ਨੇ ਇਹਦੀਆਂ। ਉਹ ਭਾਈ ਤੂੰ ਸੁਣ ਵੀ ਲੈ, ਜਾ ਕਰਕੇ ਲਿਆ, ਕੋਈ ਪਾਗ ਜਾ ਬਾਲੀ ਸੈਣੀ ਹੈ। ਹਾਂ ਤੈਨੂੰ ਤਾਂ ਸੈਣੀ ਲੱਗਣੀ ਹੈ ਬਹੁਤ। ਪਰਸੋਂ ਦੀ ਗੱਲ ਸੁਣ ਲਾਂਗੋ। ਸੁਣਾ। ਤੇ ਰਸਤੇ ਮਿੱਟੀ ਕੱਢਣ ਬਾਕੀ ਹੈ। ਕਿੱਥੇ? ਤੇਰਸ ਤੇ, ਤੇਰਸ ਤੇ ਤੇ ਭਈ ਐਡਾ ਘੁੰਡ ਸਿੱਟਿਆ ਇਹਦਾ, ਬਾਲੀ ਹੁਸੈਣੀ ਹੈ ਇਹਦਾ। ਵੇ ਇੰਨੇ ਝੂਠ ਕਿਉਂ ਮਾਰੀ, ਇਹਨਾਂ ਦੇ ਸਿਰ ਤੇ ਚੁੰਨੀ ਲੈ ਕੇ ਨਹੀਂ ਰਾਜੀ ਹੈਗੀ, ਤੂੰ ਕਹਿੰਦਾ ਐਡਾ ਘੁੰਡ ਕੱਢਿਆ ਹੈਗਾ, ਇਹ ਤਾਂ ਘੁੰਡ ਤਾਂ ਸਾਡੇ ਵਰਗੀਆਂ ਕੱਢਦੀਆਂ, ਹਜੇ ਬੁੜੀਆਂ ਹੋ ਗਈਆਂ। ਚਾਹ ਦੀ ਮੈਂ ਇੱਕ ਘੁੱਟ ਪੀਤੀ ਆ ਤੇ ਨਾ ਯਕੀਨ ਮੰਨ ਲਈ, ਐਂ ਜਮਾ ਮੈਦੇ ਚ ਵੱਜੀ ਸਿੱਧੀ, ਮੈਦੇ ਚ ਬਾਲੀ ਸਵਾਦ ਬਣਾਉਂਦੀ ਆ ਚਾਹ, ਤਾਂ ਜਮਾ ਨਜ਼ਾਰੇ ਹੀ ਲਿਆਉਂਦੀ ਆ। ਚੱਲ ਚੰਗਾ, ਪਿੱਛੇ ਹੋ ਕੇ ਗੱਲ ਕਰਨ ਵਾਲੇ, ਇੱਕ ਕੰਮ ਆ ਇਹ ਤਾਈ ਮੇਰੇ ਕੋਲੇ, ਤੇਰੇ ਕੋਲੇ ਦੱਸ, 100 ਰੁਪਈਆ ਤਾਂ ਨਹੀਂ ਹੁਣ ਨਗਦਾ ਟੱਪ ਦਾ ਦੇ ਜੂ ਮੈਂ, ਕਿਹੜਾ ਦੱਬਦਾ ਤੁਹਾਡੇ ਦੁੱਧ ਪਾਉਣਾ ਵਾ ਡੇਰੀ ਚ ਬੱਕਰੀਆਂ ਦਾ, ਤੇ ਜਿਹੜਾ ਹਿਸਾਬ ਕਰਿਆ ਮੈਂ ਦੇ ਜੂੰਗਾ, ਪੱਤਾ ਲਿਆਉਣਾ ਸੀ ਮੇਰਾ ਤਾਂ, ਪੱਤਾ ਹੀ ਮੁੱਕਿਆ ਪਿਆ ਲੱਗਣੇ ਦਾ। ਹੋਰ ਤੂੰ ਖਾਵੇਂਗਾ ਇੱਥੇ ਤਾਕਤ ਦੇ ਕੈਪਸੂਲ, ਪੱਤਾ ਹੀ ਖਾਣਾ ਹੈਗਾ। ਓਏ ਓਏ ਤਾਕਤ ਦੇ ਨੇ ਹੈ, ਸਮਝਿਆ ਕਰਦਾ ਹੀ ਅੰਬੋ ਤੂੰ ਗੱਲ ਨੂੰ। ਬੇ ਬੱਕਰੀਆਂ ਦੇ ਦੁੱਧ ਨਾਲ ਤਾਂ ਨਾ ਤੂੰ ਕੋਈ ਦਵਾਈ ਨਾ ਖਾ, ਉਹੀ ਤਾਕਤ ਵਾਲਾ ਦੁੱਧ ਹੁੰਦਾ ਹੈਗਾ, ਬੱਕਰੀਆਂ ਦਾ ਦੁੱਧ ਹੀ ਪੀ ਜਾ, ਨਾਲੇ ਗੱਲ ਸੁਣ ਲਾ, ਉਹਦੇ ਨਾਲ ਤਾਂ ਸੈੱਲ ਸੁੱਲ ਵੀ ਨਹੀਂ ਘਟਦੇ ਹੈਗੇ। ਤਾਕਤ ਤਾਂ ਚਾਹੀਦੀ ਨਹੀਂ, ਚਾਹੀਦਾ ਤਾਂ ਨਸ਼ਾ ਹੈਗਾ। ਹੈਂ ਹੈਂ ਕੀ ਕਿਹਾ? ਉਹ ਮੈਂ ਕਿਹਾ ਬੱਕਰੀਆਂ ਦੀ ਤਾਕਤ ਬਥੇਰੀ ਆ, ਉਹ ਪਰਸੋਂ ਦੀ ਸੁਣ ਲਾ, ਇੰਨੀ ਤਾਕਤ ਹੈ ਬੱਕਰੀ ਸੂਪੀ। ਅੱਛਾ ਮੈਂ ਉਹਨਾਂ ਦਾ ਬਿਮਾਰ ਹੋ ਗਿਆ, 4-5 ਮਹੀਨਿਆਂ ਦਾ ਸੀਗਾ। ਮੈਂ ਕਿਹਾ ਥੋੜੀ ਤਾਕਤ ਤਾਂ ਹੈ ਨਹੀਂ ਇਹ ਚ, ਚੰਨੀ ਨੂੰ ਮਾਰਿਆ ਫੋਨ, ਮੈਂ ਕਿੱਥੇ ਆ, ਕਹਿੰਦਾ ਘਰੇ ਆ, ਮੈਂ ਕਿਹਾ ਆ ਜਾ ਫਿਰ, ਬਣਾ ਲਿਆ ਹੱਥ ਨੇ। ਬੇ ਮੇਰਾ ਪੁੱਤ ਪੱਟਦਾ ਵੇ ਤੂੰ ਦਾ, ਬੇ ਮਾਸ ਮਿੱਟੀ ਤੋਂ ਤਾਂ ਅਸੀਂ ਨਾ ਉਹੀ ਰੋਕ ਦੇਾਂਗੇ, ਬਾਰੇ ਬਾਰ ਖਾਂਦਾ, ਆਉਣ ਦੇ ਅੱਜ ਡਾਂਗ ਜੀ ਆਹਾ ਉਹਦੇ ਟੂਹੇ ਤੇ ਫੇਰੂ। ਓਏ ਇਹ ਤਾਂ ਪਸ਼ੂਆਂ ਵਾਸਤੇ ਆ, ਇਹ ਕਿਹੜਾ ਬੰਦੇ ਕੁੱਟਣ ਵਾਸਤੇ ਆ? ਮੈਨੂੰ ਲੱਗਦਾ ਪਹਿਲਾਂ ਤੈਨੂੰ ਕਰਾਂ ਸਿੱਧਾ, ਪਸ਼ੂਆਂ ਵਾਸਤੇ, ਤੂੰ ਵੀ ਤਾਂ ਪਸ਼ੂ ਹੀ ਆ।
ਪਸ਼ੂਆਂ ਚ ਰਹਿ ਕੇ ਪਸ਼ੂਆਂ ਵਰਗਾ ਹੋ ਗਿਆ। ਸੋ ਤੂੰ ਨਹੀਂ ਜਰੀ ਜਾਂਦੀ ਕਿਸੇ ਦੀ ਤਰੱਕੀ, ਨਾਲੇ ਜੇ ਚੰਨੀ ਆ ਗਿਆ ਉਹਨੂੰ ਦੱਸ ਦੀ ਉਧਰ ਟੋਬੇ ਕੰਨੀ ਆ ਜੇ, ਮੈਂ ਘਰੇ ਜਾਣਾ ਆਪਦੇ। ਟੋਬੇ ਕੰਨੀ ਆ ਜੇ ਤੈਰ ਕੀ ਮੇਲੇ ਤੇ ਆਪਾਂ ਗੱਡੀ ਲੈ ਕੇ ਚੱਲਾਂਗੇ ਚੱਲਣੀ ਨੂੰ ਚੰਗਾ। ਹੈਗੀ ਵੀ ਆ ਗੱਡੀ, ਕਿਉਂ ਫੜਾ ਮਾਰਦਾ ਕਿ ਆ ਗੱਡਾ ਜੋੜ ਰੱਖਿਆ ਕੋਈ? ਗੱਡੀ ਤਾਂ ਲੈ ਆਵਾਂਗੇ, ਸਿਲੰਡਰ ਵਿੱਚ ਕੇ ਕੱਪੜੇ ਤਾਂ ਆ ਗਏ ਮੇਰੇ, ਕੱਪੜੇ ਕਿਸੇ ਦੇ ਫੇਰ ਲੈ ਆਵਾਂਗੇ। ਵੇ ਕਿਹਦਾ ਸਿਲੰਡਰ ਵੇ ਕੰਜਰਾ, ਇੰਨਾ ਗੇਰਾ ਨਹੀਂ ਹੈਗਾ ਮੈਂ ਸਿਲੰਡਰ ਆਪਦਾ। ਸੱਚੀ ਗੱਲ ਤਾਂ ਨਾ ਤੇਰੇ ਮੂੰਹ ਚੋਂ ਨਿਕਲ ਗਈ। ਐਚਪੀ ਗੈਸ ਵਾਲੇ ਦੀ ਗੱਡੀ ਖੜੀ ਸੀ ਰਾਤ, ਕਿਤੇ ਮੈਂ ਚੱਕ ਲਿਆ। ਕਾਇ ਚੱਕੇ ਸੀ? ਦੋ ਜਾ ਫਿਰ ਵਗ ਜਾ, ਵਗ ਜਾ ਵਗ ਜਾ, ਮੈਨੂੰ ਤਾਂ ਤੇਰੇ ਤੇ ਯਕੀਨ ਨਹੀਂ ਹੈਗਾ। ਇੱਥੋਂ ਜਾਂਦਾ ਉਹ ਕਰ, ਮੈਂ ਨਿਗਾਹ ਰੱਖੂ, ਨਿਕਲ ਸਹੀ ਤੂੰ। ਚੱਲ ਚੰਗਾ, ਨਾਲੇ ਉਹਨੂੰ ਕਹਿ ਦੀ ਕਿ ਮੈਂ ਚੱਤ ਪੀਂਦਾ ਨੀਗਾ, ਤੇਜ਼ਾਬ ਬਣਦਾ ਨਾ, ਮੈਂ ਨਾਰਾ ਨੂਰਾ ਦਾ ਜੂਸ ਪੀਣਾ। ਚੱਲਦਾ ਮੈਂ ਫਿਰ ਚੰਗਾ। ਨੀਦਾ ਤੇਰਾ ਬਥਾੜਾ ਨਾਰਾਂ ਦੇ ਜੂਸ ਪੀਣ ਵਾਲਾ। ਚੰਗਾ ਲੱਗਦਾ ਮੀਂਹ ਆਉਂਦਾ, ਮੈਂ ਸਵਾਰ ਖੜੀਆਂ ਨੇ ਹਨਾ ਗਵਾਂਢੀਆਂ ਦੀਆਂ। ਚੱਲ ਮੈਂ ਚੱਲਦਾ, ਤੇਰੀਆਂ ਤਾਂ ਬੱਕਰੀਆਂ ਨੇ, ਜਾ ਜਾ। ਓਏ ਗੱਡੀ ਖੜੀ ਅੰਬੋ ਸੁਣੀ ਦਾ ਹੁੰਦਾ, ਬਲਦ ਵਿਚਾਰਾ ਅੰਦਰ ਖੜਾ, ਗੱਡੀ ਬਾਹਰ ਖੜੀ ਆ, ਉਹ ਗਵਾਂਢੀਆਂ ਦੇ ਅੰਦਰ ਕਰਨੀ ਪਊਗੀ। ਬਾਤਾਂ ਪਾਉਣ ਲੱਗ ਗਿਆ ਬਲਦ ਵਿਚਾਰਾ, ਬਾਹਰ ਖੜਾ ਗੱਡੀ ਨਾਲ। ਚੱਲ ਮੈਂ ਠੀਕ ਆ ਤਾਂ ਅੰਬੋ ਚੱਲਦਾ। ਮੈਂ ਵਗ ਜਾ, ਤੈਨੂੰ ਤਾਂ ਹੀ ਨਹੀਂ ਪਤਾ ਕੀ ਬੋਲਣਾ ਕੀ ਨਾ, ਕਦੇ ਅੰਬੋ ਕਦੇ ਬੇਬੇ। ਗੁੱਸਾ ਨਾ ਮੰਨੀ, ਮੈਂ ਤਾਂ ਨਾ ਗਵਾਂਢ ਚ ਤਾਈ ਆ, ਉਹਦਾ ਮਣੰਗਾ ਪੈਂਦਾ, ਮੈਂ ਤਾਂ ਇਹ ਤਾਈ ਕਹਿ ਦੇਣਾ ਤੈਨੂੰ, ਕਦੇ ਅੰਬੋ ਕਹਿ ਦੇਣਾ, ਤੇ ਫਿਰ ਮੈਂ ਚੱਲਦਾ। ਚੰਗਾ, ਸਵਾਹ ਨੂੰ ਨਹੀਂ ਜਾਣਦਾ ਫਿਰ ਤੂੰ ਮੇਰੇ। ਸਵਾਹ ਨੂੰ ਨਹੀਂ ਜਾਣਦਾ ਤੂੰ ਮੇਰੇ। ਓਏ ਐਵੇਂ ਨਾ ਡਰਾਇਆ ਕਰ ਤੂੰ ਅੰਬੋ, ਤੇ ਮੈਂ ਚੱਲਦਾ ਠੀਕ ਹੈ। ਜਦੋਂ ਚੰਨੀ ਆ ਗਿਆ ਨਾ, ਉਹਨੂੰ ਉਧਰ ਟੋਬੇ ਕਰਨੀ ਭੇਜ, ਉੱਥੇ ਅਸੀਂ ਫਿਸ਼ਿੰਗ ਕਰਨੀ ਆ, ਮੱਛੀਆਂ ਕੱਢੀਆਂ। ਉਹ ਕੀ ਫਿਸ਼ਿੰਗ? ਫਿਸ਼ਿੰਗ ਹੁਣ ਪਰ ਟੋਲੇ ਨੂੰ ਕੀ ਪਤਾ, ਮੱਸੀਆਂ। ਅੱਛਾ ਅੱਛਾ, ਮੱਛੀਆਂ ਮਰੇ ਲਿਖੇ ਲੋਕ ਮੱਸੀਆਂ ਕਹਿੰਦੇ ਨੇ। ਅੱਛਾ, ਮੈਨੂੰ ਨਹੀਂ ਪਤਾ ਵੀ ਤੇਰੀ ਆ ਅੰਗਰੇਜ਼ੀ ਜੀ ਮੈਨੂੰ ਨਹੀਂ ਆਉਂਦੀ ਗੀ। ਆਹੋ ਡਿਸਪੈਂਸਰੀ ਆਉਂਦਾ ਕੇ ਹਾਰ ਆਉਂਦਾ ਸੇਜ। ਮੈਂ ਚੱਲਦਾ, ਮੈਂ ਫੇਰ ਫੇਰ ਭੌਂ ਗਿਆ ਕੁਛ। ਮੇਰਾ ਮਤਲਬ ਤਾਂ ਦੱਸ ਦੇ ਖੰਜਰਾ। ਉਹ ਭਾਈ ਚਾਹ ਨਾ ਬਣਾਇਓ, ਮੈਂ ਤਾਂ ਜਾਣਾ। ਬਣਾਉਣੇ ਆ ਤੇਰੇ ਵਾਸਤੇ ਚਾਟੇ, ਲੱਛਣ ਦੇਖ ਕਰਦਾ ਖਾਂਦਿਆ ਝਟਕਾ। ਕੋਈ ਨਾ, ਅੱਜ ਚੰਨੀ ਨੂੰ ਪੁੱਛੂ, ਹੈ ਵੇ ਤੂੰ ਵੀ ਖਾਦਾ? ਮੈਂ ਤਾਂ ਇਹਦਾ ਭਾਂਡਾ ਛੇਕ ਦੂੰ ਕੁੱਤੇ ਬੰਦੇ ਦਾ। ਬੇਬੇ ਚਾਚਾ ਕਿੱਧਰ ਗਿਆ? ਆ ਚਾਹ ਠੰਡੀ ਕਰਕੇ ਲਈ ਸੀ ਮੈਂ। ਆਹੋ, ਚਾਚੇ ਨੂੰ ਚਾਹ ਕਦੇ ਠੰਡੀ ਕਦੇ ਤੱਤੀ, ਤੈਨੂੰ ਦੱਸਾਂ ਪਤਾ? ਉਹਦੇ ਮਿੰਟ ਚ ਆਖੇ ਲੱਗ ਗਈ ਤੂੰ। ਲੈ ਬੇਬੇ ਫਿਰ ਹੁਣ ਘਰੇ ਆਇਆ ਥੋੜੀ ਆ, ਦਰਿਆਤ ਕੀਤੀ ਜਾਂਦੀ ਆ ਨਾ। ਮੇਰੀ ਗੱਲ ਸੁਣ, ਜਦੋਂ ਤੂੰ ਦੋ ਗਲਾਸ ਲੈ ਕੇ ਆਈ ਆ, ਮੈਂ ਤਾਂ ਕਿਹਾ ਨੀ ਠੰਡੀ ਤੱਤੀ, ਗੜ ਲੈਂਦਾ ਉਹ। ਬੇਬੇ ਕਿਸੇ ਦਾ ਸੁਭਾਅ ਹੀ ਹੁੰਦਾ, ਫੇਰ ਕੀ ਹੋ ਗਿਆ? ਸੁਭਾਅ ਹੁੰਦਾ ਗਾ, ਰੱਖ ਪਰਾਂ ਚਾਹ ਜੀ। ਨਾ ਮੇਰੀ ਗੱਲ ਸੁਣ, ਆ ਕਿਹਨੂੰ ਪੁੱਛ ਕੇ ਸੂਟ ਸਮਾਇਆ ਹੈ? ਕਢਾਈਆਂ ਕਰਾ ਕਰਾ ਕੇ ਪਾਉਂਦੀ ਹੈਗੀ, ਘਰ ਪੱਟ ਕੇ ਛੱਡੇਗੀ ਤੂੰ? ਇਹ ਤੇ ਬੇਬੇ ਤੇਰਾ ਪੁੱਤ ਲੈ ਕੇ ਆਇਆ ਸੀਗਾ। ਪੁੱਤ ਲੈ ਕੇ ਆਇਆ ਸੀ? ਮੈਨੂੰ ਤਾਂ ਦੱਸਿਆ ਨੀ ਖੰਜਰ ਨੇ ਉਹਨੇ। ਮੈਂ ਤਾਂ ਐਂ ਸੀ ਵੀ ਤੈਨੂੰ ਦਿਖਾਤਾ ਕਿਤੇ। ਮੈਨੂੰ ਤੁਸੀਂ ਦੋਨੇ ਜਾਣੇ ਨਾ ਚਾਰ ਦੇ ਰਹਿੰਦੇ ਹੋਗੇ। ਨਾ ਨਾ ਬੇਬੇ, ਉਹ ਕਹਿੰਦਾ ਮੈਂ ਦਿਖਾਤਾ ਜਾਂ ਫਿਰ ਝੂਠ ਬੋਲ ਗਿਆ ਮੇਰੇ ਕੋਲੇ। ਤੂੰ ਰਹਿਣ ਦੇ, ਇੰਨੇ ਖਰਚੇ ਕਰਨ ਨੂੰ ਮੈਂ ਤੈਨੂੰ ਦੱਸਾਂ, ਕੇਰੀ ਬਣ ਕੇ ਰਹਿੰਦੀ ਹੈ ਪਟਰਾਣੀ। ਬੇਬੇ ਇੰਨਾ ਖਰਚਾ ਕਿੰਨਾ ਕੁ ਕਰਦੀ ਆ ਮੈਂ? ਤੇ ਹੋਰ ਹੁਣ ਆ ਖਰਚਾ ਨਹੀਂ ਤਾਂ ਹੋਰ ਕੀ ਆ, ਹਜੇ ਸਾਲ ਹੋਇਆ ਨਹੀਂ ਹੈਗਾ ਤੇ ਤੂੰ ਨਾ ਅੰਤਾਂ ਦੇ ਸੂਟ ਸਮਾਉਣੀ ਹੈਗੀ। ਬੇਬੇ ਮੈਂ ਤੇਰੀਆਂ ਬਹੁਤ ਸੁਣ ਲਈਆਂ, ਹੁਣ ਨਹੀਂ ਮੈਂ ਤੇਰੀਆਂ ਸਹਿੰਦੀ। ਅੱਛਾ, ਆ ਉਂਗਲਾਂ ਜੀਆਂ ਚੱਕ ਚੱਕ ਕੇ ਮੇਰੇ ਮੂਹਰੇ ਬੋਲਦੀਆਂ ਨੇ, ਖਬਰਦਾਰ ਹੋ ਜੀ। ਮੈਂ ਤੈਨੂੰ ਦੱਸਾਂ ਬੇਬੇ, ਕਿਸੇ ਟਾਈਮ ਤਾਂ ਖੜਾ ਸੜਦਿਆ ਕਰ ਮੇਰਾ, 24 ਘੰਟੇ ਸੂਈਆਂ ਰੱਖਦੀ ਆ ਲਾਲ। ਐਂ ਰਹੂਗੀ ਇਹ ਤਾਂ, ਮੈਂ ਤੈਨੂੰ ਦੱਸਾਂ, ਮੈਨੂੰ ਲੱਗਦਾ ਮੈਨੂੰ ਕੁੜੀ ਨੂੰ ਬੁਲਾਉਣਾ ਪਊਗਾ। ਤੂੰ ਨਹੀਂ ਸੁਧਰਦੀ ਹੈਗੀ, ਦੋਨੇ ਕੰਜਰ ਹੋ ਰਹੇ ਹੋਗੇ ਤੁਸੀਂ। ਕੰਜਰ ਕੌਣ ਹੈ? ਤੁਸੀਂ ਹੋਰ ਬਣ, ਮੁੰਡਾ ਵੀ, ਮੁੰਡਾ ਕਿਹੜਾ ਮੇਰੇ ਅੱਖੇ ਚ ਹੈਗਾ? ਆਹੋ, ਹੁਣ ਉਹ ਕੰਜਰ ਹੋ ਗਿਆ। ਹਾਂ ਹੈਗਾ, ਇਹਦੇ ਵਿੱਚ ਕੀ ਸ਼ੱਕ ਹੈ? ਫਿਰ ਨਾ ਵਿਆਹੁੰਦੀ ਜੇ ਤੂੰ ਨਹੀਂ ਲਈ ਉਹ ਸੀ ਨਾ ਕੁੜੀ ਕਿਹੜੇ, ਮੇਰੇ ਤਾਂ ਥਾਣੇਦਾਰ ਨਹੀਂ ਲੱਗੀ ਇੱਥੇ, ਮੇਰਾ ਘਰ ਬਾਰੇ ਕੁਛ ਮਰਜ਼ੀ ਕਰਾਂ ਮੈਂ? ਤੂੰ ਮੇਰੀ ਕੁੜੀ ਨੂੰ ਐ ਕਹਿਨੀ ਆ? ਹਾਂ ਕਹਿਨੀ। ਕੋਈ ਨਹੀਂ, ਅੱਜ ਹੀ ਬੁਲਾਉਣੀ ਆ ਫੋਨ ਕਰਕੇ। ਬੁਲਾ ਲੈ, ਮੈਂ ਨਹੀਂ ਡਰਦੀ ਬੇਬੇ, ਤੇਰੇ ਬਹੁਤ ਦੰਦ ਲੱਗੇ ਆਈ ਬੋਲਣ ਨੂੰ। ਜਿਹੜਾ ਕੁਛ ਕਰਨਾ ਨਾ ਤੂੰ ਕਰ ਲੈ, ਮੈਂ ਤਾਂ ਕਹਿੰਦੀ ਆ ਜਿੰਨੀ ਮੇੜੇ ਲੈ ਤੂੰ। ਕੋਈ ਨਹੀਂ, ਫਿਰ ਨਿਬੜੂ ਗਈ ਹੁਣ, ਮੈਂ ਕੋਈ ਨਾ ਕਰਦੀ ਆ ਫੋਨ ਉਹਨੂੰ। ਖਾਦਾ ਹੋਇਆਗਾ? ਕੀ ਖਾਤਾ ਹੈ? ਹਾਂ ਬੋਲਦੀ ਆ, ਖਬਰਦਾਰ ਹੋ ਜਾ। ਹੁੰਦਾ ਇੱਥੇ ਖਰਚਾ ਹੁੰਦਾ ਨਾ, ਚੱਲਿਆ ਨਹੀਂ ਆ।
ਕਰਦਾ। ਗੱਲ ਸੁਣ ਲਾ, ਜਾਂ ਤਾਂ ਤੂੰ ਮੇਰੀਆਂ ਅੱਖਾਂ ਤੋਂ ਦੂਰ ਹੋ ਜਾ, ਨਹੀਂ ਮੈਂ ਹੋ ਜਾਣੀ ਆ। ਮੈਂ ਵੀ ਵਗ ਜਾਣੀ ਆ। ਹਾਂ, ਹੋਰ ਪਿਆਰੀ ਮੁੰਡੇ ਨੂੰ ਆਪਦੇ ਨੂੰ ਕਿਤੇ ਤੂੰ ਜਾ, ਕੁਰਦੀ ਬਣਾ ਕੇ ਨੌਕਰਾਨੀ ਬਣਾ ਕੇ ਖਾਣ ਪੀਣ ਵੀਰੇ ਤੜੋਲੇ ਵਰਗੀ ਹੋਈ ਪਈ ਆ, ਜਿੱਦੇ ਦੀ ਆਈ ਆ ਗੁੱਜਰਾਂ ਦੀ ਕੱਟੀ। ਇਹ ਨਹੀਂ ਹੈਗੀ ਦੇਖਦੀ ਵੀ ਕੀ ਗੱਲ ਆ ਕੀ ਨਾ, ਕੋਨਿਆ ਕੁੜੀ ਨੂੰ ਬੁਲਾਉਣੀ ਆ, ਇਹ ਬੋਲਦੀ ਆ ਜਿਹੜਾ ਮੇਰੇ ਮੂਹਰੇ। ਕਿਵੇਂ ਬੇਬੇ, ਠੀਕ ਆ? ਰੀਤ ਪੁੱਤ ਲੈ ਰੋਨੇ ਕਿਉਂ ਆ, ਗੱਲ ਦੱਸ ਕੀ ਹੋਈ ਆ, ਬਹਿ ਜਾ ਬਹਿ ਜਾ ਬਹਿ ਜਾ, ਕੀ ਗੱਲ ਆ? ਕੀ ਕੀ ਦੱਸਾਂ ਪੁੱਤ, ਐ ਪੁੱਛ, ਅੱਜ ਜਿੱਦਾਂ ਦਾ ਤੇਰਾ ਭਰਾ ਪਿਆ ਹੈ ਨਾ, ਪਹਿਲਾਂ ਤਾਂ ਥੋੜਾ ਟਾਈਮ ਠੀਕ ਸੀ, ਮੁੜ ਕੇ ਤਾਂ ਇਹੋ ਜਿਹਾ ਬੱਸ ਚ ਕੀਤਾ ਤੇਰੀ ਭਰਜਾਈ ਨੇ, ਮੇਰੇ ਕੋਲ ਬੈਂਦਾ ਵੀ ਨੀ ਹੈਗਾ ਤੇ ਮੇਰੇ ਆਖੇ ਵੀ ਨੀ ਲੱਗਦਾ ਗਾ। ਲੈ ਉਹਨੂੰ ਬੱਸ ਚ ਕਰਨ ਦੀ ਕੀ ਲੋੜ ਆ ਬੇਬੇ, ਜਾਂ ਤਾਂ ਤੈਨੂੰ ਕੋਈ ਵਹਿਮ ਆ। ਵਹਿਮ ਵਾਲੀ ਕੀ ਗੱਲ ਆ ਰੀਤ ਪੁੱਤ, ਮੈਂ ਐਵੇਂ ਹੀ ਗੱਲ ਕਹੂੰਗੀ, ਕੋਈ ਮੈਨੂੰ ਐਂ ਦੱਸਗਾ ਤੂੰ? ਹੋਰ ਨਾ ਮੈਂ ਕਦੇ ਅੱਗੇ ਪਿੱਛੇ ਕਹਿਤਾ, ਦੇਖ ਲਾ ਇੰਨੇ ਖਰਚੇ ਕਰਦੀ ਆ, ਨਿੱਤ ਨਵੇਂ ਕੱਪੜੇ ਲੀੜੇ ਸਮਾਉਂਦੀ ਆ, ਕਿਧਰੇ ਅੱਡ ਕਢਾਈਆਂ ਕਰਾ, ਉਤਾਂ ਇੰਨੇ ਖਰਚੇ ਅੱਗੇ ਤੂੰ ਕੀਤੇ ਆ ਕਿ ਮੈਂ ਕੀਤੇ ਆ, ਘਰ ਬੰਨੇ ਕਿੰਨੇ ਔਖਾ ਨਾਲ। ਬੇਬੇ ਆਪਾਂ ਬੱਚਿਆਂ ਵਾਸਤੇ ਕਮਾਉਂਦੇ ਆ, ਟਾਈਮ ਨਾਲ ਬੰਦੇ ਨੂੰ ਬਦਲਣਾ ਪੈਂਦਾ, ਹੁਣ ਤਾਂ ਨਵਾਂ ਨਵਾਂ ਵਿਆਹ ਹੋਇਆ, ਥੋੜਾ ਟਾਈਮ ਵਿਆਹ ਨੂੰ ਹੋਇਆ, ਕੱਪੜਾ ਲੀੜੇ ਤਾਂ ਨੀ ਪਾਉਣੇ ਹੀ ਆ, ਤੂੰ ਵੀ ਨੌਕਾ ਟੋਕੀ ਨਾ ਕਰਿਆ ਕਰ। ਚੱਲ ਤੂੰ ਤਾਂ ਆਹ ਗੱਲ ਕਹਿਤੀ, ਦੇਖ ਲੈ ਰੋਟੀ ਟੁੱਕਣੀ ਟਾਈਮ ਤੇ ਪਕਾਉਣਾ ਹੈਗਾ, ਭਾਂਡੇ ਆ ਉਹ ਜੂਠੇ ਪਏ ਰਹਿੰਦੇ ਨੇ ਗੇ, ਜੇ ਮੈਂ ਟੋਕਦੀ ਆ ਤਾਂ ਆਪਣਾ ਚੰਨੀ ਵੀ ਮਾਂ ਤੂੰ ਬੋਲਿਆ ਨਾ ਕਰ। ਅੱਛਾ ਮੈਂ ਕਹਾਂ ਵੀ ਨਾ ਭਾਈ, ਹੁਣ ਇਹਨਾਂ ਨੂੰ ਬੁਰੀ ਲੱਗਦੀ ਆ ਮੈਂ। ਕਿੱਥੇ ਨੇ ਹੁਣ ਉਹ? ਉਹ ਬੈਠਾ ਉਹਨੂੰ ਕਮਰੇ ਚ ਲਈ। ਚੱਲ ਮੈਂ ਜਾ ਕੇ ਆਉਂਦੀ ਆ ਫਿਰ। ਦੇਖ ਲਾ ਹੋਰ ਸੁਣ, ਤੜਕੇ ਨਹੀਂ ਅਗਲਾ ਕੋਈ ਝਾੜੂ ਪੋਚਾ ਕੋਈ ਰੋਟੀ ਟੁੱਕਦਾ, ਤੜਕੇ ਲਿਪ ਲੈਂਦੀ ਹੈਗੀ ਮੂੰਹ ਸਿਰ। ਓਹੋ ਮਾਂ ਤੂੰ ਵੀ ਨਾ ਜਾਣ ਜਾਣ ਕੇ ਪੁੱਠੇ ਪੁੱਠੀਆਂ ਗੱਲਾਂ ਜੇ ਨਾ ਕਰਿਆ ਕਰ, ਜੇ ਉਹ ਮੂੰਹ ਲਿਪਦੀ ਆ ਨਾ ਤਾਂ ਸੋਹਣੀ ਵੀ ਲੱਗਦੀ ਆ, ਸਾਰੇ ਪਿੰਡ ਨਾਲ ਸੋਹਣੀ ਲੱਗਦੀ ਆ, ਅਗਲਾ ਐਂ ਕਹਿੰਦਾ ਵੀ ਬਣ ਥਣ ਕੇ ਰਹਿੰਦੀ ਆ। ਕੁੜੀ ਪੁੱਤ ਮੈਂ ਤਾਂ ਨੀ ਕਹਿੰਦੀ ਨਲਾਵੇ ਪਾਵੇ ਨਾ, ਗੱਲ ਤਾਂ ਇਹ ਕੰਮ ਤਾਂ ਨਵੇੜ ਲਿਆ ਕਰੇ, ਮੇਰੇ ਵਰਗੀ ਝਾਕੀ ਜਾਂਦੀ ਰਹਿੰਦੀ ਆ ਵੀ ਹੁਣ ਵੀ ਰੋਟੀ ਲਿਆਈ ਹੁਣ ਵੀ ਰੋਟੀ ਲਿਆਈ ਲਾ ਦੇਸ। ਚੱਲ ਬੇਬੇ ਕਿਉਂ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਲੜਦੀ, ਮੇਰੀ ਗੱਲ ਸੁਣ ਲਾ, ਤਾੜ ਕੇ ਜਾ, ਤੈਨੂੰ ਤਾਂ ਬੁਲਾਇਆ ਗਾ, ਤੂੰ ਤਾਂ ਮੈਨੂੰ ਲੱਗ ਗਈ ਮੇਰੀ ਕਲਾਸ ਲਾਉਣ ਲੱਗ ਗਈ ਬੇਬੇ। ਕੋਈ ਨਾ ਕੋਈ ਨਹੀਂ ਕੋਈ ਨਾ, ਮੈਂ ਉਹਨਾਂ ਦੇ ਮੂੰਹ ਦੀ ਵੀ ਗੱਲ ਸੁਣ ਲਾ ਉਹ ਕੀ ਕਹਿੰਦੇ ਨੇ, ਜੀ ਚ ਗਲਤੀ ਹੋਈ ਮੈਂ ਦੋਨੇ ਧਿਰਾਂ ਨੂੰ ਸਮਝਾਉਂਗੀ, ਪਰ ਤੂੰ ਹੁਣ ਚੁੱਪ ਕਰ ਜਾ ਚੰਗਾ। ਚੱਲ ਠੀਕ ਆ, ਮੈਂ ਜਾ ਕੇ ਆਉਣੀ ਆ। ਹਾਂ ਹੁਣ ਤੂੰ ਮੇਰੇ ਸਰਾਣੇ ਕਿਉਂ ਬੈਠੀ ਆ, ਕੋਈ ਕਰ ਲਾ ਕੰਮ। ਬਈ ਮੈਂ ਕਿਉਂ ਕੰਮ ਕਰਾਂ, ਤੇਰੀ ਮਾਂ ਤਾਂ ਡੱਕਾ ਨਹੀਂ ਤੋੜਦੀ, ਹਜੇ ਉੱਤਰ ਨੂੰ ਗੱਚਾਂ ਕਰਦੀ ਰਹਿੰਦੀ ਹੈਗੀ। ਲੈ ਉਹ ਮਾਂ ਨਾਲ ਹੁਣ ਤੂੰ ਰਿਸ ਕਰੇਂਗੇ, ਉਹ ਬੁੜੀ ਆ, ਉਹ ਦਿਮਾਗ ਹੋਣਾ ਤੈਨੂੰ ਪਤਾ ਹੀ ਆ। ਉਹ ਨਾ ਬੋਲੇ, ਅੱਜ ਕਹਿੰਦੀ ਸੀ ਮੈਂ ਉਹਦੀ ਕੁੜੀ ਨੂੰ ਬੁਲਾਉਣੀ ਆ, ਬੁਲਾ ਲੈ ਫਿਰ ਕੁੜੀ ਨੂੰ। ਆ ਜੀ ਭੈਣ, ਸਤਿ ਸ੍ਰੀ ਅਕਾਲ। ਹੋਰ ਕਿਵੇਂ ਰੀਤ? ਠੀਕ ਆ ਵਧੀਆ। ਬਹਿ ਜਾ ਆ ਜਾ। ਕੋਈ ਨਾ ਬੈਠੀ। ਹੋਰ ਠੀਕ ਸੀ ਰੀਤ ਸਾਰੇ ਬਾਈ ਹੋਰੇ? ਹਾਂ ਹਾਂ ਬਾਈ ਆਪਣੇ ਤਾਂ ਸਾਰੇ ਠੀਕ ਆ, ਪਰ ਤੁਸੀਂ ਠੀਕ ਨਹੀਂ ਹੈਗੇ, ਆ ਕੀ ਲੋਕਾਂ ਨੂੰ ਰੋਜ਼ ਰੋਜ਼ ਜਲੂਸ ਦਿਖਾਉਂਦੇ ਹੋ। ਅੱਛਾ ਬੇਬੇ ਨੇ ਆਉਣ ਸਾਰੀ ਦੱਸਤੀ, ਦੇਖ ਲੈ ਸਾਰੀ ਕਹਾਣੀ ਹੈ। ਉਹ ਦੱਸਣੀ ਤਾਂ ਹੀ ਬੁਲਾਈ, ਗੱਲ ਸੁਣ ਲੈ। ਮੈਂ ਤਾਂ ਹੀ ਆਈ ਆ, ਹੁਣ ਤੁਸੀਂ ਐ ਦੱਸੋ ਵੀ ਤੁਹਾਡਾ ਹੱਲ ਕੀ ਆ, ਰੋਜ਼ ਰੋਜ਼ ਲੜਦੇ ਬੁਰੇ ਲੱਗਦੇ ਹੋ। ਬਈ ਦੇਖ ਕੋਈ ਲੜਾਈ ਨਹੀਂ ਸਾਡੇ ਚ ਹੈ, ਬੇਬੇ ਤਾਂ ਮਾੜੀ ਮਾੜੀ ਗੱਲ ਤੇ ਮੈਨੂੰ ਟੋਕਦੀ ਰਹਿੰਦੀ ਹੈਗੀ, ਇਹ ਤੜਕੇ ਉੱਠ ਕੇ ਸੁਰਖੀ ਬਿੰਦੀ ਲਾ ਲਦੀ ਹੈ, ਇਹ ਕੰਮ ਨਹੀਂ ਕਰਦੀ, ਬੇਬੇ ਨੂੰ ਪੁੱਛਣ ਵਾਲਾ ਹੋਵੇ ਹੋਰ ਕੰਮ ਕੋਈ ਬਾਹਰੋਂ ਗਵਾਂਢੀ ਕਰਕੇ ਜਾਂਦਾ ਹੈਗਾ। ਉਹ ਗੱਲ ਕੁਛ ਨਹੀਂ ਰੀਤ, ਗੱਲ ਤੇ ਇਹ ਹੈ ਜਿਵੇਂ ਤੇਰੀ ਸੱਸ ਨਹੀਂ ਤਾਂ ਟੋਕਦੀ ਰਹਿੰਦੀ ਸੀ, ਜੇ ਮੈਂ ਸਮਝਾ ਕੇ ਆਇਆ ਹੁਣ ਹਟ ਗਈ ਨਾ, ਉਹੀ ਗੱਲ ਇੱਥੇ ਹੈ। ਹੈ ਬੇਨ ਮੈਂ ਇਹਨੂੰ ਕਿਹਾ ਹੋਇਆ ਬੇਬੇ ਨੂੰ, ਬੇਬੇ ਤੂੰ ਰੋਟੀਆਂ ਖਾਣੀਆਂ ਦੋ, ਤੂੰ ਖਾ ਲਿਆ ਕਰ ਚੁੱਪ ਕਰਕੇ, ਤੂੰ ਨਾ ਟੋਕਾ ਟਕਾਈ ਕਰਿਆ ਕਰ, ਹਰ ਕੰਮ ਚ ਨੁਕਸ ਕੱਢਦੀ ਰਹਿੰਦੀ ਹੈ, ਇਹ ਐਂ ਕਰਦੀ ਐਂ ਕਰਦੀ ਹੈ। ਮੈਂ ਬਰਤਨ ਆਂਢੀ ਗਵਾਂਢੀ ਜੇ ਕੋਈ ਚੀਜ਼ ਲੈਣਾ ਤਾਂ ਕਰਕੇ ਨੂੰ ਉਹ ਚੱਕ, ਜੇ ਇਹਦੀ ਤਾਰੀਫ ਕਰ ਜਾਣ ਗਾਂਢੀ ਗਵਾਂਢੀ ਆ ਕੇ
ਫੇਰ ਮੱਚਦੇ ਉਹ ਵੀ ਤਰੀਫ ਕਿਉਂ ਕਰਦੀ ਹੈ ਤੇ ਲੋਕਾਂ ਕੋਲੇ ਆਪਦੀ ਨੂਹ ਭੰਡਦੇ ਭੰਡੀ ਜਾਂਦੇ ਰਹਿੰਦੇ ਇਹੋ ਜਿਹੀ ਗੱਲਾਂ ਕਰਨ ਵਾਲੇ ਵੀ ਲੋਕਾਂ ਕੋਲ ਕਿਉਂ ਭੰਡਦੀ ਹੈ ਤੂੰ ਹੈਂ ਜਿੱਥੇ ਪਿਆਰ ਨਾਲ ਕੁਛ ਮਰਜ਼ੀ ਭਾਵੇਂ ਜਾਨ ਮੰਗ ਲੈ ਇਹਦੀ ਜੇ ਮੈਂ ਇਹਦੀ ਸੁਣ ਲੈਣਾ ਤੂੰ ਤੀਵੀਂ ਥੱਲੇ ਲੱਗਿਆ ਹੋਇਆ ਤੂੰ ਮੇਰੀ ਸੁਣਦਾ ਨੀ ਲੈ ਬੇਬੇ ਨੂੰ ਇੱਕ ਐਂ ਵੀ ਪੁੱਛਣੀ ਕਿ ਤੂੰ ਕੰਮ ਸਾਰਾ ਆਪ ਕਰਦੀ ਹੈ ਜੇ ਉਹ ਨਹੀਂ ਕੰਮ ਕਰਦੀ ਕਿ ਫਿਰ ਹੋਰ ਕਰਦਾ ਕੌਣ ਹੈ ਚੱਲ ਕੋਈ ਨਾ ਅਮਰ ਜੇ ਉਹ ਬੋਲਦੀ ਹੈ ਤਾਂ 5 ਕੁ ਮਿੰਟਾਂ ਵਾਸਤੇ ਤੂੰ ਕਮਰੇ 'ਚ ਟੀਵੀ ਲਾ ਕੇ ਬਹਿ ਜਾ ਕਰ ਟੀਵੀ ਵੀ ਬੰਦ ਕਰ ਜਾਂਦੀ ਹੈ ਉਹ ਵੀ ਬੰਦ ਕਰ ਦਿੰਦੀ ਹੈ ਟੀਵੀ ਵੀ ਨਹੀਂ ਲਾਉਣ ਦਿੰਦੀ ਬੇਬੇ ਆ ਕਿੱਬੇ ਲਾਉਂਦਾ ਹੈ ਨਾ ਮੋਬਾਈਲ ਦੇਖ ਕੇ ਉਹ ਬੇਟਾ ਹੁਣ ਮਾਪਾ ਉਹਦਾ ਦਿਮਾਗ ਖਰਾਬ ਹੋ ਗਿਆ ਕੀ ਪਤਾ ਜੇ ਹੁਣ ਮੈਂ ਫੋਨ ਦੇਖ ਲੈਣੀ ਹੈ ਤਾਂ ਕਹਿ ਜਾ ਸਾਰਾ ਦਿਨ ਠੀਕਰੇ ਨੂੰ ਚੱਕੀ ਰੱਖਦੀ ਹੈ ਫੇ ਮੈਂ ਜਾਵਾਂ ਕਿੱਧਰ ਪਈ ਕਿਤੇ ਨਹੀਂ ਜਾਣਾ ਕਿੱਥੇ ਜਾਣਾ ਤੂੰ ਤੇਰਾ ਘਰ ਆ ਰਹਿ ਆਪਦਾ ਲਾ ਬੇਬੇ ਆ ਜੀ ਆ ਜੀ ਬੇਬੇ ਹੁਣ ਪੁੱਛ ਲਈ ਦੀਦੀ ਸਾਰੀਆਂ ਗੱਲਾਂ ਨਾ ਤੂੰ ਇੱਥੇ ਆ ਕੇ ਬਹਿ ਗਈ ਲੈ ਆਉਣੀ ਹੈ ਉਧਰ ਦੂਜੇ ਕਮਰੇ ਚ ਇਹਨਾਂ ਨੂੰ ਇੱਥੇ ਬਹਿ ਗਈ ਤੂੰ ਤਾਂ ਆਪਾ ਕੋਈ ਨਾ ਫਿਰ ਬੇਬੇ ਇਹ ਕੀ ਤੇਰੇ ਦੰਦੀਆਂ ਵੜਦੇ ਨੇ ਅਮਨ ਕੀ ਕਹੀ ਜਾਂਦੀ ਹੈ ਸਿਖਾਤਾ ਮੈਂ ਕੁਛ ਨਹੀਂ ਸਿਖਾਇਆ ਬੇਬੇ ਮੈਂ ਜਿਹੜੀਆਂ ਗੱਲਾਂ ਸੱਚੀਆਂ ਨੇ ਉਹੀ ਦੱਸੀਆਂ ਨੇ ਤੈਂ ਦੋ ਰੋਟੀਆਂ ਖਾਣੀਆਂ ਚੁੱਪ ਕਰਕੇ ਆਪਦੇ ਖਾਈ ਚੱਲ ਤੈਂ ਘਰ ਬਾਰ ਤੋਂ ਕੁਛ ਨਹੀਂ ਲੈਣਾ ਚਾਹੇ ਜੋੜਨ ਚਾਹੇ ਨਾ ਜੋੜਨ ਜੇ ਜੋੜਨਗੇ ਆਪਦੇ ਬੱਚਿਆਂ ਵਾਸਤੇ ਜੋੜਨਗੇ ਜੇ ਨਹੀਂ ਨੁਕਸਾਨ ਕਰਦੇ ਨੇ ਤਾਂ ਉਹਨਾਂ ਦਾ ਹੁੰਦਾ ਤੂੰ ਰੋਟੀ ਦਾ ਕੀ ਮਤਲਬ ਰੱਖਿਆ ਕਰ ਹਰੇਕ ਗੱਲ ਚ ਨੋਕਾ ਟੋਕੀ ਦਾ ਕੀ ਮਤਲਬ ਹੈ ਤੇਰਾ ਕੁੜਤੀ ਔਖਾਂ ਨਾਲ ਬੰਨਿਆ ਹੁੰਦਾ ਨਾ ਜਦੋਂ ਘਰ ਫਿਰ ਆਈ ਆਉਂਦਾ ਹੈਗਾ ਦੁੱਖ ਜਿਹਾ ਆਉਂਦਾ ਹੈਗਾ ਗੱਲ ਤਾਂ ਆ ਹੈਗੀ ਕੋਈ ਅਸਰ ਨਹੀਂ ਹੁੰਦਾ ਇਹਦੀ ਸਿਹਤ ਤੇ ਬੇਬੇ ਗੱਲ ਤਾਂ ਇਹ ਆ ਬਾਦਲ ਟਾਈਮ ਨਾਲ ਤੂੰ ਵੀ ਹੁਣ ਉਹਨੇ ਖਾਣਾ ਪੀਣਾ ਵੀ ਵਧੀਆ ਤੇ ਲਾਉਣਾ ਪਾਉਣਾ ਵੀ ਆ ਉਹਦਾ ਟਾਈਮ ਆ ਹੁਣ ਆਪਾਂ ਬੁੜੇ ਹੋ ਕੇ ਖਾਇਆ ਪਾਇਆ ਕਰਾਂਗੇ ਨਾ ਉਹ ਜਮਾਈ ਦੀ ਤਾਰੀਫ ਕਰਦੇ ਨੇ ਮੇਰੀ ਕੁੜੀ ਦੀ ਸੁਣਦਾ ਤੇ ਉਦੋਂ ਤੇ ਹੁਣ ਮੇਰੇ ਬਾਰੇ ਜਮਾਈ ਦੀ ਸੁਣਦਾ ਤੇ ਫੇਰ ਉਹ ਤਾਂ ਫਿਰ ਆ ਦਿੱਤੀ ਹੀ ਐ ਮੈਂ ਨੋ ਆ ਆ ਦੇਖ ਲੈ ਚੁੰਮੀਆਂ ਗੱਲਾਂ ਕਰਦੇ ਤੇਰੇ ਸਾਹਮਣੇ ਬੇਬੇ ਉਹਨੇ ਕੁਝ ਗਲਤ ਵੀ ਨਹੀਂ ਕਿਹਾ ਜੇ ਤੇਰਾ ਜਵਾਈ ਮੇਰੇ ਨਾਲ ਐਂ ਕਰੇ ਫੇਰ ਦੇਖ ਮਾਂ ਕਦੋਂ ਰੀਤ ਆਉਂਦੀ ਆ ਕੱਪੜਾ ਲੀੜਾ ਕਿੰਨੀਆਂ ਗੱਲਾਂ ਸਾਰਾ ਕੁਝ ਇਹਨੂੰ ਦੇਖ ਕੇ ਦਿੰਦੇ ਆ ਕਦੇ ਇਹਨੂੰ ਘਰ ਆਉਣ ਦਿੱਤੀ ਹੈ ਕਦੇ ਦੱਸ ਹੈ ਤੂੰ ਮਾੜੀ ਮਾੜੀ ਗੱਲ ਤੇ ਕਰਦੇ ਰਹਿੰਦੇ ਆ ਤੂੰ ਤੀਵੀਂ ਥੱਲੇ ਲੱਗਿਆ ਤੂੰ ਮੈਂ ਇਹਦੀ ਨਾ ਸੁਣਾ ਤਾਂ ਮਰਦਾ ਤੇਰੀ ਨਾ ਸੁਣਾ ਤਾਂ ਮਰਦਾ ਹੈ ਇਹ ਮੇਰੇ ਕਰਕੇ ਦੇ ਲੈ ਸਾਰਾ ਪਰਿਵਾਰ ਛੱਡ ਕੇ ਆਈ ਹੈ ਤੂੰ ਮੇਰੀ ਮਾਂ ਹੈ ਮੈਨੂੰ ਕਿਹੜਾ ਜੱਗ ਦਿਖਾਇਆ ਤੈਨੂੰ ਵੀ ਮਾੜਾ ਕਹਿ ਨਹੀਂ ਸਕਦਾ ਤੂੰ ਮਾੜਾ ਮਾੜਾ ਸੋਚਿਆ ਕਰ ਜੇ ਮੂਹਰੇ ਤੂੰ ਬੋਲਣ ਲੱਗ ਬੋਲੀ ਜਾਏਗੀ ਬੋਲਣ ਲੱਗ ਜੂ ਮੂਹਰੇ ਤੁਹਾਡੇ ਚੁੰਡਾ ਚੜੇ ਆਈ ਰਿਹਾ ਕਰੂਗੀ ਮੇਰੇ ਹੱਥ ਜੋੜਦਾ ਮੈਂ ਤਾਂ ਆਈ ਕਹਿਣਾ ਤੁਸੀਂ ਦੋਨੇ ਜਣੇ ਸੋਚ ਕੇ ਬੋਲਿਆ ਕਰੋ ਇਹ ਵਿਚਾਰਾ ਬਾਹਰ ਕੰਮ ਧੰਦੇ ਜਾਂਦਾ ਤੁਸੀਂ ਇਹਨੂੰ ਫੋਨ ਕਰਕੇ ਨਾਲ ਦੀ ਨਾਲ ਟੈਨਸ਼ਨ ਪਾ ਦਿੰਦੇ ਜੇ ਕੱਲ ਨੂੰ ਇਹਨੂੰ ਜਵਾਕ ਨੂੰ ਕੁਝ ਹੋ ਗਿਆ ਫਿਰ ਕੌਣ ਜ਼ਿੰਮੇਵਾਰ ਭਾਈ ਮੈਂ ਤਾਂ ਬੋਲਦੀ ਆ ਫਿਰ ਤੂੰ ਲੈ ਜਾ ਮੈਨੂੰ ਲੈ ਮੈਂ ਕਿਵੇਂ ਲੈ ਜਾ ਸਾਡੇ 15 ਜੀਆਂ ਦਾ ਇਕੱਠ ਆ ਉੱਥੇ ਮੈਨੂੰ ਕੀ ਕਹਿਣਗੇ ਸ਼ਰੀਕੀ ਵੀ ਜਿਹਨੇ ਆਪਦੇ ਨੌ ਨਾਲ ਨਹੀਂ ਕੱਟਿਓ ਧੀ ਦੇ ਘਰੇ ਕੀ ਕੱਟੂਗੀ ਉਹੀ ਕਮਲੀਆਂ ਗੱਲਾਂ ਲੈ ਬਸ ਸੁਣ ਲਿਆ ਹੁਣ ਤਾਂ ਧੀ ਦੇ ਮੂੰਹੋਂ ਵੀ ਲੈ ਜਾ ਇੱਕ ਵਾਰੀ ਵੀ ਨਹੀਂ ਕਿਹਾ ਮੈਂ ਲੈ ਜਾਊਂਗੀ ਇਹ ਵੀ ਗੱਲ ਛੱਡ ਦੇ ਅਮਨ ਤੂੰ ਇੱਕ ਵਾਰ ਨਹੀਂ ਕਿਹਾ ਜਿਹੜੀ ਇਹਦੀ ਇੱਥੇ ਇੱਜ਼ਤ ਉੱਥੇ ਨਹੀਂ ਹੋਣੀ ਅਸਤਾਨਾ ਦੀਦੀ ਨੂੰ ਕਿਤੇ ਕੌਲੀ ਚੱਕ ਕੇ ਇੱਥੇ ਰੱਖਣ ਨੂੰ ਨਹੀਂ ਕਿਹਾ ਆ ਬੈਠੇ ਪੁੱਛ ਲਾ ਹੋਰ ਕੀ ਭਾਲਦੀ ਬੇਬੇ ਫਿਰ ਤੋ ਕਿਤੇ ਮੈਂ ਜੇ ਤਾਂ ਪੈਰ ਨਹੀਂ ਲਾਉਣ ਦਿੱਤਾ ਇਹਨੂੰ ਅਸੀਂ ਨੇ ਤੈਨੂੰ ਪਤਾ ਨਾ ਮੇਰੀ ਸੱਸ ਕਿੰਨਾ ਕੁਝ ਬੋਲਦੀ ਆ ਮੈਂ ਉਹਦੇ ਅੱਗੇ ਜਵਾਬ ਨਹੀਂ ਦਿੰਦੀ ਸੀਗੀ ਫਿਰ ਚੰਨੀ ਨੇ ਤੇ ਮਾਂ ਨੇ ਜਾ ਕੇ ਸਮਝਾਈ ਹੁਣ ਉਹ ਸੈੱਟ ਆ ਹੁਣ ਅੱਜ ਮੈਂ ਤੈਨੂੰ ਸਮਝਾਉਣਾ ਹੀ ਆ ਉਹ ਗੱਲਾਂ ਤੂੰ ਕਰੀ ਜਾਨੀ ਆ ਤੂੰ ਲੋਕਾਂ ਨੂੰ ਅੱਗੇ ਸਿੱਖਿਆ ਦੇ ਕੇ ਆਈ ਸੀ ਹੈ ਹੁਣ ਤੂੰ ਆਪ ਉਹ ਜੀ ਹੋਈ ਪਈ ਆ ਫਿਰ ਹੁਣ ਮੈਂ ਬੋਲਿਆ ਨਾ ਕਰਾਂ ਨਾ ਬੋਲਿਆ ਨਾ ਕਰ ਬੋਲਿਆ ਕਰ ਜਿੱਥੇ ਦੀ ਗਲਤੀ ਹੁੰਦੀ ਉੱਥੇ ਬੋਲਿਆ ਕਰ ਅਸਲ 'ਚ ਤਾਂ ਮੈਂ ਕਹਿੰਦੀ ਤੂੰ ਵੀਰੇ ਨੂੰ ਦੱਸ ਦਿਆ ਕਰ ਆਪੀ ਸਾਂਭਿਆ ਕਰੂਗਾ ਜਿਹੜੀ ਗੱਲ ਵਾਲੀ ਸੁਣਦਾ ਨਹੀਂ ਹੈਗਾ ਮੇਰੀ ਉਸੋ ਪੁੱਠੀਆਂ ਗੱਲਾਂ ਬੇਬੇ ਕੀ ਸੁਣਾ ਲੈ ਉਹੀ ਗੱਲਾਂ ਫੇਰ ਮਾੜੀ ਮਾੜੀ ਗੱਲ ਨਹੀਂ ਇੱਕ ਕਰੀ ਦੀ ਹੁੰਦੀ ਨੂੰਹ ਦੀ ਨਾਲੇ ਲੋਕਾਂ ਮੂਰੇ ਨਹੀਂ ਭੰਡੀਦਾ ਹੁੰਦਾ ਆਪਦਾ ਭਾਂਡਾ ਚੱਲ ਚੰਗਾ ਪਰਦਾ ਰੱਖੀਦਾ ਹੁੰਦਾ ਘਰ ਦਾ ਤੂੰ ਸਮਝਦਾ ਉਧਰ ਤੇ ਮਾਸੀ ਨੂੰ ਤੂੰ ਸਲਾਹਾਂ ਦੇ ਗਈ ਐ ਐ ਨਾ ਕਰਿਆ ਕਰ ਐ ਨਾ ਕਰਿਆ ਕਰ ਤੇ ਅੱਜ ਆਪਦੇ ਵਾਰੀ ਚੱਲ ਚੰਗਾ ਪੁੱਤ ਤੂੰ ਆ ਗਈ ਹੁਣ ਮੈਂ ਤੇਰੇ ਆਈ ਦੀ ਰੱਖਦੀ ਆ ਮੈਂ ਤਾਂ ਬੋਲਦੀ ਨਹੀਂ
ਪਰ ਟਾਈਮ ਸਿਰ ਇਹਨੂੰ ਕਹਿ ਦਿਆ ਕਰ ਉੱਠ ਖੜਾ ਕਰ ਕੰਮ ਕਰ ਕਰ ਲੈ ਕੇ ਮੈਂ ਨਹੀਂ ਬੋਲਦੀ ਪੁੱਤ ਸਾਰਾ ਕੰਮ ਧੰਦਾ ਨਿਬੇੜ ਕੇ ਨਹਾ ਧੋ ਲਿਆ ਕਰ ਠੀਕ ਆ ਆਪਦਾ ਰੋਟੀ ਪਾਣੀ ਟਾਈਮ ਨਾ ਖਾਇਆ ਕਰੋ 12 ਵਜੇ ਵੀ ਕੋਈ ਰੋਟੀ ਦਾ ਟਾਈਮ ਨਹੀਂ ਹੁੰਦਾ ਜਦੋਂ ਬੰਦਾ ਸਿਆਣਾ ਹੋ ਜਾਵੇ ਤਾਂ ਦਵਾਈ ਬੂਟੀ ਲੈਣੀ ਸਵੇਰੇ 4 ਵਜੇ ਉੱਠਦੀ ਆ 11 ਵਜੇ ਤੱਕ ਮੇਰੀ ਅੱਡੀ ਨਹੀਂ ਲੱਗਦੀ ਲੈ ਬੇਬੇ ਉਹ ਕਹਿੰਦੀ ਹੁਣ ਮੈਂ 4 ਵਜੇ ਉੱਠਦੀ ਕਿਵੇਂ ਲੜਾਈ ਖਤਮ ਕਰਾਂ ਚੱਲ ਮੇਰੀ ਗੱਲ ਸੁਣ ਸੁਦੇਹਾ ਤਿਆਰ ਹੋਣ ਨੂੰ ਕੀ ਆ ਸੁਦੇਹੇ ਐ ਸੁਰਖੀਆਂ ਬਿੰਦੀਆਂ ਕੋਲੇ ਰੀਤ ਪੁੱਤ ਘਰ ਦੇ ਕੰਮ ਨਵੇੜਦੇ ਨਾ ਫਿਰ ਸੋਹਣਾ ਵੀ ਲੱਗਦਾ ਹੈਗਾ ਮੈਂ ਤਾਂ ਆਹ ਟੋਕਦੀ ਆ ਜੇ ਮੇਰੀ ਭਾਈ ਇਹ ਗੱਲ ਉਹ ਲੱਗਦੀ ਆ ਮੈਂ ਤਾਂ ਪੁੱਤ ਜਮਾ ਨਹੀਂ ਗੁੱਸਿਆ ਆਪਦਾ ਖਾਣ ਹੰਡਾਉਣ ਪੈਣਾ ਜਲਦੀ ਤਿਆਰ ਹੁੰਦੀ ਹੈ ਜਿਸ ਦੇ ਉੱਠਣ ਸਾਰ ਤਿਆਰ ਹੁੰਦੀ ਕੰਮ ਤਾਂ ਸਾਰਾ ਕਰਦੀ ਹੈ ਨਾ ਕਰਦੀ ਹੈ ਕੋਈ ਮੈਨੂੰ ਵਧੀਆ ਲੱਗਦਾ ਪਤਾ ਨਹੀਂ ਤਾਂ ਭਾਈ ਅਸੀਂ ਇਹੋ ਜਿਹਾ ਕੁਝ ਕੀਤਾ ਨਹੀਂ ਕੋਈ ਨਾ ਤੂੰ ਨਹੀਂ ਕੀਤਾ ਤੇਰੀ ਲੰਘ ਗਈ ਤੂੰ ਆਪਦੇ ਨਾਲ ਕੰਪੇਅਰ ਨਾ ਕਰ ਇਹਨੂੰ ਬੇਬੇ ਜਵਾਨੀ ਨਾ ਬਦਲਣਾ ਪੈਂਦਾ ਹੁੰਦਾ ਤੂੰ ਬਦਲਿਆ ਕਰ ਮਾਵਾਂ ਕੇ ਹੱਥ ਜੋੜ ਦਿੰਦੇ ਰਹੇ ਸਗਾ ਤੂੰ ਇਹਨਾਂ ਸੋਹਣਾ ਕੱਪੜਾ ਲੀੜਾ ਲਿਆ ਕੇ ਦੇ ਕਰ ਵੀ ਲੈ ਦੀ ਨਹੀਂ ਰੀਤ ਮੈਂ ਤਾਂ ਅੱਜ ਤੋਂ ਬਾਅਦ ਨਾ ਕੁਝ ਵੀ ਲਾਵਾਂ ਨਾ ਪਾਵਾਂ ਮੈਂ ਤਾਂ ਜਿਹੜੇ ਪੁਰਾਣੇ ਕੱਪੜੇ ਉਹਨਾਂ ਚ ਰਿਹਾ ਕਰੂੰਗੀ ਜੇ ਕੋਈ ਪੁੱਛਿਆ ਕਰੂ ਕਹਦਾ ਕਰੂੰ ਲਿਆ ਕੇ ਨਹੀਂ ਦਿੰਦੇ ਮੈਂ ਤਾਂ ਹੁਣ ਇਹੀ ਇੱਕ ਗੱਲ ਰੱਖੂ ਹਾਂ ਫਿਰ ਬੇਬੇ ਤੂੰ ਕਿਸੇ ਪਾਸੇ ਮਾਣ ਹੈਗੀ ਤੇ ਕੱਢੂ ਕੀ ਗਿਆ ਹੈ ਵੀ ਸੱਸ ਦਾ ਜਰੂਸ ਨਿਕਲੇ ਜੇ ਸੋਹਣੀ ਬਣ ਕੇ ਰਹਿੰਦੀ ਤੇਰੀ ਇੱਜ਼ਤ ਆ ਚਲ ਠੀਕ ਆ ਪਰ ਹੁਣ ਕਿਸੇ ਪਾਸੇ ਨਹੀਂ ਮਾਣ ਹੈਗੀ ਚੰਗਾ ਪੁੱਤ ਚੰਗਾ ਰੀਤ ਪੁੱਤ ਗਾਹਾਂ ਨੂੰ ਤੈਨੂੰ ਇਹ ਲਾਂਭਾ ਨਹੀਂ ਆਊਗਾ ਖੁਸ਼ੀ ਖੁਸ਼ੀ ਆਏਗੀ ਮੈਂ ਨਹੀਂ ਇਹਨੂੰ ਕੁਝ ਚਾਹ ਖੜੀ ਹੋ ਚਾਹ ਪਾਣੀ ਲੈ ਚਾਹ ਲਿਆਉਣੀ ਆ ਮੈਂ ਹੁਣ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਕੁਝ ਨਹੀਂ ਕਹਿਦੀ ਮੈਨੂੰ ਵਧੀਆ ਦੁੱਧ ਚ ਪੱਤੀ ਪਾ ਕੇ ਲਿਆ ਕਹਿਦੇ ਆ ਦੇ ਬਾ ਠੀਕ ਹੈ ਹਾਂਜੀ ਦੁੱਧ ਦੇ ਪੱਤੀ ਪੀ ਕੁਸ ਮਰਜੀ ਪੀ ਮਾਂ ਪੱਤੀ ਪਾ ਕੇ ਲਿਆ ਦੇ ਕਰ ਰੋਟੀ ਵਧੀਆ ਦੇ ਦਿਆ ਕਰ ਹੁਣ ਇਹ ਤੈਨੂੰ ਕਦੇ ਨਹੀਂ ਟੋਕਦੀ ਠੀਕ ਹੈ ਲਿਆਉਣੀ ਆ ਮੈਂ ਕੁਝ ਨਹੀਂ ਕਹਿੰਦੀ ਠੀਕ ਹੈ ਆਪਦਾ ਮੌਜ ਕਰੋ ਕਿਉਂ ਪੁੱਤ ਠੀਕ ਹੈ ਨਾ ਜੇ ਤੁਸੀਂ ਲੜਦੇ ਹੋ ਨਾ ਮੇਰਾ ਵੀ ਮਨ ਵਗਰ ਫਿਰ ਔਖਾ ਰਹਿੰਦਾ ਨਾ ਪੁੱਤ ਮੈਂ ਤਾਂ ਇਹਨੇ ਗਲਤੀ ਕਰਕੇ ਕਰ ਲਈ ਸੀ ਆਹ ਮੇਰੇ ਆਪਦਾ ਘਰ ਖਰਾਬ ਹੁੰਦਾ ਕਿਹੜਾ ਬਾੜੇ ਜੀਆਂਗੀ ਹਾਂ ਬਸ ਹੁਣ ਅੱਜ ਤੋਂ ਬਾਅਦ ਲੜਨਾ ਨਹੀਂ ਠੀਕ ਹੈ ਠੀਕ ਹੈ ਮੈਂ ਤਾਂ ਐਂ ਕਹਣਾ ਲੋਕਾਂ ਨੂੰ ਸਿੱਖਿਆ ਦਿੰਨੀ ਹੈ ਨਾ ਤੂੰ ਤੇ ਆਪ ਵੀ ਸਿੱਖਿਆ ਕਰਿਓ ਆਪਦੇ ਗੱਲਾਂ ਤੇ ਵੀ ਨਿਰਭਰ ਕਰਿਆ ਕਰੋ ਮੈਂ ਤਾਂ ਐਂ ਕਹਣਾ ਚਲ ਠੀਕ ਆ ਮੈਂ ਤੇਰੇ ਵਾਸਤੇ ਕੁਝ ਖਾਣ ਨੂੰ ਲਿਆਵਾਂ ਮੈਂ ਵੀ ਚਾਹ ਪੀ ਲੈ ਰਹੀ ਹਾਂ ਨਾ ਕੋਈ ਨਰਮ ਹੁੰਦੀ ਹੈ ਤੇ ਦੇਖਦੀ ਹੈ ਨਾਲੇ ਕਿਹਦੇ ਚ ਹੋਰ ਕਰਦੇ ਹਨ ਤੁਸੀਂ ਕਰਦੇ ਹਾਂ ਵੀ ਮੇਰੀ ਇੱਜ਼ਤ ਰੱਖਦੇ ਹੋ ਆਈ ਜੀ ਕਿ ਨਹੀਂ ਰੱਖਦੇ ਚਲ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਿਵੇਂ ਦੀ ਲੱਗੀ ਸਾਡੀ ਵੀਡੀਓ ਜੇ ਵਧੀਆ ਲੱਗੀ ਤੇ ਕਮੈਂਟ ਲਾਜ਼ਮੀ ਕਰਨਾ ਤੇ ਜਿਸ ਵੀਰਾਂ ਨੇ ਸਾਨੂੰ ਕਮੈਂਟ ਕੀਤੇ ਆ ਉਹਨਾਂ ਦੇ ਅਸੀਂ ਨਾਮ ਬੋਲਣ ਲੱਗੇ ਆ ਲੱਕੀ ਬੋਲ ਭਰਾ ਇਹਨਾਂ ਦੇ ਨਾਮ ਹੈਗੇ ਨੇ ਜੀ ਸਿਮਰਜੀਤ ਕੌਰ ਜ਼ਿਲ੍ਹਾ ਕਪੂਰਤਲਾ ਸਿਮਰਜੀਤ ਕੌਰ ਪਲੱਥ ਤੋਂ ਤੇ ਗਣੇਸ਼ ਸਿੰਘ ਸਜੀਤ ਸਿੰਘ ਤੇ ਸੁਖਪ੍ਰੀਤ ਕੌਰ ਰਾਸਤਾਂ ਸ਼੍ਰੀ ਗੰਗਾਨਗਰ ਤੋਂ ਤੇ ਡਾਕਟਰ ਗਜੀਤ ਸ਼ੀਨਾ ਤੇ ਉਹ ਕਿਰਪਾਲ ਕੌਰ ਸਿਮਰਜੀਤ ਕੌਰ ਤੇ ਸੁਖਰਾਜ ਕੌਰ ਗਰੇਵਾਲ ਭੁਪਿੰਦਰ ਖਰੌੜ ਤੇ ਕਰਨ ਸਿੱਧੂ ਤੇ ਤਰਨਪ੍ਰੀਤ ਸਿੰਘ ਜੱਸੀ ਕੌਰ ਸਰਬਨ ਦਾਸ ਮਹਿਤਾ ਸੰਦੀਪ ਮਨਜੀਤ ਕੌਰ ਸੰਦੀਪ ਸਿੰਘ ਫੇਰ ਆ ਗਿਆ ਤੇ ਸੰਤ ਧਾਲੀਵਾਲ ਇਹਨਾਂ ਨੇ ਆਪਦਾ ਬਾਰੇ 'ਚ ਹੋਰ ਵੀ ਲਿਖਿਆ ਲਾਭ ਸਿੰਘ ਅਰਮੋਨਾ ਸ਼ੇਖਪੁਰਾ ਬਠਿੰਡਾ ਡਾਕਟਰ ਸੁਖਰਾਜ ਸਿੰਘ ਤੇ ਯੂ ਐੱਸ ਏ ਸੁਰਿੰਦਰ ਗਿੱਲ ਸੰਦੀਪ ਫੇਰ ਆ ਗਿਆ ਸੁਨੀਤ ਵਰਮਾ ਤੇ ਗੁਰਮੀਤ ਕੌਰ ਭੁੱਲਾ ਗਿੱਲ ਤੇ ਸੋਨੂ ਸਿੰਘ ਸਾਰਿਆਂ ਦਾ ਧੰਨਵਾਦ ਇਸ ਤਰ੍ਹਾਂ ਸਾਨੂੰ ਕਮੈਂਟ ਕਰਦੇ ਰਿਹਾ ਕਰੋ ਸਾਡਾ ਮੋਬਾਈਲ ਨੰਬਰ ਹੈਗਾ 6283409 ਕਿਸੇ ਨੇ ਗੱਲ ਕਰਨੀ ਹੁੰਦੀ 4 ਵਜੇ ਤੋਂ ਬਾਅਦ ਹੀ ਕਰ ਸਕਦੇ ਹੋ ਵੀ ਪਹਿਲਾਂ ਅਸੀਂ ਸ਼ੂਟਿੰਗ ਕਰਦੇ ਹੁੰਦੇ ਹਾਂ ਅਤੇ ਸਾਡਾ ਇੱਕ ਚੈਨਲ ਹੋਰ ਆ ਪੁਰਾਣਾ ਵਿਰਸਾ ਟੀਵੀ ਅਤੇ ਸਾਡਾ ਫੇਸਬੁੱਕ ਪੇਜ ਵੀ ਹੈ ਚੰਨੀ ਵਾਲਿਆਂ ਦੇ ਨਾਮ 'ਤੇ ਅਤੇ ਜ਼ਰੂਰ ਉਹਨੂੰ ਫੋਲੋ ਕਰਨਾ ਅਤੇ ਸਾਰਿਆਂ ਦਾ ਧੰਨਵਾਦ ਧੰਨਵਾਦ ਜੀ।